ਕੌਮੀ ਪੋਲਿਟਿਕਸ ਦੇ ਵਿੱਚ ਖੇਤਰੀ ਫੋਰਸਿਸ ਦੀ ਇੱਕ ਅਹਿਮ ਭੂਮਿਕਾ ਆਪਾਂ ਕੁਝ ਹਫ਼ਤੇ ਪਹਿਲਾਂ ਵੇਖੀ ਸੀ, ਜਦੋਂ ਨਰਿੰਦਰ ਮੋਦੀ ਦਾ ਰੱਥ ਜਿਹੜਾ ਉਹ ਰੁਕ ਗਿਆ ਅਤੇ ਨਰਿੰਦਰ ਮੋਦੀ ਨੂੰ ਖੇਤਰੀ ਫੋਰਸਿਸ ਦੇ ਬਲ 'ਤੇ ਕਹਿ ਲਓ ਕਿ ਚੱਲਣਾ ਪੈ ਰਿਹਾ, ਔਰ ਉਹ ਕਮਜ਼ੋਰੀ ਆ ਪਿਛਲੇ 15 ਦਿਨਾਂ 'ਚ ਤੁਸੀਂ ਘੱਟੋ ਘੱਟ ਦੇਖੀ ਹੋਣੀ ਹੈ ਕਿ 3 ਮਰਤਬਾ ਫਜ਼ੀਅਤ ਦੀ ਸਥਿਤੀ 'ਚ ਲੈ ਜਾਂਦੀ ਆ। ਸਾਡੇ ਇੱਥੇ ਇੱਕ ਖੇਤਰੀ ਪਾਰਟੀ ਜਿਸ ਦੀ ਅਹਿਮੀਅਤ ਨੂੰ ਕੋਈ ਨਹੀਂ ਨਕਾਰਦਾ, ਪਰ ਗਿਣਤੀਆਂ ਮਿਣਤੀਆਂ ਕੁਛ ਹੋਰ ਹੀ ਦੱਸ ਰਹੀਆਂ, ਟੁੱਟ ਭੱਜ ਕੁਛ ਹੋਰ ਹੀ ਦੱਸ ਰਹੀ ਹੈ। ਅੱਜ ਕੁਛ ਗੱਲਾਂ ਬਾਤਾਂ ਕਰਾਂਗੇ। ਜੋ ਅਕਾਲੀ ਦਲ 'ਚੋਂ ਇੱਕ ਸੁਧਾਰਵਾਦੀ ਧੜਾ ਨਿਕਲਿਆ, ਉਹ ਬਾਗੀ ਨਹੀਂ ਅਖਵਾਉਂਦੇ ਆਪਣੇ ਆਪ ਨੂੰ, ਅਕਾਲੀ ਅਖਵਾਉਣ 'ਚ ਮਾਣ ਮਹਿਸੂਸ ਕਰਦੇ ਆ, ਪਰ ਕਹਿੰਦੇ ਕਿ ਰਿਫੋਰਮਸ ਹੋਣੇ ਚਾਹੀਦੇ ਆ। ਇਸ ਗੱਲ ਨੂੰ ਸੁਖੀ ਰੰਧਾਵਾ ਵਰਗੇ ਲੀਡਰ ਵੀ ਮੰਨਦੇ ਆ, ਤਸਲੀਮ ਕਰਦੇ ਆ ਕਿ ਅਕਾਲੀ ਦਲ ਦਾ ਕਾਇਮ ਰਹਿਣਾ ਬਹੁਤ ਜ਼ਰੂਰੀ ਹੈ। ਮੇਰੇ ਨਾਲ ਜੁੜਨਗੇ, ਸਾਡੇ ਇਲਾਕੇ ਦੇ ਹੀ ਹੈ, ਮਾਇਆ ਨਾਜ਼ ਨਾਮ ਹੈ, ਚਰਨਜੀਤ ਸਿੰਘ ਬਰਾੜ। ਕਿਸੇ ਟਾਈਮ ਕਹਿ ਲਓ ਕਿ ਸੁਖਬੀਰ ਸਿੰਘ ਬਾਦਲ ਦਾ ਰਾਈਟ ਹੈਂਡ ਕਹਿ ਲਓ ਜਾਂ ਕਹਿ ਲਓ ਖਾਸ ਮਿੱਤਰਾਂ 'ਚ ਨਾਮ ਸ਼ੁਮਾਰ। ਅੱਜ ਗੱਲਾਂ ਕੁਛ ਬਦਲ ਗਈਆਂ, ਉਹਨਾਂ ਬਦਲੀਆਂ ਗੱਲਾਂ 'ਚੋਂ ਹੀ ਕੁਛ ਗੱਲਾਂ ਆਪਾਂ ਸਾਂਝੀਆਂ ਕਰਾਂਗੇ। ਸੋ ਸਭ ਤੋਂ ਪਹਿਲਾਂ ਸਵਾਗਤ ਕਰੀਏ ਬਰਾੜ ਸਾਹਿਬ, ਸਵਾਗਤ ਜੀ, ਬਹੁਤ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਤੁਹਾਡਾ ਸਵਾਗਤ। ਮੈਂ ਤੁਹਾਡਾ ਧੰਨਵਾਦ ਕਰੂੰਗਾ, ਔਰ ਮਿੰਟੂ ਜੀ ਮੈਂ ਤੁਹਾਡਾ ਹਰ ਪ੍ਰੋਗਰਾਮ ਲਗਭਗ ਸੁਣਦਾ ਆ ਰਿਹਾ। ਸ਼ੁਕਰੀਆ, ਔਰ ਬੜੀਆਂ ਚੰਗੀਆਂ ਅਤੇ ਸੱਚੀਆਂ ਸੁੱਚੀਆਂ ਜਿਹੀਆਂ ਗੱਲਾਂ ਤੁਸੀਂ ਲੋਕਾਂ ਨੂੰ ਪੇਸ਼ ਕਰਦੇ ਹੋ। ਇਹਦੇ ਲਈ ਮਾਣ ਮਹਿਸੂਸ ਹੁੰਦਾ ਕਿ ਜਿਹੜੇ ਗੁਰੂਸਰ ਪਿੰਡ ਅਸੀਂ ਕੌਡੀ ਕਾਡੀ ਖੇਡਣ ਜਾਂਦੇ ਸੀ ਅਤੇ ਉਸ ਗੁਰੂਸਰ ਪਿੰਡ ਦਾ ਤੁਸੀਂ ਨਾਂ ਚਮਕਾਇਆ, ਇਹਦੇ ਲਈ ਮੈਂ ਸਮਝਦਾ ਕਿ ਚੰਗੀ ਗੱਲ ਹੈ ਜੇ ਕੋਈ ਇਲਾਕੇ ਦਾ ਚੰਗੀਆਂ ਗੱਲਾਂ ਲੋਕਾਂ 'ਚ ਪੇਸ਼ ਕਰਦੇ ਅਤੇ ਮਾਣ ਮਹਿਸੂਸ। ਧੰਨਵਾਦ ਜੀ। ਅੱਛਾ ਬਰਾੜ ਸਾਹਿਬ, ਸ਼ੁਰੂਆਤ ਤੁਸੀਂ ਪਿੰਡ ਆਏ ਹੋ, ਮੈਨੂੰ ਲੱਗਦਾ ਕਾਫੀ ਦੇਰ ਬਾਅਦ ਕਿਤੇ ਗੇੜਾ ਵੱਜਿਆ, ਅਤੇ ਜਦੋਂ ਤੁਸੀਂ ਆਏ ਹੋ ਅਤੇ ਇਹਨਾਂ ਪਿੰਡਾਂ ਦੇ ਵਿੱਚ ਪੂਰੀ ਹਲਚਲ ਆ ਗਿੱਦੜਬਾਹਾ ਨੂੰ ਲੈ ਕੇ, ਤੁਹਾਡੇ ਹੀ ਪਿੰਡਾਂ ਦੇ, ਤੁਹਾਡੇ ਹੀ ਨੇੜ ਦੇ, ਤੁਹਾਡੇ ਹੀ ਸਾਥੀ ਡਿੰਪੀ ਢਿੱਲੋਂ, ਅੱਜ ਪੂਰੀ ਮੈਨੂੰ ਲੱਗਦਾ ਕਿ ਜਿੱਥੇ ਜਿੱਥੇ ਵੀ ਪੰਜਾਬੀਅਤ ਵੱਸਦੀ ਆ ਉੱਥੇ ਡਿੰਪੀ ਢਿੱਲੋਂ ਦਾ ਨਾਂ ਪਹੁੰਚ ਰਿਹਾ। ਡਿੰਪੀ ਢਿੱਲੋਂ ਰੁਖਸਤ ਹੋ ਗਏ, ਤੈਅ ਹੈ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰਨੀ ਆ, ਤੈਅ ਹੈ ਟਿਕਟ ਮਿਲੇਗੀ ਆਪਾਂ ਨੂੰ ਵੀ ਪਤਾ ਹੈ, ਇਲੈਕਸ਼ਨ ਲੜਿਆ ਜਾਊਗਾ। ਇੱਥੋਂ ਸ਼ੁਰੂਆਤ ਕਰਦੇ ਹਾਂ, ਗਿੱਦੜਬਾਹਾ ਦੀ ਰਾਜਨੀਤੀ ਨੂੰ, ਲੰਬੀ ਦੀ ਰਾਜਨੀਤੀ ਨੂੰ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਮੇਰੇ ਖਿਆਲ ਦੇ ਨਾਲ ਵਿਆਖਿਆ ਦੇ ਸਕਦਾ। ਕੀ ਸਮਝਦੇ ਹੋ ਕਿ ਇਹ ਕੀ ਪ੍ਰੋਬਲਮ ਆ, ਕਿ ਇੱਕ ਵਰਕਿੰਗ ਸਟਾਈਲ ਹੁੰਦਾ ਜਾਂ ਪਾਰਟੀ ਦੇ ਅੰਦਰ ਦੇ ਹਾਲਾਤ ਜਾਂ ਕੁਝ ਪਰਸਨਲ ਕੀ ਮਹਿਸੂਸ ਹੁੰਦਾ ਕਿ ਡਿੰਪੀ ਢਿੱਲੋਂ ਵਰਗਾ ਬੰਦਾ ਚਲੇ ਜਾਣਾ ਯਾਰ? ਮਿੰਟੂ ਜੀ, ਗਾਥਾ ਬੜੀ ਲੰਬੀ ਹੈ, ਮੇਰੇ ਖਿਆਲ ਮਿੰਟ ਆਪਣੇ ਥੋੜੇ ਹੋਣੇ। ਤਾਂ ਮੈਂ ਇੱਕ ਬੇਨਤੀ ਕਰਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਾਡੀ ਜ਼ਿੰਦਗੀ ਦੇ ਸਿੱਪਾ ਸਲਾਰ ਸੀ ਉਹ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸੀਗੇ, ਤਾਂ ਕੁਦਰਤੀ ਸੀ ਕਿ ਸਾਡੇ ਹਲਕੇ ਤੋਂ ਇਲੈਕਸ਼ਨ ਲੜਦੇ ਸੀ। ਜਿਸ ਦਿਨ ਆਉਣਾ ਹੁੰਦਾ ਸੀ ਪਾਣੀ ਛਿੜਕਣਾ ਧਰਮਸ਼ਾਲਾ ਦੇ ਵਿੱਚ, ਹੈ ਨਾ, ਤਾਂ ਉਹ ਉਸ ਵੇਲੇ ਤਾਂ ਜਿਹੜੀਆਂ ਖਾਦ ਵਾਲੀਆਂ ਬੋਰੀਆਂ ਦੀਆਂ ਪੱਲੀਆਂ ਜਿਹਨੂੰ ਅਸੀਂ ਪਿੰਡਾਂ 'ਚ ਕਹਿੰਦੇ ਹਾਂ, ਉਹ ਵਿਛਾਉਣੀਆਂ ਜਾਂ ਮੌਕੇ 'ਤੇ ਪਾਣੀ ਦਾ ਪ੍ਰਬੰਧ ਘੜੇ ਭਰ ਕੇ ਰੱਖਣੇ। ਅੱਜ ਕੱਲ੍ਹ ਤਾਂ ਕੈਂਪਰ ਚੱਲ ਪਿਆ ਅਤੇ ਬੋਤਲਾਂ ਚੱਲ ਪਈਆਂ, ਤਾਂ ਉਹ ਫਿਰ ਚਾਹ ਵਾਲਾ ਡੋਲੂ ਵੀ ਘਰੋਂ ਭੱਜ ਭੱਜ ਕੇ ਲਿਆਉਣਾ, ਹੈ ਨਾ। ਤਾਂ ਇਹ ਜਿਹਾ ਵਰਤਾਰਾ ਜਿਹੜਾ, ਮਤਲਬ ਇੱਕ ਤਰ੍ਹਾਂ ਦਾ ਜਿਵੇਂ ਪਿੰਡ ਦੇ ਵਿੱਚ ਕੋਈ ਵੱਡਾ ਸਮਾਗਮ ਜਾਂ ਵਿਆਹ ਕਿਸੇ ਦੇ ਹੋਵੇ ਜਾਂ ਉਵੇਂ ਤਿਆਰੀਆਂ ਜਿਹੜੀਆਂ ਬਾਦਲ ਸਾਹਿਬ ਦੇ ਮੈਂ ਆਉਣ 'ਤੇ ਹੁੰਦੀਆਂ ਆਪ ਕਰਦਾ ਰਿਹਾ ਅਤੇ ਵੇਖੀਆਂ। ਬਿਲਕੁਲ। ਤਾਂ ਉਸ ਤੋਂ ਬਾਅਦ ਭਾਵੇਂ ਮੈਂ ਕਹਿ ਸਕਦਾ ਕਿ 85 ਵਾਲੇ ਇਲੈਕਸ਼ਨ ਦੀ ਮੈਨੂੰ ਬਹੁਤੀ ਯਾਦ ਨਹੀਂ, ਪਰ ਮੈਂ ਇੱਕ ਗੱਲ ਜ਼ਰੂਰ ਤੈਅ ਹੈ ਕਿ ਜਦੋਂ ਤੋਂ ਤੀਰ ਕਮਾਨ 'ਤੇ ਇਲੈਕਸ਼ਨ ਲੜਿਆ ਬਾਦਲ ਸਾਹਿਬ ਨੇ,
ਉਦੋਂ ਤੋਂ ਮੈਂ ਸਰਗਰਮ ਭੂਮਿਕਾ 'ਚ ਹੈ। ਸਰਗਰਮ ਭੂਮਿਕਾ ਵੀ ਇੱਕ ਤਾਂ ਹੁੰਦੀ ਹੈ ਕਿ ਤੁਸੀਂ ਪਿੰਡ 'ਚ ਆਏ ਤੇ ਇਕੱਲੇ ਨਾਰੇ ਮਾਰ ਲਏ, ਪਿੰਡ 'ਚ ਆਏ ਤੇ ਚਲੋ ਵੋਟਾਂ ਮੰਗ ਲਈਆਂ, ਇਹ ਨਹੀਂ। ਸਰਗਰਮ ਭੂਮਿਕਾ ਮੋਹਰੀ ਵਾਲੀ, ਮਤਲਬ ਜਿਹੜੀ ਬਾਦਲ ਸਾਹਿਬ ਨੇ ਜਿਹੜੇ ਪਲਾਨ ਕਰਨੇ ਪ੍ਰੋਗਰਾਮ, ਤੇ ਉਹਨਾਂ ਦੇ ਵਿੱਚ ਦੂਰ ਦੂਰ ਤੱਕ ਵੀ ਮਤਲਬ ਪਿੱਛੇ ਜੀਪਾਂ ਹੁੰਦੀਆਂ ਸੀ ਉਦੋਂ ਤਾਂ ਮਿਲਦੀਆਂ, ਵੱਧ ਤੋਂ ਵੱਧ ਜੀਪ ਟੱਕਰਦੀ ਸਾਡੇ ਆਪਦੇ ਕੋਲੇ ਤਾਂ ਉਸ ਵੇਲੇ ਨਹੀਂ ਸੀ। ਮੈਂ ਉਹਨਾਂ ਜੀਪਾਂ ਦੇ ਪਿੱਛੇ ਦੌੜਿਆ ਜਾਂਦਾ ਸੀ, ਦੌੜਿਆ ਜਾਂਦਾ ਜਾਂ ਮਤਲਬ ਉਹਨਾਂ ਤੇ ਬਹਿ ਕੇ ਸੀ, ਬੱਚੇ ਦੌੜਦੇ ਸੀ ਕੰਪੇਨ 'ਚ ਜਾਂਦੇ ਸੀ। ਤਾਂ ਉਹ ਦੌਰ ਮੈਂ ਬੜਾ ਦੇਖਿਆ, 89 ਦਾ ਜਿਹੜਾ ਦੌਰ ਸੀ, ਜਿਹੜਾ ਇਲੈਕਸ਼ਨ 89 ਜਾਂ 90 'ਚ ਜਿਹੜਾ ਇਲੈਕਸ਼ਨ ਪੋਸਟਪੋਨ ਹੁੰਦਾ ਹੈ, ਉਹਦੇ 'ਚ ਬੜੀ ਇੱਕ ਵੱਖਰੀ ਗਾਥਾ ਹੈ ਕਿ ਇਲੈਕਸ਼ਨ ਕਮਿਸ਼ਨ ਨੇ ਬਾਦਲ ਸਾਹਿਬ ਨਾਲ ਜਦੋਂ ਗੱਲ ਜਾ ਕੇ ਮਿਲੇ ਵੀ ਸਾਡੇ ਤੁਸੀਂ ਇਲੈਕਸ਼ਨ ਕਰਾਓ, ਗਵਰਨਰ ਹੀ ਰਾਜ ਸੀ, ਤਾਂ ਬਾਦਲ ਸਾਹਿਬ ਨੂੰ ਇਲੈਕਸ਼ਨ ਕਮਿਸ਼ਨ ਕਹਿੰਦਾ ਵੀ ਦੋ ਪਾਰਟੀਆਂ ਚਾਹੀਦੀਆਂ ਇਲੈਕਸ਼ਨ ਲੜਨ ਲਈ, ਤੇ ਮੈਂ ਇਲੈਕਸ਼ਨ ਕਰਾ ਦਿੰਦਾ। ਬਾਦਲ ਸਾਹਿਬ ਨੇ ਖੁਦ ਚਲੋ ਫੈਡਰੇਸ਼ਨ ਨੂੰ ਤਿਆਰ ਕੀਤਾ, ਫੈਡਰੇਸ਼ਨ ਦੇ ਵਿੱਚ ਫਿਰ ਸਾਰੇ ਡਰਦੇ ਸੀ ਕੋਈ ਕੈਂਡੀਡੇਟ ਨਾ ਬਣੇ, ਜਿਹੜਾ ਫਰੀਦਕੋਟ ਤੋਂ ਕੈਂਡੀਡੇਟ ਬਣਿਆ ਉਹ ਖੁਦ ਡਰੇ, ਕਹਿੰਦਾ ਮੈਨੂੰ ਪੁਲਿਸ 'ਤੇ ਭਰੋਸਾ ਨਹੀਂ, ਬਾਦਲ ਸਾਹਿਬ ਤੁਸੀਂ ਆਪਣੀ ਸਿਕਿਉਰਿਟੀ ਦਿਓ। ਮੈਨੂੰ ਇਹ ਵੀ ਯਾਦ ਹੈ ਰਾਤ ਦੇ 9 ਵਜੇ ਜਦੋਂ ਸਾਨੂੰ ਪਿੰਡੋਂ ਸੱਦਿਆ ਗਿਆ, ਸਰਦਾਰ ਗੁਰਪਾਲ ਸਿੰਘ ਗੋਰਾ ਜੀ ਜਿਹੜੇ ਸਾਡੇ SGPC ਦੇ ਮੈਂਬਰ ਹੈ, ਜੀ ਜੀ ਜੀ, ਉਹ ਮੈਨੂੰ ਨਾਲ ਲੈ ਗਏ, ਕਿਉਂਕਿ ਜਦੋਂ ਬਾਦਲ ਜਾਣਾ ਹੁੰਦਾ ਸੀ ਤੇ ਬੰਦੇ 2-3 ਤਾਂ ਗੱਡੀ ਚਲਾਉਣ ਵਾਲਾ ਜਾਂ ਨਾਲ ਹੁੰਦਾ ਹੀ ਸੀ ਨਾ ਵੀ ਜਾਣਾ ਹੈ। ਬਾਦਲ ਸਾਹਿਬ ਨੇ ਕਿਹਾ ਵੀ ਗੁਰੇ ਇੱਕ ਬੜਾ ਉਹ ਗੁਰਾ ਕਹਿ ਕੇ ਬੋਲ ਜੀ, ਤਾਂ ਉਹ ਕਹਿੰਦੇ ਬੜੀ ਇੱਕ ਸਥਿਤੀ 'ਚ ਇਹੋ ਜਿਹੀ 'ਚ ਫਸ ਗਏ ਆਪਾਂ ਕਿ ਕੈਂਡੀਡੇਟ ਖੜਾ ਕਰਨਾ ਪਰ ਉਹ ਸਿਕਿਉਰਿਟੀ ਆਪਾਂ ਤੋਂ ਪਰਸਨਲ ਮੰਗਦੇ ਆ। ਤਾਂ ਉਹ ਕਹਿੰਦੇ ਵੀ ਬੰਦੇ ਉਹ ਚਾਹੀਦੇ ਆ ਜਿਨ੍ਹਾਂ ਦੇ ਚਿਹਰੇ ਲੋਕ ਨਾ ਜਾਣਦੇ ਹੋਣ ਪਰ ਬੰਦੇ ਆਪਣੇ ਭਰੋਸੇ ਵਾਲੇ ਹੋਣ। ਤਾਂ ਉਹਨਾਂ ਨੇ ਫੈਸਲਾ ਕੀਤਾ, ਇੱਕ ਤਾਂ ਕਹਿੰਦੇ ਮੇਰੇ ਨਾਲ ਹੀ ਆਇਆ ਕਿ ਕਿਹੜਾ ਮੁੰਡਾ, ਤਾਂ ਉਹ ਜਦੋਂ ਮੈਨੂੰ ਬੁਲਾਇਆ ਕਹਿੰਦੇ ਲੈ ਦੱਸੇ ਤਾਂ ਘਰ ਦਾ ਹੀ ਮੁੰਡਾ, ਉਹ ਫਿਰ ਉਹ ਚਲੋ ਕਹਿੰਦੇ ਜੀ ਫਿਰ ਰਾਈਫਲ ਦਾ ਪੰਗਾ ਪਊ, ਉਹ ਕਹਿੰਦਾ ਜੀ ਰਾਈਫਲ ਵੀ ਹੈਗੀ ਇਹਨਾਂ ਕੋਲੇ। ਮਤਲਬ ਮੁੱਕਦੀ ਗੱਲ, ਉਦੋਂ 2.5 ਮਹੀਨੇ ਅਸੀਂ ਜਦੋਂ ਤੱਕ ਇਲੈਕਸ਼ਨ ਪੋਸਟਪੋਨ ਨਹੀਂ ਹੋਇਆ ਤੇ ਸਮਝ ਲਓ ਇੱਕ ਬਾਦਲ ਸਾਹਿਬ ਦੇ ਭੇਜੇ ਹੋਏ ਉਹਨਾਂ ਦੀ ਨਾਲ ਸਿਕਿਉਰਿਟੀ ਤੇ ਕਰ ਰਹੇ, 89-90 ਦੀਆਂ ਗੱਲਾਂ ਕਰਦਾ ਮੈਂ ਜੀ ਜੀ। ਤਾਂ ਸ਼੍ਰੋਮਣੀ ਅਕਾਲੀ ਦਲ ਉਸ ਵੇਲੇ ਤੱਕ ਹੋਰ ਜਜ਼ਬੇ ਦਾ ਸੀ, ਮੈਂ ਬਹੁਤ ਨੇੜਿਓਂ ਦੇਖਿਆ। ਉਦੋਂ ਬਾਅਦ ਅੱਗੇ ਭਾਵੇਂ ਕਿਤੇ ਜੇਲ੍ਹ ਜਾਣਾ, ਭਾਵੇਂ ਕਿਤੇ ਧਰਨੇ ਦੇਣੇ, ਕੁਛ ਵੀ ਕਰਨਾ, ਪਰ ਉਸ ਇਲੈਕਸ਼ਨ ਦੇ ਵਿੱਚ ਆ ਕੇ ਇੱਕ ਲੱਕ ਟੁੱਟ ਗਿਆ ਸ਼੍ਰੋਮਣੀ ਅਕਾਲੀ ਦਲ, ਕਿਉਂਕਿ 27 ਉਮੀਦਵਾਰ ਜਿਹੜੇ ਆ ਉਹ ਮਾਰ ਦਿੱਤੇ ਗਏ ਸੀ। ਉਸ ਤੋਂ ਬਾਅਦ ਅਗਲਾ ਦੌਰ ਆਇਆ 92 ਦਾ, ਤੇ 92 'ਚ ਉਸ ਵੇਲੇ ਦੇ ਜਿਹੜੀ ਖਾੜਕੂ ਲਹਿਰ ਜਿਹੜੇ ਕਹਾਉਂਦੇ ਸੀ, ਜਿਹੜੇ ਵਿੱਚ ਮੈਂ ਕਹੂੰਗਾ ਕਿ ਕਿਸੇ ਦੇ ਪ੍ਰੈਸ਼ਰ ਥੱਲੇ ਵੀ ਚੱਲਣ ਵਾਲੇ ਹੋਣਗੇ ਜਾਂ ਕਿਹੜੇ ਸੀ, ਜਿਨ੍ਹਾਂ ਨੇ ਪ੍ਰੈਸ਼ਰ ਅਕਾਲੀ ਦਲ 'ਤੇ ਬਣਾਤਾ ਕਿ ਤੁਸੀਂ ਬਾਈਕਾਟ ਕਰੋ। ਜਦੋਂ ਅਕਾਲੀ ਦਲ ਦਾ ਬਾਈਕਾਟ ਹੋ ਗਿਆ ਤੇ ਕਾਂਗਰਸ ਦੇ ਕਿਸੇ ਲੀਡਰ ਦੇ ਖਰੋਚ ਵੀ ਨਹੀਂ ਆਈ ਤੇ 250 ਵੋਟਾਂ ਵਾਲੇ ਵੀ MLA ਬਣ ਗਏ ਤੇ ਸਰਕਾਰ ਬਣ ਗਈ। ਤਾਂ ਉਸ ਤੋਂ ਬਾਅਦ ਫਿਰ ਜਦੋਂ ਬਾਦਲ ਸਾਹਿਬ ਦਾ ਮੌਕਾ ਆਇਆ ਕਿ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦਾਂ ਲੜੀਆਂ ਸੀ, ਉਹ ਬੜੇ ਜ਼ੋਰ ਨਾਲ ਲੜੀਆਂ। ਫਿਰ ਉਸ ਤੋਂ ਬਾਅਦ 95 ਦਾ ਇੱਕ ਬਾਈ ਇਲੈਕਸ਼ਨ ਆਉਂਦਾ, ਉਦੋਂ ਪਹਿਲਾਂ ਮੇਰੇ ਖਿਆਲ ਅਜਨਾਲੇ ਤੇ ਨਕੋਦਰ ਦਾ ਵੀ ਆਉਂਦਾ, ਫਿਰ ਗਿੱਦੜਵੇ ਦਾ ਆਉਂਦਾ। ਗਿੱਦੜਵੇ ਦੇ ਵਿੱਚ ਸਥਿਤੀ ਇਹ ਸੀ ਕਿ ਬਾਦਲ ਸਾਹਿਬ ਦੇ ਵਿਰੋਧੀ ਧੜੇ ਜਿਹੜੇ ਇੰਟਰਨਲ ਵਿੱਚ ਬੈਠੇ ਸੀ, ਉਹਨਾਂ ਨੂੰ ਇਹ ਲੱਗਦਾ ਸੀ ਕਿ ਇੱਥੇ ਠਿੱਬੀ ਖਾਣਗੇ ਬਾਦਲ ਸਾਹਿਬ। ਤਾਂ ਪਹਿਲਾਂ ਤਾਂ ਪਿੰਡਾਂ ਦੀਆਂ ਪੰਚਾਇਤਾਂ ਇਕੱਠੀਆਂ ਹੋਈਆਂ, ਜਿਵੇਂ ਹੁਣ ਕੱਲ੍ਹ ਬਾਦਲ ਇਕੱਠੀਆਂ ਹੋਈਆਂ, ਉਹ ਇਹ ਤਾਂ ਹੁਣ ਰਿਵਾਜ਼ ਹੈ ਨਾ ਵੀ ਇੱਕ ਥਾਂ ਹੀ ਸੱਦ ਲਏ। ਅਤੇ ਬਾਦਲ ਸਾਹਿਬ ਉਸ ਵੇਲੇ ਬਾਦਲ ਸਾਹਿਬ ਗਿੱਦੜਵਾ ਰੈਸਟ ਹਾਊਸ ਬੈਠੇ ਆ ਕੇ ਅਤੇ ਸਾਰੇ ਪਿੰਡ ਦੀਆਂ ਪੰਚਾਇਤਾਂ ਨੂੰ ਵਾਰੀ ਵਾਰੀ ਮਿਲੇ। ਤਾਂ ਉਹਨਾਂ ਨੇ ਇੱਕੋ ਸਾਹੇ ਸਾਰਿਆਂ ਨੇ ਕਹਿਤਾ ਵੀ ਇਲੈਕਸ਼ਨ ਤੁਹਾਡੇ ਪਰਿਵਾਰ ਨੂੰ ਲੜਨਾ ਪਊਗਾ। ਤਾਂ ਫਿਰ ਉੱਥੇ ਇੱਕ ਪ੍ਰੀਖਿਆ ਦੀ ਘੜੀ ਆ ਗਈ ਵੀ ਜੇ ਖੁਦ ਬਾਦਲ ਸਾਹਿਬ ਲੜਦੇ ਆ, ਪ੍ਰਧਾਨ ਸੀਗੇ ਉਸ ਟਾਈਮ 'ਤੇ ਐਡਾ ਵੱਡਾ ਕੱਦ ਸੀ, ਅਤੇ ਜੇ ਕੋਈ ਹੀਮ ਕੀਮ ਹੋ ਜਾਂਦੀ ਹੈ ਤਾਂ ਫਿਰ ਕੰਮ ਜ਼ਿਆਦਾ ਖਰਾਬ ਹੈ। ਤਾਂ ਫਿਰ ਉੱਥੇ ਗੱਲ ਨਿਕਲੀ ਕਿ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੂੰ, ਉਦੋਂ ਮਨਪ੍ਰੀਤ ਬਾਦਲ ਇੱਥੇ ਸਨ, ਇੰਡੀਆ 'ਚ ਸੀਗੇ? ਨਹੀਂ, ਇੱਥੇ ਸੀਗੇ ਜੀ, ਪੜ੍ਹ ਕੇ ਉਦੋਂ ਪਹਿਲਾਂ ਆ ਗਏ ਸੀ, ਵਾਪਸ ਆ ਗਏ, ਖਤਮ ਹੋ ਚੁੱਕੇ ਆ ਗਏ ਸੀ। ਹਾਂਜੀ, ਓਕੇ ਸਰ। ਤਾਂ ਉਹ ਫਿਰ 1995 ਦਾ ਬਾਈ ਇਲੈਕਸ਼ਨ ਜਦੋਂ ਹੋਇਆ ਤੇ ਉਦੋਂ ਵਰਕਰ ਦਾ ਜਜ਼ਬਾ ਮਿੰਟੂ ਜੀ ਇਸ ਕਿਸਮ ਦਾ ਸੀ ਕਿ ਤੁਸੀਂ ਉਦੋਂ ਅਸੀਂ ਵੀ ਸੁਰਤ ਸੰਭਲੇ ਸੀ, ਮੰਤਰੀਆਂ ਦੇ ਥੱਪੜ ਜਿਹੜੇ ਆ ਉਹ ਗੂੰਜੇ ਸੀਗੇ, ਅਖਬਾਰਾਂ ਦੀਆਂ ਸੁਰਖੀਆਂ ਬਣੇ, ਟੈਲੀਵਿਜ਼ਨਾਂ ਦੀਆਂ ਖਬਰਾਂ ਬਣੇ, ਮਤਲਬ ਜਜ਼ਬਾ ਹੋਰ ਸੀ ਉਦੋਂ ਮਤਲਬ ਵਰਕਰ 'ਚ ਲੜਨ ਦਾ। ਅੱਜ ਪਤਾ ਨਹੀਂ ਕੀ ਗੱਲ ਹੈ, ਨਿੱਜ ਪ੍ਰਸਤੀ ਜੀ ਵਾਲਾ ਵੱਧ ਗਿਆ। ਉਹਦੇ ਕਾਰਨ ਸਮਝ ਲਓ ਇੱਥੋਂ ਹੀ ਬਣਦੇ ਗਏ ਕਿ
ਪਰਿਵਾਰਵਾਦੀ ਰਾਜਨੀਤੀ ਭਰ ਹੁੰਦੀ ਗਈ, ਇਹੋ ਜਿਹੇ ਹਾਲਾਤ ਬਣਦੇ ਗਏ, ਤਾਂ ਫਿਰ ਉਹ ਤੋਂ ਬਾਅਦ ਵਿਗੜਦਾ 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 ਅੱਜ ਤੱਕ ਤਾਂ ਤਾਣਾ ਬਾਣਾ ਹੀ ਉਲਝਿਆ ਪਿਆ ਮੈਂ। ਹੁਣ ਇਤਿਹਾਸ ਫਿਰ ਆਪਣੇ ਆਪ ਨੂੰ ਰਿਪੀਟ ਕਰ ਰਿਹਾ, ਉਹੀ ਸਥਿਤੀ ਸੁਖਬੀਰ ਸਿੰਘ ਬਾਦਲ 'ਤੇ, ਉਹੀ ਹਲਕਾ ਕਿ ਜਾਂ ਤਾਂ ਬਈ ਸ਼ਾਹ ਸਵਾਰ ਬਣ ਕੇ ਇੱਥੋਂ ਨਿਕਲੋ, ਜੇਤੂ ਬਣ ਕੇ ਨਿਕਲੋ, ਨਹੀਂ ਨਹੀਂ ਤਾਂ ਫਿਰ ਬਹੁਤ ਕੁਝ ਹੁਣ ਗਵਾਉਣ ਵਾਸਤੇ ਬਚਿਆ ਵੀ ਨਹੀਂ, ਬਹੁਤ ਕੁਝ ਗਵਾ ਚੁੱਕੇ। ਮੈਂ ਡਿੰਪੀ ਢਿੱਲੋਂ ਬਾਰੇ ਪੁੱਛ ਰਿਹਾ ਸੀਗਾ ਕਿ ਕੀ ਲੱਗਦਾ ਤੁਹਾਨੂੰ ਕਿ ਇਸ ਤਰ੍ਹਾਂ ਚਲੇ ਜਾਣਾ, ਹਾਲਾਤ ਕੀ ਨੇ, ਕੋਈ ਵਰਕਿੰਗ ਸਟਾਈਲ ਤੋਂ ਪ੍ਰੋਬਲਮ ਹੈ, ਲੀਡਰਸ਼ਿਪ ਤੋਂ ਪ੍ਰੋਬਲਮ ਹੈ, ਜਾਂ ਕਹਿ ਲਓ ਕਿ ਕੁਝ ਅੰਦਰੂਨੀ ਐਸਾ ਚੱਲ ਰਿਹਾ ਜੋ ਬਾਹਰੀ ਤੌਰ 'ਤੇ ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ ਕਿ ਬਈ ਯਾਰ ਡਿੰਪੀ ਢਿੱਲੋਂ ਜਿਹੜਾ ਹੈ ਵਫ਼ਾਦਾਰ ਬੰਦਾ ਸੀ ਬਾਦਲ ਪਰਿਵਾਰ ਦਾ, ਉਹ ਬੰਦਾ ਜਿਹੜਾ ਸ਼ਾਇਦ ਮੈਨੂੰ ਲੱਗਦਾ ਕਿ ਬਾਦਲ ਸਾਹਿਬ ਦੇ ਘਰ ਤੱਕ ਐਂ ਸਿੱਧਾ ਜਾ ਸਕਦਾ ਸੀ, ਕੋਈ ਰੋਕ ਟੋਕ ਨਹੀਂ, ਉਹਦਾ ਜਾਣਾ, ਇਹ ਸਾਰਾ ਐਪੀਸੋਡ ਜਿਹੜਾ ਹੈ ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਪ੍ਰੋਬਲਮ ਕਿੱਥੇ ਆ, ਸਮੱਸਿਆ ਕਿੱਥੇ ਆ? ਦੇਖੋ ਇਤਿਹਾਸ ਉੱਥੇ ਜਾ ਕੇ ਖੜ ਗਿਆ। ਮੈਂ ਕਹੂੰਗਾ ਸ਼੍ਰੋਮਣੀ ਅਕਾਲੀ ਦਲ ਲਈ ਬੜਾ ਮੰਦਭਾਗ ਹੈ। ਪਹਿਲੀ ਤਾਂ ਮੈਂ ਇੱਕ ਬੇਨਤੀ ਕਰਾਂ ਕਿ ਸ਼੍ਰੋਮਣੀ ਅਕਾਲੀ ਜਿਹੜਾ 95 ਦਾ ਮੈਂ ਬਾਈ ਇਲੈਕਸ਼ਨ ਦੀ ਗੱਲ ਜਿੱਥੇ ਮੈਂ ਛੱਡ ਗਿਆ, ਜਿਹੜਾ 2200 ਵੋਟ ਦੇ ਜਿੱਤੇ, ਗਿੱਦੜਵੇ ਦੇ ਲੋਕਾਂ 'ਚ ਵੀ ਉਸ ਕਿਸਮ ਦਾ ਜਜ਼ਬਾ ਹੁੰਦਾ ਸੀ ਉਸ ਵੇਲੇ ਕਿ ਜਦੋਂ ਇਲੈਕਸ਼ਨ ਪੋਸਟਪੋਨ ਹੋਇਆ ਨਾ, ਅਤੇ ਬਾਦਲ ਸਾਹਿਬ ਵੀ ਬਹੁਤ ਘਬਰਾ ਗਏ ਸੀ। ਪਰ ਬਾਦਲ ਸਾਹਿਬ ਨੂੰ ਜਿਵੇਂ ਨਹੀਂ ਹੁੰਦਾ ਕਿ ਜਦੋਂ ਬਹੁਤ ਗੱਡੀ ਗੱਲ ਵਾਪਰ ਜਾਏ ਬੰਦੇ ਨੂੰ ਬੁਖਾਰ ਤੱਕ ਚੜ੍ਹ, ਬਾਦਲ ਸਾਹਿਬ ਦੀ ਸਿਹਤ ਵੀ ਢਿੱਲੀ ਹੋਈ, ਪਰ ਬਾਦਲ ਸਾਹਿਬ ਕੁਛ ਘੰਟਿਆਂ 'ਚ ਹੀ ਸੰਭਲੇ ਅਤੇ ਸੰਭਲ ਕੇ ਦੁਬਾਰਾ ਸਾਰਿਆਂ ਦੀ ਮੀਟਿੰਗ ਕੀਤੀ। ਮੀਟਿੰਗ ਕਰਕੇ ਜਿਹੜੇ ਬਾਹਰਲੇ ਲੀਡਰ ਸੀ ਉਹਨਾਂ ਨੂੰ ਕਿਹਾ ਵੀ 24 ਘੰਟੇ ਦੀ ਤੁਹਾਨੂੰ ਛੁੱਟੀ ਹੈ, ਤੁਸੀਂ ਜਾਇਓ ਅਤੇ ਆ ਕੇ ਫਿਰ ਮੋਰਚਿਆਂ 'ਚ ਡਟ ਜਾਓ। ਅਤੇ ਪਿੰਡਾਂ ਵਾਲੀਆਂ ਪੰਚਾਇਤਾਂ ਅਸੀਂ ਅਗਲੇ ਦਿਨ ਬੁਲਾਈਆਂ, ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਉਦੋਂ ਤੋਂ ਹੀ ਸਰਗਰਮ ਸੀ, ਅਤੇ ਪਿੰਡਾਂ ਵਾਲੇ ਪੰਚਾਇਤਾਂ ਨੂੰ ਇਹ ਕਿਹਾ ਕਿ ਬਾਦਲ ਸਾਹਿਬ ਦੀ ਜਿਵੇਂ ਆਦਤ ਹੈ ਸਰਦਾਰ ਸਾਹਿਬ, ਇਲੈਕਸ਼ਨ ਬਹੁਤ ਟਫ ਹੈ, ਜੇ ਇੱਥੇ ਆਪਾਂ ਹਾਰ ਗਏ ਤਾਂ ਪਾਰਟੀ ਡਿੱਗ ਜਾਣੀ ਹੈ। ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਵੀ ਮੇਰੇ ਹੱਥ ਖੜੇ ਆ ਵੀ ਹੁਣ ਤਾਂ ਮੇਰੇ ਕੋਲੋਂ ਵੀ ਪੈਸੇ ਵੀ ਖਤਮ ਹੈ, ਔਰ ਇਹੋ ਜਿਹੇ ਹਾਲਾਤ ਹੈ ਕਿ ਹਰ ਬੰਦੇ ਨੂੰ ਵੀ ਸਰਦਾਰ ਸਾਹਿਬ ਤੁਹਾਡੀ ਤਾਂ 50-60 ਕਿੱਲਿਆਂ ਦੀ ਖੇਤੀ ਹੈ, 5-5 ਲੱਖ ਰੁਪਇਆ ਘਰੇ ਲਿਆ ਕੇ ਰੱਖੋ, ਇਲੈਕਸ਼ਨਾਂ ਵੇਲੇ ਖਰਚਣਾ ਪੈਣਾ। ਮਤਲਬ ਜੇ ਮੈਂ ਗਲਤ ਨਾ ਫਾਈਨੈਂਸ਼ੀਅਲੀ ਵੀ ਸਥਿਤੀ ਉਸ ਵੇਲੇ ਡਾਵਾਡੋਲ ਸੀ, ਤੁਸੀਂ ਅੰਦਰ ਇਲੈਕਸ਼ਨ ਪੱਧਰ ਤੇ, ਇਲੈਕਸ਼ਨ ਹੋਵੇ, ਵਿਆਹ ਹੋਵੇ, ਕੋਈ ਕਾਰਜ ਹੋਵੇ, ਤਾਂ ਉਹ ਇੱਕ ਮਿਥਿਆ ਹੁੰਦਾ ਵੀ ਇੰਨੇ ਕੁ ਪੈਸਿਆਂ ਨਾਲ ਸਰਜੂ ਬੰਦਾ, ਉਸੇ ਹਿਸਾਬ ਨਾਲ ਜੇ ਲੱਗਦਾ ਵੀ ਵੱਧ ਤਾਂ ਖੁੱਲੇ ਵੀ ਖਰਚ ਪੈਂਦਾ, ਤੇ ਇਹ ਥੋੜੀ ਪਤਾ ਸੀ ਕਿ 24 ਘੰਟੇ ਪਹਿਲਾਂ ਇਲੈਕਸ਼ਨ ਪੋਸਟਪੋਨ ਹੋ ਜਾਊਗਾ। ਤਾਂ ਉਹ ਜਦੋਂ ਫਿਰ ਮੈਨੂੰ ਇਹ ਵੀ ਯਾਦ ਹੈ ਕਿ 1,30,00,000 ਰੁਪਈਆ ਕਿ 35,00,000 ਰੁਪਈਆ, ਪਰ ਬਾਦਲ ਸਾਹਿਬ ਹਰੇਕ ਨੂੰ ਕਹਿੰਦੇ ਰਹੇ ਵੀ ਦੇਖੋ 1-2 ਮਹੀਨੇ 2 ਲੱਗ ਜਾਣ 4 ਲੱਗ ਜਾਣ ਅਤੇ ਹੱਦ 6 ਲੱਗ ਜਾਣ ਮੈਂ ਤੁਹਾਡੇ ਮੋੜ ਦੂੰ, ਪਰ ਤੁਸੀਂ ਪੈਸੇ ਲਾ ਦਿਓ। ਔਰ ਮੇਰੇ ਖਿਆਲ 1,35,40,00,000 ਰੁਪਈਆ ਸਾਡੇ ਉਹ ਵਰਕਰਾਂ ਨੇ, ਜ਼ਿਮੀਂਦਾਰਾਂ ਨੇ, ਜੱਟਾਂ ਨੇ ਆਪਦੇ ਆੜ੍ਹਤੀਆਂ ਤੋਂ ਲਿਆ ਕੇ ਖਰਚਿਆ, ਉਹ ਜਜ਼ਬਾ ਸੀ। ਅੱਜ ਸਥਿਤੀ ਪਲਟ ਗਈ ਹੈ, ਅੱਜ ਕੋਈ ਕਹਿੰਦਾ ਜੀ ਇਹਨਾਂ ਨੇ ਰੇਤੇ ਬਜਰੀ ਬਹੁਤ ਬਣਾ ਲਈ। ਅੱਛਾ, ਇਸ ਤਰ੍ਹਾਂ ਇਲੈਕਸ਼ਨ ਲੜਿਆ ਗਿਆ ਸੀ ਉਹ? ਮਤਲਬ ਪਾਰਟੀ ਵੱਲੋਂ ਖੁਦ ਬਾਦਲ ਸਾਹਿਬ ਜਿਹੜਾ ਕੁਛ ਕਰ ਰਹੇ ਸੀ ਕਰ ਰਹੇ ਸੀ, ਪਰ ਮੈਂ ਤੁਹਾਨੂੰ ਇੱਕ ਪਿੰਡ ਦੇ ਵਰਕਰ ਦਾ ਜਜ਼ਬਾ ਦੱਸਦਾ, ਮਤਲਬ ਕਿ ਇਸ ਤਰ੍ਹਾਂ ਇਲੈਕਸ਼ਨ ਲੜਿਆ ਲੋਕਾਂ ਦਾ। ਅੱਜ ਸਥਿਤੀ ਜਿਹੜੀ ਹੈ ਨਾ 95 ਤੋਂ ਬਾਅਦ ਇੱਥੋਂ ਤੱਕ ਆ ਕੇ ਖੜ ਗਈ ਹੈ ਮਿੰਟੂ ਜੀ, ਕਿ ਅੱਜ ਇਹ ਬਣ ਗਿਆ ਵੀ ਸਰਕਾਰਾਂ ਦੇ ਵਿੱਚ ਬਹੁਤ ਕੁਛ ਬਣਾ ਲਿਆ, ਮਤਲਬ ਇਹ ਕੀ ਬਣਾਇਆ ਕੀ ਨਹੀਂ ਬਣਾਇਆ ਇਹ ਇੱਕ ਵੱਖਰੀ ਜਾਂਚ ਦਾ ਅਤੇ ਵੱਖਰੀ ਗੱਲਬਾਤ ਦਾ ਵਿਸ਼ਾ ਹੈ, ਪਰ ਹਰ ਵੋਟਰ ਦੇ ਅਤੇ ਹਰ ਵਰਕਰ ਦੇ ਮਨ 'ਚ ਹੋ ਗਿਆ ਵੀ ਯਾਰ ਸਰਕਾਰਾਂ 'ਚ ਇਹਨਾਂ ਨੇ ਬਹੁਤ ਕੁਛ ਬਣਾ ਲਿਆ। ਅਤੇ ਸੁਖਬੀਰ ਸਿੰਘ ਬਾਦਲ ਕੋਲ 1,000,00,000 ਰੁਪਈਆ ਹੈ, ਉਹ ਫਿਰ ਹੁਣ ਥੱਲਿਓਂ ਜਿਹੜਾ 10-10 ਰੁਪਈਏ ਜਾਂ ਆੜ੍ਹਤੀਆਂ ਤੋਂ ਪੈਸੇ ਲਿਆ ਕੇ ਖਰਚਣ ਵਾਲਾ ਜਿਹੜਾ ਸੀਗਾ ਮਾਦਾ, ਉਹ ਸਮਝ ਲਓ ਮਾਇੰਡ ਸੈੱਟ ਹੀ ਚੇਂਜ ਹੋ ਗਿਆ, ਸੱਭਿਆਚਾਰੀ ਖਤਮ ਹੋ ਗਿਆ, ਚੇਂਜ ਹੋ ਗਿਆ। ਇਹ ਮੈਂ ਤੁਹਾਨੂੰ ਬੇਨਤੀ ਕਰਾਂ, ਇੱਕ ਤਾਂ ਇਹ ਹੈਗਾ, ਇੱਕ ਲੜਾਈ ਵਾਲਾ ਮਾਦਾ ਨਹੀਂ, ਇੱਕ ਅੱਜ ਜਿਹੜੀ ਜਿਵੇਂ ਹੁਣ ਅੱਜ ਤਾਂ ਟੁੱਟ ਭਾਜੀ ਹੋ ਗਈ ਡਿੰਪੀ ਦਾ ਜਾਣਾ। ਦੇਖੋ ਡਿੰਪੀ ਉਸ ਵੇਲੇ ਹੀ ਲਾਈਮ ਲਾਈਟ 'ਚ ਆਉਂਦੇ ਆ, ਭਾਵੇਂ ਸ਼ੁਰੂ ਤੋਂ ਬਾਦਲ ਸਾਹਿਬ ਨਾਲ ਚੱਲਦੇ ਸੀਗੇ ਅਤੇ ਪਰ ਫਿਰ ਵੀ ਲਾਈਮ ਲਾਈਟ 'ਚ 95 ਅਤੇ 22 ਇਲੈਕਸ਼ਨ 'ਚ ਹੀ ਆਉਂਦੇ। ਬਾਦਲ ਸਾਹਿਬ ਦਾ ਡੇਰਾ ਹੀ ਡਿੰਪੀ ਬਾਈ ਦੇ ਘਰੇ ਸੀਗਾ,
ਔਰ ਮੈਨੂੰ ਉਹ ਵੀ ਦਿਨ ਯਾਦ ਹੈ ਕਿ ਜਦੋਂ ਮੰਨ ਲਓ ਗੁਰਮੀਤ ਜਿਹੜਾ ਉਸ ਵੇਲੇ ਦਾ ਪੋਲੀਟੀਕਲ ਸੈਕਟਰੀ ਸੀ ਸੀ ਐਮ ਦਾ, ਬਾਹਰ ਚ ਖੜੀਆਂ ਬੱਸਾਂ ਭੰਨੀਆਂ, ਘਰ ਤੇ ਫਾਇਰ ਕੀਤੇ ਇਹਨਾਂ ਦੇ, ਹਾਂ ਤਾਂ ਉਸ ਜਦੋਂ ਲੇਡੀਜ਼ ਘਰੇ ਹੋਣ ਸਾਡੇ ਆਂਟੀ ਵਰਗੀਆਂ ਜਾਂ ਦੂਜੇ ਤੀਜੇ, ਤੇ ਬੰਦੇ ਦਾ ਮਤਲਬ ਕਾਲਜਾ ਬਾਹਰ ਨੂੰ ਆਉਂਦਾ ਵੀ ਬਾਹਰ ਚ ਤੁਹਾਡੇ ਫਾਇਰਿੰਗ ਹੁੰਦੀ ਹੋਵੇ ਇਸ ਕਰਕੇ ਕਿ ਤੁਸੀਂ ਬਾਦਲ ਸਾਹਿਬ ਨੂੰ ਘਰੇ ਕਿਉਂ ਠਹਿਰਾਇਆ, ਹਨਾ, ਮਤਲਬ ਇਸ ਕਿਸਮ ਦਾ ਉਹ ਮਾਹੌਲ ਸੀਗਾ, ਉਸ ਕਿਸਮ ਦੇ ਲੜਦੇ ਆਉਂਦੇ ਸੀ, ਤੇ ਪਰਿਵਾਰ ਚ ਸਿੱਧੇ ਜਾਣਾ ਜਾਂ ਘਰ ਸਿੱਧੇ ਜਾਣਾ ਇਹ ਤਾਂ ਬੜੀਆਂ ਛੋਟੀਆਂ ਗੱਲਾਂ ਹੈ, ਕਿਉਂਕਿ ਇਹ ਤਾਂ ਮੇਰਾ ਖਿਆਲ ਹੈ ਕਿ ਬਹੁਤ ਛੋਟੀ ਗੱਲ ਹੈ ਉਸ ਗੱਲ ਦੇ ਸਾਹਮਣੇ ਕਿ ਤਾਂ ਪਰਿਵਾਰ ਹੀ ਇੱਕ ਗਿਣਿਆ ਜਾਂਦਾ ਸੀ। ਔਰ ਦੂਜੀ ਗੱਲ, ਸਾਹਿਬ ਮਨਪ੍ਰੀਤ ਸਿੰਘ ਬਾਦਲ ਉਸ ਵੇਲੇ ਤੋਂ ਇਲੈਕਸ਼ਨ ਲੜਦੇ ਆ, ਔਰ ਡਿੰਪੀ ਬਾਈ ਦਾ ਮਨਪ੍ਰੀਤ ਸਿੰਘ ਬਾਦਲ ਨਾਲ ਭਾਵੇਂ ਲਿਹਾਜ਼ ਬਹੁਤ ਜ਼ਿਆਦਾ ਸੀ, ਪਰ ਜਿਹੜਾ ਦਿਲੋਂ ਯਾਰਾਨਾ ਸੀ ਉਹ ਸੁਖਬੀਰ ਸਿੰਘ ਬਾਦਲ ਨਾਲ, ਔਰ ਮਨਪ੍ਰੀਤ ਸਿੰਘ ਬਾਦਲ ਵੀ ਸਮਝਦੇ ਸੀ ਵੀ ਇਹ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਬੰਦੇ ਆ, ਔਰ ਉਹ ਵੀ ਕਹਿੰਦਾ ਸੀ ਵੀ ਇਹ ਮੇਰੇ ਬੰਦੇ ਆ, ਔਰ ਉਹਨਾਂ ਨੇ ਇਲੈਕਸ਼ਨ ਦੇ ਨੇੜੇ ਆ ਕੇ 4-5 ਪਿੰਡਾਂ 'ਚ ਕੰਮ ਜ਼ਰੂਰ ਕਰਦੇ ਸੀ, ਵਰਨਾ ਬਾਕੀ ਦਾ ਕੰਮ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਨਾਲ ਹੀ ਜਿਹੜਾ ਸੀ ਕਰਦੇ, ਰਿਲੇਸ਼ਨ ਸਾਰਿਆਂ ਦੇ ਬਹੁਤ ਵਧੀਆ ਸੀ। ਜਦੋਂ ਅਸੀਂ ਵੀ ਗਿੱਦੜਵੇ ਦੇ ਵਿੱਚ ਵਿਚਰਨਾ, ਮੰਨ ਲਓ 2-3 ਦਿਨ ਮਨਪ੍ਰੀਤ ਨੇ ਇਕੱਠੇ ਵਿਚਰਨਾ, ਤੇ ਜੇ ਸਾਨੂੰ ਦੁਪਹਿਰ ਦੀ ਰੋਟੀ ਜੇ ਨਹੀਂ ਖਾਧੀ ਤੇ ਅਸੀਂ ਫੋਨ ਹੀ ਕਰਨਾ, ਡਿੰਪੀ ਜਾਂ ਅੰਕਲ ਕੋਈ ਘਰੇ ਹੋਣ ਤੇ ਭਾਵੇਂ ਨਾ ਹੋਣ, ਆਂਟੀ ਨੇ ਰੋਟੀ ਸਾਨੂੰ ਤਿਆਰ ਕਰ ਦੇਣੀ ਤੇ ਅਸੀਂ ਖਾ ਲੈਣੀ, ਮਤਲਬ ਰਿਲੇਸ਼ਨਾਂ 'ਚ ਕੋਈ ਕਮੀ ਨਹੀਂ ਸੀ, ਪਰ ਗਿਣੇ ਜਾਂਦੇ ਸੀਗੇ ਇਹ ਸੁਖਬੀਰ ਸਿੰਘ ਦੇ ਪਾਲੇ ਦੇ ਬੰਦੇ। ਅੱਜ ਮੇਰਾ ਖਿਆਲ ਹੈ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਗਲਤ ਫੈਸਲਿਆਂ ਦਾ ਹੀ ਇਹ ਨਤੀਜਾ ਹੈ। ਅੱਛਾ, ਜੇ ਮੰਨ ਲਓ ਮੈਂ, ਹਾਲਾਂਕਿ ਪੋਲੀਟੀਕਲ ਬੰਦੇ ਕਈ ਮੈਂ ਡਿਬੇਟਾਂ ਵੀ ਕੱਲ੍ਹ ਦੇਖੀਆਂ ਕਿ ਜੇ ਹੋ ਸਕਦਾ ਜੇ ਅਨਾਊਂਸ ਕਰ ਦਿੰਦੇ ਤੇ ਫਿਰ ਟਿਕਟ ਲੈ ਕੇ ਭੱਜ ਜਾਂਦਾ, ਤੇ ਟਿਕਟ ਕਿਹੜੀ ਐਸੀ ਸੀ ਜਿਹੜੀ ਟਰਾਲੀ ਸੀ ਮੁੜ ਕੇ ਮੁੜਨੀ ਨਹੀਂ ਸੀ। ਅੱਜ ਜੇ ਟਿਕਟ ਜੇ ਅਨਾਊਂਸ ਕੀਤਾ ਹੁੰਦਾ ਸੁਖਬੀਰ ਸਿੰਘ ਬਾਦਲ ਨੇ ਵੀ ਡਿੰਪੀ ਇਲੈਕਸ਼ਨ ਲੜੂਗਾ, ਜਾਂ ਕਿਸੇ ਪਿੰਡ 'ਚ ਇਹ ਕਿਹਾ ਹੁੰਦਾ ਵੀ ਯਾਰ ਡਿੰਪੀ ਨੂੰ ਤੁਸੀਂ ਆਪਦੇ ਪਿੰਡ 'ਚੋਂ ਜਿਤਾ ਕੇ ਭੇਜਣਾ, ਤੇ ਉਹਦਾ ਦਿਲ ਖੜਾ ਰਹਿੰਦਾ ਸ਼ਾਇਦ। ਟਿਕਟ ਹੀ ਦੇ ਸਕਦਾ ਸੀ ਨਾ, ਤੇ ਮੈਂ 4 ਪੈਸੇ ਵੀ ਖਰਚਣ ਨੂੰ ਕਹਿੰਦਾ ਸੀ ਵੀ ਮੈਂ ਖਰਚੂਗਾ ਨਾਲ ਤੇਰੇ ਬਰਾਬਰ, ਤੇ ਤੂੰ ਇਲੈਕਸ਼ਨ ਲੜਦੇ ਜੇ ਅੱਜ ਟਿਕਟ ਲੈ ਕੇ ਭੱਜਦਾ ਤਾਂ ਲੋਕਾਂ ਦੇ ਵਿੱਚ ਡਿੰਪੀ ਦੀ ਜਿਹੜੀ ਆ ਉਹ ਥੂ ਥੂ ਹੋਣੀ ਸੀ, ਇਹਨਾਂ ਨੂੰ ਸੁਖਬੀਰ ਸਿੰਘ ਬਾਦਲ 10 ਦਿਨ ਦਾ ਸਮਾਂ ਦੇ ਕੇ ਨਹੀਂ ਟਿਕਟ ਇਸੇ ਨੂੰ ਦੇਣੀ ਹੈ, ਇਹ ਬਿਆਨ ਦੇ ਕੇ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਉਹ ਵੇਲਾ ਲੰਘ ਗਿਆ। ਇਸ ਕਰਕੇ ਮੈਂ ਸਮਝਦਾ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਇਹ ਜਿਹੜੇ ਫੈਸਲੇ ਹੁੰਦੇ ਨਾ, ਔਰ ਮੈਂ ਇੱਕ ਹੋਰ ਤੁਹਾਨੂੰ ਦੱਸਾਂ, ਜੇ ਬਾਦਲ ਸਾਹਿਬ ਹੁੰਦੇ ਤੇ ਉਸੇ ਸ਼ਾਮ ਨੂੰ ਆ ਕੇ ਘਰੇ ਬਹਿ ਜਾਂਦੇ ਵੀ ਕਾਕਾ ਮੈਂ ਤੇਰੇ ਪੈਰੀਂ ਪੱਗ ਰੱਖਦਾ ਪਰ ਤੂੰ ਇਹ ਕੰਮ ਨਾ ਕਰ, ਤੇ ਕੀ ਕਰਦਾ ਜੀ ਡਿੰਪੀ, ਮੈਨੂੰ ਇਹ ਦੱਸੋ। ਇਹ ਬਾਦਲ ਸਾਹਿਬ ਦੀ ਲਿਆਕਤ ਸੀ, ਲਿਆਕਤ ਸੀਗੀ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਉਹ ਆ ਕੇ ਡਿੰਪੀ ਨੂੰ ਬੁਲਾਉਂਦਾ ਵੀ ਨਾ, ਆ ਕੇ ਆਂਟੀ ਦੇ ਗੋਡੇ ਨਾਲ ਬੈਠ ਜਾਂਦਾ ਵੀ ਆਂਟੀ ਹੁਣ ਮੈਨੂੰ ਦੱਸ ਚੰਗਾ, ਮੈਨੂੰ ਖੂਹ 'ਚ ਸੁੱਟ ਦੇ ਜਿੱਥੇ ਸੁੱਟਣਾ, ਮੈਂ ਦੱਸ ਕਿਹੜੇ ਖੂਹ 'ਚ ਡਿੱਗਾ, ਤੇ ਉਹਨੇ ਆਂਟੀ ਨੇ ਕੀ ਕਹਿਣਾ ਸੀ ਵੀ ਪੁੱਤ ਜੋ ਮਰਜ਼ੀ ਹੋ ਜਾਏ ਜਿਵੇਂ ਸੁਖਬੀਰ ਕਹਿੰਦਾ ਉਵੇਂ ਕਰਨੀ ਆ, ਤੇ ਇਹ ਹੋ ਸਕਦਾ ਸੀ। ਜਿਸ ਦਿਨ ਮੰਨ ਲਓ ਮੈਂ ਸੁਝਾਅ ਦਿੱਤਾ ਤੇ ਮੈਂ ਅਗਲੇ ਦਿਨ ਯਮੁਨਾ ਨਗਰ ਇੱਕ ਭੋਗ ਸੀ ਉੱਥੇ ਚੱਲ ਗਿਆ, ਸ਼ਾਮ ਨੂੰ ਮੇਰੀਆਂ ਤਾਂ ਤਖਤੀਆਂ ਤੋੜਨ ਪੈ ਗਏ, ਤੇ ਜੇ ਅਗਲੇ ਦਿਨ ਮੈਨੂੰ ਥੱਲੇ ਬੁਲਾ ਲੈਂਦੇ ਵੀ ਆ ਚੱਲੀਏ ਮੈਂ ਚੱਲਣਾ ਕਿਸੇ ਪਾਸੇ, ਤੇ ਮੈਂ ਕਿਹੜਾ ਜਵਾਬ ਦਿੰਦਾ। ਇਸ ਕਰਕੇ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਵਰਕਿੰਗ ਹੈ ਨਾ, ਉਹਦੇ ਦਿਮਾਗ 'ਚ ਇਹ ਹੈ ਵੀ ਯਾਰ ਬੰਦੇ ਦਾ ਕੀ ਹੈ, ਬੰਦਾ 1 ਲੱਖ ਵਾਲਾ ਨਹੀਂ ਤਾਂ 2 ਲੱਖ ਵਾਲਾ ਰੱਖ ਲਓ, ਇਹ ਜਿਹੜਾ ਐਟੀਚਿਊਡ ਹੈ ਨਾ, ਇਹਨੇ ਪਾਰਟੀ ਮਾਰਤੀ ਸਾਰੀ। ਇਹ ਇਹ ਮਾਡਲ ਜਿਹੜਾ ਇਹ ਜਿੱਦਾਂ ਦਾ ਇੱਕ ਕਹਿ ਲਈਏ ਕਿ ਹੁਣ ਕਾਰਪੋਰੇਟ ਮਾਡਲ ਹੈ ਕਿ ਕੋਈ ਇੱਕ ਜਾਂਦਾ, ਕੋਈ ਗੱਲ ਨਹੀਂ ਆਪਾਂ ਨਵਾਂ ਉੱਥੇ ਕੰਪਨੀ ਦੇ ਵਿੱਚ ਕੋਈ ਮੈਨੇਜਰ ਬਿਠਾ ਲਾਂਗੇ, ਸੀਓ ਲੈ ਆਵਾਂਗੇ, ਕੋਈ ਇਹ ਚੀਜ਼ ਤਾਂ ਫਿਰ ਖਤਰਨਾਕ ਹੈ ਨਾ ਕਿਸੇ ਵੀ ਸੰਗਠਨ ਵਾਸਤੇ। ਅੱਜ ਵੀ ਏਜੰਸੀਆਂ ਹੈਰ ਕੀਤੀਆਂ, 5-5 ਲੱਖ ਤੇ ਬੰਦੇ ਰੱਖੇ ਆ, ਉਹ ਕਹਿੰਦੇ ਨਹੀਂ ਨਹੀਂ ਤੂੰ ਜਿੱਤ ਸਕਦਾ, ਉਹ ਭਾਈ ਜਿਹੜਾ ਬੰਦਾ ਉੱਥੇ ਫਿਰਦਾ 12 ਸਾਲ ਦਾ, ਲੋਕਾਂ ਨਾਲ ਛਿੱਤਰੋ ਛਿੱਤਰੀ ਹੁੰਦਾ ਫਿਰਦਾ ਹੈ, ਵਿਰੋਧੀ ਪਾਰਟੀਆਂ ਨਾਲ ਲੜਦਾ ਫਿਰਦਾ, ਨੁਕਸਾਨ ਖਾਂਦਾ ਫਿਰਦਾ, ਉਹਦਾ ਕੀ ਕਰੋਗੇ, ਤੂੰ ਜਿੱਤ ਸਕਦਾ, ਪ੍ਰਧਾਨ ਤਾਂ ਪਾਰਟੀ ਦਾ ਵੱਡਾ ਹੀ ਹੁੰਦਾ, ਤਾਂ ਜੇ
ਜਿੱਥੇ ਮਰਜ਼ੀ ਖੜ ਜਾਓ ਉੱਥੇ ਜਿੱਤ ਸਕਦਾ, ਪਰ ਚਲੋ ਚਲੋ ਤੁਸੀਂ ਕਹਿੰਦੇ ਹੋ ਵੀ ਜਿੱਤ ਸਕਦਾ, ਤੇ ਜੇ ਹਾਰ ਗਿਆ ਫਿਰ ਕੀ ਕਰੋਗੇ, ਫਿਰ ਕਿਹੜੇ ਕੁਝ ਡਿੱਗੋਗੇ, ਫਿਰ ਹੁਣ ਤੇ ਘਰਧਾੜੇ ਆਉਣੇ ਵੀ ਮੈਂ ਨੀ ਪ੍ਰਧਾਨਗੀ ਛੱਡਣੀ, ਫਿਰ ਕਿਹੜੇ ਮੂੰਹ ਨਾਲ ਰੱਖੋਗੇ। ਇਸ ਕਰਕੇ ਆਪਾਂ ਇਸ ਤੋਂ ਅੱਗੇ ਵੱਧਦੇ ਹਾਂ। ਇਸ ਐਪੀਸੋਡ 'ਚ ਮਨਪ੍ਰੀਤ ਬਾਦਲ ਦਾ ਬੜਾ ਜ਼ਿਕਰ ਆ ਰਿਹਾ। ਢਿੱਲੋਂ ਸਾਹਿਬ ਕਹਿ ਰਹੇ ਆ ਕਿ ਦੇਖੋ ਜੀ ਮੈਂ ਯਾਰ ਸੀਗਾ ਸੁਖਬੀਰ ਸਿੰਘ ਬਾਦਲ ਦਾ, ਮੈਂ ਮਾੜਾ ਨਹੀਂ ਬੋਲਣਾ, ਇਹ ਨਹੀਂ ਹੈ ਉਹ ਨਹੀਂ ਹੈ ਕਿ ਮਨਪ੍ਰੀਤ ਬਾਦਲ ਕਰਕੇ ਮੈਂ ਗਿਆ। ਤੁਹਾਨੂੰ ਕੀ ਲੱਗਦਾ ਕਿ ਮਨਪ੍ਰੀਤ ਬਾਦਲ ਬਾਰੇ ਜੋ ਡਿੰਪੀ ਢਿੱਲੋਂ ਖੁਲਾਸੇ ਕਰ ਰਹੇ ਆ ਕਿ ਆਪਸ ਦੇ ਵਿੱਚ ਇੱਦਾਂ ਹੋ ਰਿਹਾ ਸੀ ਉੱਦਾਂ ਹੋ ਰਿਹਾ ਸੀਗਾ, ਕਿ ਲੱਗਦਾ ਹੈ ਤੁਹਾਨੂੰ ਕਿ ਇਸ ਤਰ੍ਹਾਂ ਕਿਤੇ ਨਾ ਕਿਤੇ ਇਹ ਫੈਕਟਰ ਕੰਮ ਕਰ ਗਿਆ ਕਿ ਯਾਰ ਇਨਸਕਿਉਰਿਟੀ ਜਿੱਦਾਂ ਹੁੰਦੀ ਹੈ ਕਿਸੇ ਵੀ ਪੋਲੀਟੀਸ਼ੀਅਨ ਨੂੰ ਕਿ ਯਾਰ ਇਹ ਬੰਦਾ ਆ ਗਿਆ ਮੇਰਾ ਕੱਲ੍ਹ ਨੂੰ ਕੀ ਬਣੂਗਾ। ਦੇਖੋ ਇੱਕ ਗੱਲਾਂ ਹੁੰਦੀਆਂ, ਇਹ ਕੋਈ ਬੜਾ ਵੱਡਾ ਫਰਕ ਨਹੀਂ ਪੈਂਦਾ ਗਾ ਕਿਤੇ, ਨਾ ਹੀ ਮੇਰਾ ਖਿਆਲ ਹੈ ਡਿੰਪੀ 'ਤੇ ਕੋਈ ਫਰਕ ਪੈਣਾ ਸੀ ਜੇ ਇਹ ਗੱਲਾਂ ਪਿਆਰ ਨਾਲ ਅਤੇ ਪਰਿਵਾਰਕ ਤੌਰ 'ਤੇ ਇਕੱਠੀਆਂ ਕੀਤੀਆਂ ਜਾਂਦੀਆਂ, ਕੋਈ ਔਖਾ ਕੰਮ ਨਹੀਂ ਸੀਗਾ। ਪਰ ਇੱਕ ਹੁਕਮ ਚਾੜਨਾ ਕਿ ਤੂੰ ਫਲਾਣੇ ਥਾਂ ਚੱਲ ਜਾ ਅਤੇ ਫਲਾਣੇ ਨੇ ਇੱਥੇ ਆਉਣਾ, ਉਹ ਕਿਸੇ ਨੂੰ ਬਰਦਾਸ਼ਤ ਨਹੀਂ ਹੁੰਦਾ। ਮੈਂ ਇੱਕ ਬੇਨਤੀ ਕਰਾਂ ਕਿ ਗੱਲਾਂ ਇਹ ਜਿਹੜੀਆਂ ਬਾਈ ਜੀ ਡਿੰਪੀ ਨੇ ਕੀਤੀਆਂ ਉਹ ਲਗਭਗ ਸਾਰੀਆਂ ਸੱਚੀਆਂ, ਟਾਈਮਿੰਗ ਦਾ ਜ਼ਰੂਰ ਫਰਕ ਹੈ। ਮੈਂ ਇੱਕ ਬੇਨਤੀ ਕਰਦੇ ਹਾਂ ਨਾ, ਕਿਉਂਕਿ ਜਦੋਂ ਕਾਂਗਰਸ ਛੱਡਣੀ ਸੀ ਸਾਹਿਬ ਮਨਪ੍ਰੀਤ ਸਿੰਘ ਬਾਦਲ ਨੇ, ਤੇ ਉਦੋਂ ਸ਼੍ਰੋਮਣੀ ਅਕਾਲੀ ਦਲ 'ਚ ਉਹਨਾਂ ਦਾ ਆਉਣਾ ਤੈਅ ਸੀ। ਮਨਪ੍ਰੀਤ ਬਾਦਲ ਨਾਲ ਗੱਲ ਚੱਲ ਰਹੀ ਸੀ ਜਦੋਂ ਕਾਂਗਰਸ 'ਚ ਸੀਗੇ, ਜਦੋਂ ਪਤਾ ਸੀ ਵੀ ਰਾਹੁਲ ਗਾਂਧੀ ਦੀ ਯਾਤਰਾ, ਬਿਲਕੁਲ ਕਸ਼ਮੀਰ ਨੂੰ ਜਾ ਰਹੀ ਸੀ ਉਦੋਂ, ਜਦੋਂ ਮੰਨ ਲਓ ਰਾਹੁਲ ਗਾਂਧੀ ਦੀ ਯਾਤਰਾ 'ਚ ਵੀ ਪਾਰਟਿਸਿਪੇਟ ਨਹੀਂ ਕੀਤਾ, ਤੇ ਇਹ ਤਾਂ ਪਿੰਡ ਦੇ ਮੈਂਬਰ ਪੰਚਾਇਤ ਨੂੰ ਵੀ ਪੋਲਿਟਿਕਸ ਆਉਂਦੀ ਸੀ ਸਮਝ, ਵੀ ਇਹਦਾ ਮਤਲਬ ਇਹ ਛੱਡੂਗਾ ਮਨਪ੍ਰੀਤ ਬਾਦਲ, ਜਾਂ ਅਗਲੇ ਕੱਢ ਦੇਣਗੇ ਜਾਂ ਉਹ ਛੱਡੂਗਾ, ਦੋਵਾਂ 'ਚ ਇੱਕ ਗੱਲ ਤੈਅ ਸੀ। ਉਸ ਵੇਲੇ ਗੱਲ ਚੱਲੀ ਸੀ ਕਿ ਮਨਪ੍ਰੀਤ ਬਾਦਲ ਨੂੰ ਪਾਰਟੀ 'ਚ ਲਿਆਂਦਾ ਜਾਵੇ, ਤੇ ਗਿਣੇ ਮਿੱਥੇ ਢੰਗ ਨਾਲ 4-5 ਬੰਦਿਆਂ ਨੇ ਪਲੈਨਿੰਗ ਕਰਕੇ ਉਸ ਜੁਆਇਨਿੰਗ ਨੂੰ ਤਾਰ ਪੀਟੋ। ਇਹ ਗੱਲਾਂ 22 ਦੀਆਂ, 22 ਦੇ ਐਂਡ ਦੇ ਵਿੱਚ, ਮੈਨੂੰ ਮਹੀਨਾ ਨਹੀਂ ਯਾਦ ਜੀ, ਹਾਂਜੀ ਹਾਂਜੀ 22 ਦੇ ਵਿੱਚ, ਮੈਂ ਦਰਸ਼ਕਾਂ ਨੂੰ ਦੱਸ ਦਿਆਂ 22 ਦੇ ਐਂਡ ਵਾਲੀਆਂ ਗੱਲਾਂ ਨੇ, 23 'ਚੋਂ ਜਾ ਕੇ 23 ਦੀ ਸ਼ੁਰੂਆਤ 'ਚੋਂ ਯਾਤਰਾ ਖਤਮ ਹੋ ਜਾਂਦੀ ਹੈ, ਜਦੋਂ ਵੀ ਖਤਮ ਹੁੰਦੀ ਹੈ ਜੀ, ਖਤਮ ਹੋਣ ਦੇ ਦਿਨਾਂ ਦੀਆਂ ਗੱਲਾਂ, ਜਮਾਂ ਉਸੇ ਦਿਨਾਂ ਦੀਆਂ ਖਤਮ, ਜਦੋਂ ਸਮਝ ਲਓ ਰਾਹੁਲ ਪੰਜਾਬ 'ਚੋਂ ਲੰਘ ਗਏ ਉਹਨਾਂ ਦਿਨਾਂ ਦੀਆਂ, ਜੀ ਬਿਲਕੁਲ ਬਿਲਕੁਲ, ਬੜੇ ਯਾਤਰਾ ਖਤਮ ਨਹੀਂ ਸੀ, ਤਾਂ ਉਹਨਾਂ ਦਿਨਾਂ 'ਚ ਤਾਂ ਗੱਲ ਚੱਲੀ ਸੀ, ਔਰ ਉਹਨਾਂ ਦਿਨਾਂ 'ਚ ਗੱਲ ਇਹ ਵੀ ਮਤਲਬ ਚੱਲੀ ਸੀ ਕਿ ਚਲੋ ਜੇ ਆਪਾਂ ਮਤਲਬ ਸੀਟ ਖਾਲੀ ਤਲਵੰਡੀ ਹੁੰਦੀ ਹੈ ਜਿਹੜੀ ਕਿ ਉਦੋਂ ਚਰਚਾ ਸੀ, ਤਾਂ ਫਿਰ ਇਹਨੂੰ ਉੱਥੇ ਐਡਜਸਟ ਕਰ ਦਾਂਗੇ। ਇਹ ਗੱਲਾਂ ਇੰਟਰਨਲ ਸੀਗੀਆਂ ਜਿਹੜੀਆਂ ਹੁਣ ਡਿੰਪੀ ਨੇ ਦੱਸੀਆਂ, ਤੇ ਮੈਂ ਤਾਂ ਦੱਸ ਰਿਹਾ, ਨਹੀਂ ਤਾਂ ਮੈਂ ਤਾਂ ਬੜੇ ਦਿਨਾਂ ਦਾ ਬੋਲਦਾ, ਮੈਂ ਬੋਲ ਸਕਦਾ ਸੀ ਆਨ ਦਾ ਰਿਕਾਰਡ, ਜਿਹੜੀਆਂ ਗੱਲਾਂ ਇੱਕ ਦੇਖੋ ਜਿੱਥੇ ਬਿਗ ਦੜਵਾ ਉਤੋਂ ਇਹਨਾਂ ਨੂੰ ਸ਼ਿਫਟ ਕਰ ਦਿਆਂਗੇ, ਕਰ ਦਿਆਂਗੇ, ਦੋਨਾਂ 'ਚੋਂ ਕੀਤਾ ਜਾ ਸਕਦਾ ਸੀ, ਕੋਈ ਔਖੀ ਗੱਲ ਨਹੀਂ, ਪਰ ਦੋਨਾਂ ਨੂੰ ਹੀ ਬਿਠਾ ਕੇ ਕਿਹਾ ਜਾ ਸਕਦਾ ਸੀ ਵੀ ਯਾਰ ਤੁਸੀਂ ਦੱਸੋ, ਤੁਸੀਂ ਆਪਸ 'ਚ ਫੈਸਲਾ ਕਰ ਲਓ ਕਿਹੜੇ ਨੇ ਕਿੱਥੇ ਜਾਣਾ, ਹੋ ਸਕਦਾ ਸੀ, ਕੋਈ ਔਖਾ ਕੰਮ ਨਹੀਂ ਸੀ, ਨਾ ਡਿੰਪੀ ਮਨਪ੍ਰੀਤ ਤੋਂ ਬਾਹਰ ਹੋਣਾ ਸੀ, ਨਾ ਮਨਪ੍ਰੀਤ ਤੋਂ ਡਿੰਪੀ ਬਾਹਰ ਹੋਣਾ ਸੀ, ਨਾ ਉਹ ਹੋਣਾ ਸੀ, ਦੋਨੇ ਇੱਕੋ ਗੱਲ ਸੀ। ਮੈਨੂੰ ਲੱਗਦਾ ਇਹ ਮਿਸਹੈਂਡਲਿੰਗ ਹੋ ਰਹੀ ਹੈ, ਮਤਲਬ ਜਿਹੜਾ ਉਹੀ ਡਿਕਟੇਟਰਾਂ ਨਾ ਦਿਮਾਗ 'ਚ ਜਚਿਆ ਹੋਇਆ ਨਾ ਵੀ ਕੋਈ ਨਹੀਂ, ਜਿਹੜਾ ਮੈਂ ਕਹਿਤਾ ਇੱਕ ਰਾਜਾਸ਼ਾਹੀ ਬਣੀ ਹੋਈ ਹੈ, ਉਹ ਮਾੜੀ ਹੈ। ਪਾਰਟੀ ਦੇ ਵਿੱਚ ਜਿਹੜਾ ਹੁੰਦਾ ਨਾ, ਦੇਖੋ ਪਾਰਟੀ ਦੇ ਵਿੱਚ ਪਾਰਟੀ ਚਲਾਉਣ ਲਈ ਤੁਹਾਨੂੰ ਜਿੱਥੇ ਦਿਲ ਵੱਡਾ ਰੱਖਣਾ ਪੈਂਦਾ ਉੱਥੇ ਦਿਮਾਗ ਖੋਲ੍ਹ ਕੇ ਰੱਖਣਾ ਪੈਂਦਾ। ਦਿਮਾਗ ਤੁਹਾਡਾ ਇਕੱਲੇ ਜੇ ਬਿਜ਼ਨਸ 'ਚ ਖੁੱਲੂਗਾ ਤੇ ਪਾਰਟੀ ਲਈ ਤੁਸੀਂ ਕਹਿੰਦੇ ਹੋ ਜਿਹੜਾ ਮੈਂ ਕਹਿਤਾ ਉਹ ਪਾਰ ਹੀ ਹੋਊਗਾ, ਉਹ ਨਹੀਂ ਹੁੰਦਾ ਹਮੇਸ਼ਾ, ਹਮੇਸ਼ਾ ਕਾਠ ਦੀ ਹਾਂਡੀ ਨਹੀਂ ਚੜ੍ਹਦੀ ਗੀ। ਇੱਕ ਗੱਲ ਹੈ ਕਿ ਬਾਦਲ ਸਾਹਿਬ ਦੇ ਹੁੰਦਿਆਂ ਜਾਂ ਬਾਦਲ ਸਾਹਿਬ ਕਈ ਵਾਰੀ ਗੱਲ ਕੁ ਵਿਗੜਦੀ ਤੇ ਉਹ ਸਾਂਭ ਵੀ ਜਾਂਦੇ ਸੀਗੇ, ਪਰ ਹੁਣ ਹਾਲਾਤ ਹੋਰ ਹੋ ਗਏ ਆ। ਇਸ ਕਰਕੇ ਮੈਂ ਸਮਝਦਾ ਕਿ ਬੜਾ ਅਨਫਾਰਚੂਨੇਟ ਹੈ ਨਹੀਂ ਜੋ ਨਿਰਣੇ ਲੈ ਜਾ ਰਹੇ ਆ ਬਰਾੜ ਸਾਹਿਬ। ਮੈਂ ਮਤਲਬ ਕਿ ਇਹਨਾਂ ਨੂੰ ਦੇਖਿਆ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਉਹਨਾਂ ਟਾਈਮਾਂ 'ਚ ਜਦੋਂ ਅਸੀਂ ਸਕੂਲ ਪਾਸ ਆਊਟ ਹੋਏ ਉਦੋਂ ਤੋਂ ਸਿਆਸਤ 'ਚ ਆ ਗਏ, ਜਦੋਂ ਕੇਂਦਰੀ ਮੰਤਰੀ ਬਣਦੇ ਆ ਆਪਣੇ ਪਿੰਡਾਂ 'ਚ ਆਮ ਵਿਚਰਦੇ ਸਨ। ਅੱਜ ਜੇ ਉਸ ਟਾਈਮ ਤੋਂ ਦੇਖੀਏ ਤਾਂ ਲਗਭਗ 30-32 ਸਾਲ ਮੈਨੂੰ ਵੇਖਦੇ ਨੂੰ ਹੋ ਗਏ ਆ। ਕੀ ਤਜ਼ਰਬਾ ਜਿਹੜਾ ਹੁੰਦਾ ਪੋਲੀਟੀਕਲੀ ਤਜ਼ਰਬਾ, ਉਹਦੀ ਘਾਟ ਹੈ, ਹਾਲੇ ਵੀ ਘਾਟ ਹੈ, ਜਾਂ ਜਿਹੜੇ ਉਹ ਨਿਰਣੇ ਬਣ ਰਹੇ ਆ
ਚਲੋ ਮੈਂ ਕਿਸੇ ਦੇ ਪਰਿਵਾਰਕ ਜੀਵਨ 'ਚ ਨਹੀਂ ਜਾਣਾ ਚਾਹੂੰਗਾ, ਜਿਹੜੋ ਨਿਰਣੇ ਮੰਨ ਰਹੇ ਆ ਕਿ ਕੀ ਉਹ ਆਜ਼ਾਦਾਨਾ ਢੰਗ ਦੇ ਨਾਲ ਖੁਦ ਨਹੀਂ ਬਣਾ ਪਾ ਰਹੇ, ਜਾਂ ਉਹਨਾਂ ਦੇ ਕੋਲ ਜਿਹੜੀ ਨਿਰਣੇ ਬਣਾਉਣ ਵਾਲੀ ਟੀਮ ਹੈ ਜਿਹੜੀ, ਵੀ ਉਹ ਕਲੈਕਟਿਵਲੀ ਉਹ ਐਫਰਟਸ ਨਹੀਂ ਜਚ ਰਹੀਆਂ ਉਹਨਾਂ ਦੇ, ਮਤਲਬ ਕਿ ਸਹੀ ਫੈਸਲੇ ਨਹੀਂ ਜਾ ਰਹੇ, ਕੀ ਲੱਗਦਾ ਕੀ ਹੈ ਤੁਹਾਨੂੰ ਕਿ ਇਹ ਦੇਖੋ ਬੜੀ ਸਿੰਪਲ ਗੱਲ ਹੈ, ਤੁਸੀਂ ਉਹ ਮੈਂ ਹਾਂ, ਆਪਾਂ ਜੋ ਹਾਂ ਜਿੱਥੇ ਹਾਂ ਨਿਰਣਿਆਂ ਕਰਕੇ ਹੀ ਹਾਂ, ਜੇ 10 ਸਾਲ ਬਾਅਦ ਜਾਵਾਂਗੇ ਤਾਂ ਜਿੱਥੇ ਖੜੇ ਹੋਵਾਂਗੇ ਨਿਰਣਿਆਂ ਕਰਕੇ ਹਾਂ, ਜੇ ਨਿਰਣੇ ਹੀ ਸਿਖਰਲੀ ਲੀਡਰਸ਼ਿਪ ਦੇ ਸਹੀ ਨਹੀਂ ਜਾ ਰਹੇ ਤਾਂ ਫਿਰ ਕਿਤੇ ਨਾ ਕਿਤੇ ਸੋਚਣ ਵਿਚਾਰਨ ਦਾ ਵਿਸ਼ਾ ਕਿ ਉਹ ਸਲਾਹ ਮਸ਼ਵਰਾ ਕਿੱਥੋਂ ਹੋ ਰਿਹਾ। ਦੇਖੋ ਹੁਣ ਕੱਲ੍ਹ ਸੁਖਬੀਰ ਸਿੰਘ ਬਾਦਲ ਨੂੰ ਇਹ ਕਹਿਣਾ ਪਿਆ ਜਦੋਂ ਹਰੇਕ ਵਰਕਰ ਨੇ ਕਿਹਾ ਤੁਸੀਂ ਲੜੋ, ਤਾਂ ਉਹਨਾਂ ਨੇ ਕਿਹਾ ਵੀ ਜੋ ਹੁਕਮ ਹੋਇਆ ਮੇਰਾ ਸਿਰ ਮੱਥੇ, ਸਮਝ ਗਏ ਨਾ ਜੀ, ਇਹ ਹੈ ਵਰਕਰਾਂ ਦੀ ਰਾਏ, ਰਾਏ ਫੈਸਲੇ ਕਰਦੇ ਆ ਪਰਿਵਾਰਕ ਫੀਡਬੈਕ ਲੈ ਕੇ, ਕਿਉਂਕਿ ਪਬਲਿਕ ਦੀ ਫੀਡਬੈਕ ਤਾਂ ਅਸੀਂ ਲੈਂਦੇ ਹੀ ਨਹੀਂ, ਜਿਹੜੇ 4-5 ਸਾਡੇ ਨੇੜੇ ਹੈ ਜਾਂ ਜਿਹਨੂੰ ਮੈਨੇਜ ਕਰਦੇ ਹੈ। ਮੈਂ ਮਤਲਬ ਕਿੱਥੋਂ ਦੀਆਂ ਗੱਲਾਂ ਦੱਸਾਂ ਕਿ ਜਦੋਂ ਕੋਈ ਫੈਸਲਾ ਜੇ ਡਿਪਟੀ ਮੁੱਖ ਮੰਤਰੀ ਹੁੰਦੇ ਆ ਵੀ ਉਹਨੂੰ ਤਾਂ ਕਰਾਉਣਾ ਸੀ ਤਾਂ ਸਵੇਰੇ ਉੱਠ ਕੇ 4-5 ਬੰਦੇ ਫੋਨ ਕਰਨ 'ਤੇ ਲਾਏ ਹੁੰਦੇ ਸੀ, ਜਿਹੜੇ ਬੰਦੇ ਨੇ ਫੈਸਲੇ ਕਰਾਉਣੇ ਹੁੰਦੇ ਸੀ ਵੀ ਯਾਰ ਤੂੰ ਫਲਾਨੀ ਗੱਲ ਕਹੀਂ, ਤੂੰ ਫਲਾਨੀ ਕਹੀਂ, ਫਲਾਨੀ ਕਹੀਂ, ਜਦੋਂ ਉੱਠਦੇ ਨੂੰ 5 ਬੰਦੇ ਜਿਹੜੇ ਫੀਡਬੈਕ ਦੇਣਗੇ ਸੁਖਬੀਰ ਸਿੰਘ ਬਾਦਲ ਨੂੰ ਲੱਗਦਾ ਸੀ ਆਹੀ ਸਹੀ ਹੈ ਕਿ ਉਹ ਉਵੇਂ ਫੈਸਲਾ ਕਰਦਾ ਸੀ, ਥੱਲੇ ਦੂਜੇ ਭਾਵੇਂ ਚੀਕਾਂ ਮਾਰੀ ਜਾਂਦੇ, ਇਹ ਹੁੰਦਾ ਰਿਹਾ। ਫਿਰ ਇਹੀ ਕੰਮ ਪਾਰਟੀ 'ਚ ਚੱਲ ਪਿਆ, ਅੱਜ ਉਹ ਪਾਰਟੀ ਦੇ ਵਿੱਚ ਉਹ ਤਾਕਤਾਂ ਥੋੜੀਆਂ ਖੁੰਡੀਆਂ ਹੋ ਕੇ ਅਤੇ ਖੱਬੇ ਸੱਜੇ ਹੋਈਆਂ ਅਤੇ ਹੁਣ ਉਹ ਪਰਿਵਾਰ 'ਚ ਚੱਲ ਪਿਆ। ਜਦੋਂ ਵੀ ਕਿਤੇ ਪਰਿਵਾਰਕ ਰਾਜ ਪਰਿਵਾਰ ਭਾਰੀ ਪੈਂਦਾ ਰਾਜਨੀਤੀ 'ਤੇ, ਉਦੋਂ ਪਾਰਟੀ ਦਾ ਨੁਕਸਾਨ ਹੋਣਾ ਹੀ ਹੋਣਾ, ਇਹ ਤੈਅ ਆ। ਅਸਲ ਪਰਿਵਾਰਵਾਦ ਦੀ ਭਾਸ਼ਾ ਇਹ ਆ ਕਿ ਜਦੋਂ ਨਿਰਣੇ ਵੀ ਜਿਹੜੇ ਆ ਫਿਰ ਉਹ ਇਸ ਤਰ੍ਹਾਂ ਕੁਦਰਤੀ ਹੈ ਨਾ, ਪਰਿਵਾਰ ਭਾਰੀ ਪੈਣ ਦਾ ਮਤਲਬ ਫੈਸਲਿਆਂ ਦੇ ਵਿੱਚ ਦਖਲ ਹੋ ਗਿਆ ਨਾ। ਮੇਰਾ ਸਰਦਾਰ ਮਨਪ੍ਰੀਤ ਸਿੰਘ ਬਾਦਲ ਨਾਲ ਵਾਲ ਜਿੰਨਾ ਵੀ ਫਰਕ ਨਹੀਂ ਪਿਆ ਜ਼ਿੰਦਗੀ 'ਚ ਕਦੇ, ਜਿੱਦਣ ਪਰਿਵਾਰ ਥੋੜ੍ਹਾ ਜਿਹਾ ਭਾਰੀ ਪਿਆ ਤੇ ਸਾਡੇ 'ਚ ਫਰਕ ਕੀ ਆਇਆ, ਅਸੀਂ ਤਾਂ ਟੁੱਟ ਹੀ ਗਏ। ਤੁਹਾਡੀ ਤਾਂ ਬਹੁਤ ਇਸੇ ਤਰ੍ਹਾਂ ਦੇ ਹਾਲਾਤ ਹੁਣ ਆ ਗਏ ਜਿੱਥੇ ਪਰਿਵਾਰ ਦੇ ਫੈਸਲੇ ਆਉਣ ਲੱਗ ਗਏ, ਤੇ ਉੱਥੇ ਸਮਝ ਲਓ ਫਿਰ ਉੱਥੇ ਚਰਨਜੀਤ ਤਾਂ ਕੁਛ ਵੀ ਨਹੀਂ। ਤੁਸੀਂ ਇੱਕ ਸ਼ੁਰੂ 'ਚ ਸ਼ਬਦ ਵਰਤਿਆ ਸੀ, ਮੈਂ ਤੁਹਾਨੂੰ ਦਰੁਸਤ ਕਰਦੇ ਹਾਂ, ਨਾ ਉਹਨਾਂ ਦਾ ਕੋਈ ਮਿੱਤਰ ਹੈ ਜੀ, ਤੇ ਨਾ ਉਹਨਾਂ ਦਾ ਕੋਈ ਸਾਥੀ ਸਮਝ ਲੇ, ਕੋਈ ਜੇ ਕੋਈ ਭੁਲੇਖੇ 'ਚ ਨਾ, ਅਸੀਂ ਭੁਲੇਖੇ 'ਚ ਗਫਲਤ 'ਚ ਹੈ, ਜਿਹੜੇ ਨਾਲ ਫਿਰਦੇ ਹੋਣ ਕੋਈ ਭੁਲੇਖੇ 'ਚ। ਮੈਂ ਤੁਹਾਨੂੰ ਇੱਕ ਦੱਸਦਾ, ਮੈਂ ਕਦੇ ਨਹੀਂ ਸਮਝਦਾ, 100% ਵੱਡੀ ਕਹਿ ਰਿਹਾ, ਉਹ ਹੋਰ ਦੁਨੀਆ 'ਚ ਵਸਣ ਵਾਲੇ ਲੋਕ ਸਮਝਦੇ ਆਪਣੇ ਆਪ ਨੂੰ, ਮੈਂ ਤੁਹਾਨੂੰ ਸੱਚੀ ਗੱਲ ਦੱਸਦਾ, ਇਹੀ ਫਰਕ ਪੈ ਗਿਆ। ਬਾਦਲ ਸਾਹਿਬ ਨਹੀਂ ਸੀ ਸਮਝਦੇ, ਸਮਝਦੇ ਹੁੰਦੇ ਸੀ ਪਰ ਅਹਿਸਾਸ ਨਹੀਂ ਹੋਣ ਦਿੰਦੇ ਸੀ। ਮੈਂ ਤੁਹਾਨੂੰ ਇੱਕ ਹੋਰ ਗੱਲ ਆਪਣਾ ਹੱਥ ਦੇਣੀ, ਇਸ ਕਰਕੇ ਸਾਧ ਸੁਖਬੀਰ ਸਿੰਘ ਬਾਦਲ ਦਾ ਮਿੱਤਰ ਜੇ ਮਿੱਤਰਾਂ 'ਚੋਂ ਗਿਣਿਆ ਜਾਂਦਾ ਸੀ ਤਾਂ ਕਿਰਨਬੀਰ ਕੰਗ ਸੀ, ਉਹ ਹੈ ਨਹੀਂ। ਮਿੱਤਰਾਂ 'ਚੋਂ ਗਿਣਿਆ ਜਾਂਦਾ ਸੀ ਗੁਰਪ੍ਰੀਤ ਭੱਟੀ ਸੀ, ਉਹ ਹੈ ਨਹੀਂ। ਮਿੱਤਰਾਂ 'ਚੋਂ ਗਿਣਿਆ ਜਾਂਦਾ ਸੀ ਕੁਸ਼ਲਦੀਪ ਕਿੱਕੀ ਸੀ, ਉਹ ਹੈ ਨਹੀਂ। ਮਿੱਤਰਾਂ 'ਚੋਂ ਗਿਣਿਆ ਜਾਂਦਾ ਸੀ ਡਿੰਪੀ, ਉਹ ਹੈ ਨਹੀਂ। ਮਿੱਤਰਾਂ 'ਚੋਂ ਗਿਣਿਆ ਜਾਂਦਾ ਸੀ ਨਕਈ, ਉਹ ਹੈ ਨਹੀਂ। ਮੈਂ ਕਿੰਨਿਆਂ ਦੇ ਨਾਲ ਆਵਾਂ ਯਾਰ, ਮਤਲਬ ਮਿੱਤਰ ਕੋਈ ਛੱਡਿਆ ਹੀ ਨਹੀਂ, ਕਿਉਂਕਿ ਮਿੱਤਰਾਂ ਨੂੰ ਤਾਂ ਫਿਰ ਮਿੱਤਰ ਤਾਂ ਮਿੱਤਰਾਂ ਵਾਲੀ ਗੱਲ ਕਰਨਗੇ, ਉਹ ਕਹਿੰਦੇ ਮੈਂ ਬਹੁਤ ਵੱਡਾ ਹੋ ਗਿਆ ਯਾਰ, ਤੁਸੀਂ ਮਿੱਤਰਾਂ ਵਾਲੀ ਗੱਲ ਕਿਉਂ ਕਰਦੇ ਹੋ। ਇਸੇ ਮਿੱਤਰਤਾ ਹੀ ਦੇ ਪੰਗੇ ਕਰਕੇ ਮੈਨੂੰ ਲੱਗਦਾ ਡਿੰਪੀ ਰਗੜਿਆ ਗਿਆ। ਇਸ ਕਰਕੇ ਉਹਨੇ ਤਾਂ ਖੈਰ ਲੀਡਰ ਵੀ ਮੰਨਿਆ ਹੋਇਆ ਸੀ, ਇਹ ਨਹੀਂ ਗੱਲ ਨਹੀਂ ਮੰਨਿਆ ਸੀ। ਇਸ ਕਰਕੇ ਜੇ ਕੋਈ ਭੁਲੇਖੇ 'ਚ ਫਿਰੇ, ਜਿਵੇਂ ਤੁਸੀਂ ਕਿਹਾ ਉਹਨਾਂ ਦੇ ਮਿੱਤਰ ਰਹੇ ਹੋ, ਸਾਥੀ ਰਹੇ, ਇਹ ਕੋਈ ਨਹੀਂ। ਸਿਰਫ ਉਹਨਾਂ ਨੇ ਬਾਅਦ 'ਚ ਮੇਰੇ ਲਈ ਤੁਹਾਨੂੰ ਵਰਤੇ ਤਾਂ ਹੈ ਸਾਰੇ ਬੰਦੇ ਨੇ, ਉਹ ਤਾਂ ਕਰਿੰਦਾ ਸੀ। ਜਿਹੜੇ ਬੰਦੇ ਦੀ ਸੋਚ ਹੀ ਦਿਮਾਗ 'ਚ ਐਸਾ ਕੂੜਾ ਭਰਿਆ ਹੈ ਕਿ ਮੁਫ਼ਤ 'ਚ ਘਰੋਂ ਖਾ ਕੇ ਕੰਮ ਕਰਨ ਵਾਲਾ ਬੰਦੇ ਨੂੰ ਕਰਿੰਦਾ ਸਮਝਦੇ ਹੋਣ, ਉਹ ਵੋਟਰ ਨੂੰ ਕੀ ਸਮਝਦਾ ਹੋਊਗਾ, ਤੁਸੀਂ ਇਹ ਦੱਸੋ। ਇਹ ਤਾਂ ਮਤਲਬ ਉਹਦੀ ਇਮੋਸ਼ਨਲ ਨਾਲ ਤੁਸੀਂ ਖੇਡਦੇ ਹੋ। ਨਹੀਂ ਨਹੀਂ, ਇਸ ਕਰਕੇ ਇਹ ਭੁਲੇਖਾ ਕਿਸੇ ਹੋਰ ਨੂੰ, ਮਤਲਬ ਕਿ ਇੱਥੇ ਯਾਰੀ ਦੋਸਤੀ ਜਾਂ ਇਹਨਾਂ ਚੀਜ਼ਾਂ ਦੀ ਕੋਈ ਕਦਰ ਨਹੀਂ, ਕੋਈ ਕੀਮਤ ਨਹੀਂ। ਇਹ ਤੇ ਪੋਲਿਟਿਕਸ ਵੱਡੀ ਗੱਲ ਕਰ ਰਹੇ ਹੋ, ਹੈ ਹੀ ਵੱਡੀ ਜੀ, ਵੱਡੀ ਗੱਲ। ਮੇਰੇ ਨਾਲ ਬਹਿਸ ਕਰ ਲੈ, ਮੈਂ ਘੰਟਿਆਂ ਬੱਧੀ ਬਹਿਸ ਕਰ ਸਕਦਾ, ਜਿਹੜਾ ਮਰਜ਼ੀ ਬੰਦਾ ਕਰ ਲੇ, ਇਹਨਾਂ ਦੇ ਨਾਲ ਵਾਲਾ ਕਰ ਲੇ, ਖੁਦ ਕਰ ਲੈਣ। ਚਲੋ, ਇਹ ਸੱਚਾਈ ਹੈ, ਥੋੜੀ ਸੱਚਾਈ ਹੈ। ਗਿੱਦੜਵਾਹੇ 'ਚੋਂ ਆਪਾਂ ਨਿਕਲਣਾ ਹੁਣ, ਅੱਗੇ ਚੱਲਣਾ ਬਰਾੜ ਸਾਹਿਬ, ਤੇ ਗਿੱਦੜਵਾਹਾ ਜਿਹੜਾ ਇਲੈਕਸ਼ਨ ਆ, ਜਿਵੇਂ ਤੁਸੀਂ ਦੱਸਿਆ ਕਿ 1995 ਵਾਲਾ ਵੇਖਿਆ ਤੁਸੀਂ, ਸਾਰਾ ਕੁਝ ਕੀਤਾ, ਹੁਣ
ਗਿੱਦੜਬਾਹ 'ਚ ਕੀ ਸਮਝਦੇ ਹੋ ਤੁਸੀਂ? ਮੈਂ ਮਤਲਬ ਕਿ ਕੋਈ ਕਿਸੇ ਦਾ ਸਪੈਸੀਫਿਕ ਨਾਂ ਲੈ ਕੇ ਨਹੀਂ ਪੁੱਛੂੰਗਾ ਕਿ ਕੌਣ ਕੀ ਲੱਗਦਾ, ਜੇ ਸੁਖਬੀਰ ਸਿੰਘ ਬਾਦਲ, ਮੈਂ ਮੇਰੀ ਨਜ਼ਰ ਦੇ ਵਿੱਚ, ਪਹਿਲਾਂ ਮੈਂ ਆਪਣਾ ਜਿਹੜਾ ਨੁਕਤੇ ਨਿਗਾਹ ਰੱਖਾਂ, ਮੈਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਬਹੁਤ ਬੁਰੀ ਤਰ੍ਹਾਂ ਫਸ ਗਏ। ਮੈਂ ਆਪਦੇ ਵਿਸ਼ਲੇਸ਼ਣ 'ਚ ਵੀ ਇਹ ਗੱਲ ਕਹੀ ਸੀ ਕਿ ਸੁਖਬੀਰ ਸਿੰਘ ਬਾਦਲ ਬਹੁਤ ਬੁਰੀ ਤਰ੍ਹਾਂ ਫਸ ਗਿਆ ਗਿੱਦੜਬਾਹ 'ਚ ਡਿੰਪੀ ਦੇ ਜਾਣ ਮਗਰੋਂ। ਫਰਜ਼ ਕਰੋ ਉਹਨਾਂ ਨੂੰ ਹੁਣ ਮੈਦਾਨ 'ਚ ਉਤਰਨਾ ਪੈਂਦਾ, ਨਿਤਰਨਾ ਪੈਂਦਾ, ਤੁਹਾਨੂੰ ਕੀ ਲੱਗਦਾ ਕੀ ਰਿਜ਼ਲਟ ਆ ਸਕਦਾ? ਅਤੇ ਦੂਸਰੀ ਚੀਜ਼ ਕਿ ਇੱਕ ਚੀਜ਼ ਆ ਕਿ ਜਿਹੜਾ ਸੁਧਾਰਵਾਦੀ ਧੜਾ, ਮੈਂ ਉਹਨੂੰ ਇਹ ਲਕਬ ਦਿੱਤਾ, ਮਾਫ ਕਰਨਾ ਤੁਹਾਨੂੰ, ਕਿ ਬਈ ਇਹ ਰਿਫੋਰਮਸ ਦੇ ਜਿਹੜੇ ਹਾਮੀਦਾਰ ਆ ਉਹ ਅਕਾਲੀ ਆ। ਮੈਨੂੰ ਇਹੋ ਜਾਪ ਰਿਹਾ ਕਿ ਇੱਕ ਸੈਂਸਿਟਿਵ ਮਾਮਲਾ, ਇੱਕ ਨਾਜ਼ੁਕ ਪਰਿਸਥਿਤੀ ਹੈ। ਪਹਿਲਾਂ ਤੁਸੀਂ ਕਾਫੀ ਗਰਮ ਰਹੇ, ਐਕਟਿਵ ਰਹੇ, ਅੱਜ ਸੁਖਬੀਰ ਸਿੰਘ ਬਾਦਲ ਜਦੋਂ ਬਹੁਤ ਸੈਂਸਿਟਿਵ ਮੋੜ 'ਤੇ ਨੇ, ਅਤੇ ਤੁਹਾਡਾ ਮੈਂ ਦੇਖਿਆ ਕਿ ਧੜਾ ਥੋੜ੍ਹਾ ਜਿਹਾ ਹੁਣ ਢਿੱਲਾ ਨਜ਼ਰ ਆ ਰਿਹਾ, ਮੈਨੂੰ ਦੋਵੇਂ ਚੀਜ਼ਾਂ ਦਾ ਦੱਸਿਓ ਤੁਸੀਂ। ਇੱਕ ਤਾਂ ਗਿੱਦੜਬਾਹ 'ਚ ਕੀ ਰਿਜ਼ਲਟ ਰਹਿ ਸਕਦਾ, ਯਾਨੀ ਜੇ ਸੁਖਬੀਰ ਸਿੰਘ ਬਾਦਲ ਮੈਦਾਨ 'ਚ ਉਤਰਦੇ ਆ, ਸਥਿਤੀਆਂ ਕਿਹੋ ਜਿਹੀਆਂ ਹੋਣਗੀਆਂ? ਕਿਉਂਕਿ ਮਨਪ੍ਰੀਤ ਬਾਦਲ ਦਾ ਵੀ ਆਉਣਾ ਤੈਅ, ਜਿੰਨੀ ਕੁ ਮੇਰੀ ਇਨਫੋਰਮੇਸ਼ਨ ਹੈ। ਡਿੰਪੀ ਢਿੱਲੋਂ ਬਹੁਤ ਤਗੜੇ ਉਮੀਦਵਾਰ ਆ, ਅਮ੍ਰਿਤਾ ਵੜਿੰਗ ਆ ਜਾਂਦੇ ਆ ਤਾਂ ਗੱਲ ਹੀ ਨਦਰ ਲੇਵਲ ਦੀ ਹੋ ਜਾਣੀ ਆ। ਮਤਲਬ ਕਿ ਇੱਕ ਤਾਂ ਇਸ ਹਲਕੇ ਦੀ ਜਿਹੜੀ ਬਰੀਕੀ ਨਾਲ ਤੁਹਾਡੀ ਪਕੜ ਹੈ ਉਹਦੇ ਆਧਾਰ 'ਤੇ ਦੱਸਿਓ, ਅਤੇ ਦੂਸਰਾ ਹੈ ਕਿ ਤੁਹਾਡਾ ਜਿਹੜਾ ਇਹ ਰਿਫੋਰਮਸ ਦਾ ਹਾਮੀਦਾਰ ਧੜਾ ਉਹ ਕਿਉਂ ਅੱਜ ਕੱਲ੍ਹ ਢਿੱਲਾ ਮੱਠਾ ਜਾਊਗਾ? ਕਾਫੀ ਪਹਿਲਾਂ ਤਾਂ ਮਿੱਠੂ ਜੀ, ਮੈਂ ਨਾ 10 ਕੁ ਪਿੰਡਾਂ ਦੀਆਂ ਮੀਟਿੰਗਾਂ ਕਰਕੇ ਆਇਆ, ਕਿਉਂਕਿ ਸਾਡੀ ਪਾਰਟੀ ਜਿਹੜੀ ਸੁਧਾਰ ਲਹਿਰ, ਪਾਰਟੀ ਤਾਂ ਨਹੀਂ ਕਹਿ ਸਕਦੇ, ਸੁਧਾਰ ਲਹਿਰ ਵੱਲੋਂ ਇੱਕ ਫੈਸਲਾ ਹੋਇਆ ਸੀ ਵੀ ਜਾ ਕੇ ਪੜਤਾਲ ਤੱਕ ਕਰੋ ਵੀ ਆਪਾਂ ਇਲੈਕਸ਼ਨ ਲੜ ਸਕਦੇ ਹਾਂ ਕਿ ਨਹੀਂ ਲੜ ਸਕਦੇ। ਹਾਲਾਂਕਿ ਮੈਂ ਇਹ ਗੱਲ ਉੱਥੇ ਸਪਸ਼ਟ ਕਰਦੀ ਸੀ ਵੀ ਗਿੱਦੜਵੇ ਬਹੁਤ ਵੱਡਾ ਘੋਲ ਹੋਣਾ ਹੈ, ਅਤੇ ਆਪਾਂ ਉੱਥੇ ਪਹਿਲੀ ਗੱਲ ਤਾਂ ਲੜ ਨਹੀਂ ਸਕਦੇ, ਜੇ ਲੜਾਂਗੇ ਤਾਂ ਆਪਣੇ 'ਤੇ ਉਂਗਲ ਇਹੀ ਜਾਣੀ ਹੈ ਕਿ ਸ਼ਾਇਦ ਅਸੀਂ ਅਕਾਲੀ ਦਲ ਨੂੰ ਕਮਜ਼ੋਰ ਕਰਦੇ ਹਾਂ। ਮੈਂ ਇਹ ਗੱਲ ਸਪਸ਼ਟ ਕਰਤੀ ਸੀ, ਔਰ ਫਿਰ ਉਹਨਾਂ ਨੇ ਕਿਹਾ ਵੀ ਨਹੀਂ ਤੁਸੀਂ ਜਾ ਕੇ ਆਓ। ਮੈਂ ਮੀਟਿੰਗਾਂ ਕਰਕੇ ਆਇਆ ਮਿੰਟੂ ਜੀ, ਮੇਰਾ ਮੈਂ ਨਾ ਮਤਲਬ ਕਈ ਥਾਂ 'ਤੇ ਮੈਂ ਖੁਦ ਤੁਹਾਡੇ 'ਤੇ ਪੋਸਟ ਵੀ ਪੈ ਗਈ ਕਿ ਸ਼ਾਇਦ ਬਰਾੜ ਸਾਹਿਬ ਆ ਰਹੇ ਨੇ ਗਿੱਦੜਬਾਹ 'ਚ ਲੜਨ ਦੀ ਤਿਆਰੀ ਕਰ ਰਹੇ ਨੇ। ਨਹੀਂ ਚਲੋ, ਖੈਰ ਇਹ ਤਾਂ ਇੱਦਾਂ ਦੇ ਚਰਚੇ ਚੱਲ ਵੱਡੇ ਫੈਸਲੇ ਆ ਜੀ। ਪਰ ਉਹ ਜਦੋਂ ਮੈਂ ਪਿੰਡਾਂ 'ਚ ਗਿਆ ਨਾ ਜੀ, ਮੈਂ ਇੱਕ ਚੀਜ਼ 'ਚ ਮਹਿਸੂਸ ਕੀਤਾ ਕਿ ਮੈਂ ਵੀ ਕਸੂਰਵਾਰ ਹੈ, ਖੁਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਕਸੂਰਵਾਰ ਹੈ, ਸਰਦਾਰ ਮਨਪ੍ਰੀਤ ਸਿੰਘ ਬਾਦਲ ਸਭ ਤੋਂ ਵੱਡੇ ਕਸੂਰਵਾਰ ਹੈ, ਔਰ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਸਾਰੇ ਕਸੂਰਵਾਰ ਹੈ। ਜਦੋਂ ਮੈਂ ਉਹਨਾਂ ਵਰਕਰਾਂ ਦੀਆਂ ਗੱਲਾਂ ਸੁਣੀਆਂ ਗਿੱਦੜਬਾਹ 'ਚ, ਉਹਨਾਂ ਨੇ ਸਭ ਤੋਂ ਵੱਡਾ ਲਾਂਭਾ ਕੀ ਦਿੱਤਾ ਕਿ ਜਦੋਂ ਮਨਪ੍ਰੀਤ ਤਾਂ ਛੱਡ ਗਿਆ ਸੀ ਯਾਰ, ਤੂੰ ਤਾਂ ਨਾ ਛੱਡਦਾ ਹਲਕੇ ਨੂੰ, ਤਾਂ ਉਹ ਉਹਨਾਂ ਦਾ ਇਹ ਲਾਂਭਾ ਦੇਣਾ ਕੋਈ ਛੋਟਾ ਨਹੀਂ ਸੀ, ਕਿਉਂਕਿ ਪਰਿਵਾਰ ਨਾਲੋਂ ਵੱਧ ਇੱਕ ਦੂਜੇ ਨੂੰ ਅਸੀਂ ਸਮਝਦੇ ਹਾਂ। ਜਿਹੜੇ ਅੱਜ ਵੀ ਸਮਝ ਲਓ ਮੇਰੀਆਂ ਮੀਟਿੰਗਾਂ ਕਰਾ ਰਹੇ ਸੀ, 12-13 ਸਾਲਾਂ ਬਾਅਦ ਮੈਂ ਹਲਕੇ 'ਚ ਵੜਿਆ, ਅਤੇ ਜੇ ਅੱਜ ਮੇਰੀਆਂ ਮੀਟਿੰਗਾਂ ਕਰ ਰਹੇ ਸੀ ਜਾਂ ਕਰਾ ਰਹੇ ਸੀ ਤਾਂ ਇਹਦਾ ਮਤਲਬ ਮੇਰੇ ਨਾਲ ਤਾਂ ਢਿੱਡੋਂ ਜੁੜੇ ਹੋਣਗੇ ਨਾ। ਪਰ ਉਹਨਾਂ ਦਾ ਲਾਂਭਾ ਇਹ ਸੀ ਵੀ ਯਾਰ ਤੂੰ ਤਾਂ ਨਾ ਛੱਡਦਾ, ਤਾਂ ਮੈਂ ਉਹਨਾਂ ਨੂੰ ਆਪਦਾ ਸਪਸ਼ਟੀਕਰਨ ਦਿੱਤਾ ਜਿਹੜਾ ਕਿ ਮਤਲਬ ਉਹਨਾਂ ਦੀ ਤਸੱਲੀ ਵਾਲਾ ਨਹੀਂ ਸੀ, ਮੇਰੇ ਵੱਲੋਂ ਸੀਗਾ ਕਿ ਯਾਰ ਸਾਡੀ ਪਾਰਟੀ ਦਾ ਇੱਕ ਸਿਸਟਮ ਹੀ ਐਸਾ ਸੀ ਕਿ ਜਿਹੜਾ ਹਲਕਾ ਇੰਚਾਰਜ ਹੈ, ਜੇ ਉਹ ਕਿਤੇ ਸੱਦਦਾ ਤਾਂ ਕੋਈ ਤੀਜਾ ਬੰਦਾ ਜਾ ਸਕਦਾ, ਤਾਂ ਨਹੀਂ ਤਾਂ ਤੀਜਾ ਬੰਦਾ ਵੜ ਹੀ ਨਹੀਂ ਸਕਦਾ। ਹਾਲਾਂਕਿ ਦੋਨੋਂ ਇਲੈਕਸ਼ਨਾਂ 'ਚ ਡਿੰਪੀ ਦਿਆਂ 'ਚ ਮੈਂ ਇਹ ਗੱਲ ਕਹੀ ਸੀ ਕਿ ਡਿੰਪੀ ਜੇ ਤੈਨੂੰ ਲੋੜ ਆ ਮੈਂ 2-2 ਦਿਨ ਲਾ ਜਾਣਾ, ਔਰ ਮੈਂ ਰੱਬ ਤੋਂ ਡਰ ਕੇ ਕਹਿ ਦਿੰਦਾ ਕਿ ਜੇ ਪਿਛਲੇ 'ਚ ਤਾਂ ਭਾਵੇਂ ਨਾ ਕੁਛ ਵੱਟੀ ਦਾ, ਜੇ ਆਹ ਜਿਹੜਾ 1300 'ਤੇ ਹਰਿਆ ਸੀ ਜੇ ਕਿਤੇ ਉਦੋਂ ਲਾ ਜਾਂਦਾ ਮੈਂ 1-2 ਦਿਨ, ਤਾਂ ਸ਼ਾਇਦ ਇਲੈਕਸ਼ਨ ਹੀ ਜਿੱਤ ਜਾਂਦਾ, ਹੈ ਨਾ। ਤਾਂ ਉਹ ਇੱਕ ਪਾਰਟੀ ਦਾ ਸਿਸਟਮ ਬਣਿਆ ਵੀ ਯਾਰ ਜਿੱਥੇ ਹਲਕਾ ਇੰਚਾਰਜ ਆ ਉਹ ਦੂਜੇ ਨੂੰ ਵੜਨ ਹੀ ਨਹੀਂ ਦੇਣਾ, ਸੁਣਨ ਨਹੀਂ ਦੇਣਾ, ਮਤਲਬ ਉਹਨੂੰ ਡਰ ਲੱਗਿਆ ਰਹਿੰਦਾ ਅਤੇ ਦੂਜਾ ਵੀ ਬੰਦਾ ਬਿਨਾਂ ਪੁੱਛੇ ਵੜ ਨਹੀਂ ਸਕਦਾ। ਮੈਂ ਕਿਹਾ ਯਾਰ ਮੇਰਾ ਤੇ ਸਿਰ ਮੱਥੇ ਆ ਤੁਹਾਡਾ ਲੰਬਾ, ਪਰ ਉਹ ਤੋਂ ਬਾਅਦ ਹੋ ਕੀ ਗਿਆ ਕਿ ਸ਼੍ਰੋਮਣੀ ਅਕਾਲੀ ਦਲੋਂ ਬਾਦਲ ਪਰਿਵਾਰ ਨੇ ਵੀ ਹਲਕਾ ਜਮ੍ਹਾਂ ਛੱਡਤਾ। ਜਿਹੜੇ ਬੰਦੇ ਨੇ ਇੱਕ ਵਾਰੀ ਸਮਝ ਲਓ ਏ ਸੀ 'ਚ ਬਹਿਣ ਗਿੱਝ ਗਿਆ, ਉਹ ਬਈ ਬਾਹਰ ਟਾਹਲੀ ਥੱਲੇ ਕਿਵੇਂ ਕੱਟੂਗਾ, ਉਹਨੂੰ ਕੁਛ ਦਿਨ ਤਾਂ ਤਕਲੀਫ ਹੋਊਗੀ ਨਾ। ਹੁਣ ਜਿਨ੍ਹਾਂ ਨੇ ਤਾਕਤ ਵੱਡੇ ਬਾਦਲ ਸਾਹਿਬ ਦੀ ਦੇਖੀ, ਉਦੋਂ ਬਾਅਦ ਸਰਦਾਰ ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ ਅਤੇ ਤਾਕਤ ਦੇਖੀ, ਉਦੋਂ ਬਾਅਦ ਉਹ
ਰਹਿ ਗਏ ਇਕੱਲੇ ਸਮਝ ਲਓ ਥੋੜ੍ਹੀ ਤਾਕਤ 'ਤੇ, ਉਹ ਟੁੱਟੇ ਪਏ ਸੀ। ਅੱਜ ਮੈਂ ਜਦੋਂ ਉਹਨੂੰ ਪੁੱਛਿਆ ਵੀ ਤੂੰ ਕੀ ਕਰਦਾ, ਉਹ ਦੱਸਣ ਲੱਗ ਗਏ ਜੀ ਆਹ ਤਾਂ ਹੁਣ ਆਮ ਆਦਮੀ ਪਾਰਟੀ ਚੱਲ ਗਿਆ, ਆਹ ਹੁਣ ਜਿਹੜਾ ਹੈਗਾ ਕਾਂਗਰਸ 'ਚ ਚੱਲ ਗਿਆ ਸੀ ਉਦੋਂ ਸਰਕਾਰ। ਰਾਜਾ ਵੜਿੰਗ ਦਾ ਉਭਾਰ ਤੁਸੀਂ ਮੰਨਦੇ ਹੋ ਕਿ ਇਹ ਵੀ ਕਾਰਨ ਰਹੇ ਨੇ ਕਿ ਰਾਜਾ ਵੜਿੰਗ ਦਾ 100% ਜਦੋਂ ਤਾਕਤ ਜਿਹੜੇ ਲੋਕਾਂ ਕੋਲੇ ਜਿੰਨੀ ਸੀਗੀ ਤੇ ਉਹ ਮਿਲੀ ਨਹੀਂ ਤੇ ਫਿਰ ਦੂਜੇ ਕਮਜ਼ੋਰ ਹੋਣਾ ਹੀ ਸੀ। ਇਸ ਕਰਕੇ ਸਭ ਤੋਂ ਵੱਡਾ ਲਾਂਭਾ ਤਾਂ ਇਹ ਹੈ ਅਕਾਲੀ ਦਲ 'ਤੇ ਕਿ ਤੁਸੀਂ ਵਰਕਰਾਂ ਨੂੰ ਸਾਂਭਿਆ ਨਹੀਂ, ਮਤਲਬ ਉਹ ਉਨੀ ਤਾਕਤ ਨਹੀਂ ਮਿਲੀ। ਮੰਨ ਲਓ ਡਿੰਪੀ ਸੀਗਾ ਤੇ ਡਿੰਪੀ ਕੋਲੇ ਵੀ ਸ਼ਾਇਦ ਉਨੀ ਨਹੀਂ ਸੀ, ਬਣੀ ਨਹੀਂ ਸਕਦੀ ਜਿੰਨੀ ਖੁਦ ਬਾਦਲ ਪਰਿਵਾਰ ਕੋਲੇ ਸੀ। ਇੱਕ ਤਾਂ ਇਹ ਵੱਡਾ ਲਾਂਭਾ ਹੈ। ਦੂਜਾ ਜਿਹੜੀ ਸਥਿਤੀ ਤੁਸੀਂ ਰਹਿਣ ਵਾਲੀ ਦੱਸੀ ਹੈ ਮਿੰਟੂ ਜੀ, ਮੇਰੀ ਬੇਨਤੀ ਇਹ ਹੈ ਕਿ ਤਿੰਨ ਨਾਂ ਤੁਸੀਂ ਲੈ ਤੇ ਹੈ, ਸੁਖਬੀਰ ਸਿੰਘ ਬਾਦਲ ਨੂੰ ਮਜਬੂਰੀ 'ਚ ਲੜਨਾ ਪੈ ਸਕਦਾ ਹੁਣ ਜਾਂ ਅਕਾਲੀ ਦਲ ਦਾ ਕੋਈ ਵੀ ਬੰਦਾ, ਸੰਭਾਵਨਾ ਹੈ ਹਾਂਜੀ, ਡਿੰਪੀ ਦਾ ਲੜਨਾ ਤੈਅ ਹੈ ਤੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਦਾ ਵੀ ਲੜਨਾ ਤੈਅ ਹੈ। ਇਹ ਤਿੰਨ ਨਾਂ ਅਕਾਲੀ ਦਲ ਦੇ ਹੀ ਹੈ। ਮਨਪ੍ਰੀਤ ਜੇ ਨੁਕਸਾਨ ਕਰੂਗਾ ਭਾਵੇਂ ਉਹ 5000 ਵੋਟ ਦਾ ਕਰੇ ਅਕਾਲੀ ਦਲ ਦਾ, ਭਾਵੇਂ 7 ਦਾ ਕਰੇ, ਭਾਵੇਂ 10 ਦਾ ਕਰੇ, ਤੇ ਜਿਹੜੀ ਬਾਕੀ ਚਲੋ ਹੋ ਸਕਦਾ ਦੂਜੀਆਂ ਪਾਰਟੀਆਂ 'ਚੋਂ ਵੀ ਕਰੇ, ਪਰ 50% ਸਮਝ ਲਓ ਖੋਰਾ ਅਕਾਲੀ ਦਲ ਨੂੰ ਲੱਗਣਾ ਤੇ 50% ਬਾਕੀ ਸਾਰੇ ਸਿਸਟਮ ਨੂੰ ਲੱਗਣਾ। ਇੱਕ ਤਾਂ ਇਹ ਤੈਅ ਹੈ, ਇਹਦਾ ਮਤਲਬ ਵੱਡਾ ਨੁਕਸਾਨ ਅਕਾਲੀ ਦਲ ਦਾ ਕਰ ਗਿਆ। ਡਿੰਪੀ ਦੇ ਨਾਲ ਜਿੰਨੇ ਜਾਣੇ ਉਹ ਸਾਰੇ ਹੀ ਅਕਾਲੀ ਦਲ ਦੇ ਜਾਣੇ ਆ, ਉਹ ਜਿੰਨੀ ਵੋਟ ਦਾ ਸਮਝ ਲਓ 5000 ਦਾ ਕਰ ਲਏ, 8 ਦਾ ਕਰ ਲਏ, 7 ਦਾ ਕਰ ਲਏ, ਅਕਾਲੀ ਦਲ ਦਾ ਉਹ ਵੀ ਕਰੂਗਾ। ਗਿੱਦੜਵਾ ਦੀ ਇੱਕ ਐਸੀ ਤਸਵੀਰ ਰਹੀ ਹੈ, ਭਾਵੇਂ ਬਾਦਲ ਸਾਹਿਬ ਲੜਦੇ ਰਹੇ, ਇੱਥੇ ਮੁਕਾਬਲਾ ਨੈਕ ਟੂ ਨੈਕ ਹੀ ਰਿਹਾ ਤੇ ਨੈਕ ਟੂ ਨੈਕ ਰਿਹਾ ਤੇ ਜਦੋਂ ਮੰਨ ਲਓ 10-12-8-15,000 ਵੋਟ ਜਿੰਨੀ ਵੀ, ਮੈਂ ਤਾਂ ਘੱਟ ਵੱਧ ਵੀ ਮੰਨ ਸਕਦਾ ਹੁਣ ਪਤਾ ਨਹੀਂ ਕਿੰਨੀ, ਪਰ ਜਿੰਨਾ ਨੁਕਸਾਨ ਹੋਣਾ ਸਿਰਫ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੋਣਾ ਤੇ ਤੁਸੀਂ ਆਪੇ ਲਾ ਲਓ ਅੰਦਾਜ਼ਾ ਵੀ ਡਿਸਾਈਸਿਵ ਬਣ ਜਾਂਦੀ ਹੈ। ਇਸ ਕਰਕੇ ਇੱਕ ਦੂਜਾ ਇਹ ਹੈ ਵੀ ਅਸੀਂ ਜਦੋਂ ਜਿੰਨਾ ਚਿਰ ਤਾਕਤ 'ਚ ਰਹੇ ਹਾਂ, 10 ਸਾਲ ਅਸੀਂ ਲਗਾਤਾਰ ਸਰਕਾਰ ਚਲਾਈ, ਜਿਹਨੂੰ ਰਿਜ਼ਾਈਨ ਕਰਾ ਲਿਆ ਉਹਨੂੰ ਫਿਰ MLA ਬਣਾ ਲਿਆ, ਇਹ ਬਾਈ ਇਲੈਕਸ਼ਨ ਸਰਕਾਰ ਕਿਵੇਂ ਲੜਦੀ ਹੁੰਦੀ ਹੈ ਅਸੀਂ ਸਿਖਾਏ ਲੋਕਾਂ ਨੂੰ, ਹੁਣ ਅਗਲੇ ਵੀ ਸਰਕਾਰਾਂ 'ਚ ਉਹ ਫਾਰਮੂਲੇ ਇੱਥੇ ਵੀ ਲੱਗਣੇ ਹੀ ਲੱਗਣੇ ਆ। ਇਸ ਕਰਕੇ ਬਾਈ ਇਲੈਕਸ਼ਨ ਜ਼ਿਆਦਾਤਰ ਸਰਕਾਰਾਂ ਦੇ ਹੁੰਦੇ ਆ ਜੀ, ਤੇ ਇਸ ਕਰਕੇ ਸਥਿਤੀ ਕੀ ਰਹੂਗੀ। ਇੱਕ ਚੀਜ਼ ਹੈ ਬਰਾੜ ਸਾਹਿਬ ਕਿ ਜਿਹੜੇ ਮਤਲਬ ਕਿ ਉਧਰੋਂ ਆਮ ਆਦਮੀ ਪਾਰਟੀ ਵੱਲੋਂ ਵੀ ਤਿਆਰੀ ਕਰਕੇ ਬੈਠੇ ਸਨ ਕੁਛ ਸੱਜਣ, ਚਲੋ ਆਪਾਂ ਨਾਂ ਨਹੀਂ ਲੈਂਦੇ, ਦਾਅਵੇਦਾਰੀ ਜਿਹੜੀ ਰੱਖਦੇ ਸੀਗੇ, ਉਹ ਰੁੱਸਣਗੇ ਨਾ ਕਿ ਹਾਂ ਯਾਰ ਉਹ ਵੀ ਘੱਟ ਉਹਨਾਂ ਨੂੰ ਪੈ ਸਕਦਾ ਕਿ ਅੰਦਰ ਖਾਤੇ ਹੋ ਸਕਦਾ, ਉਹ ਨਾਰਾਜ਼ ਹੋ ਕੇ ਚਲੇ ਜਾਣ ਜਾਂ ਦੂਸਰੇ ਪਾਸੇ ਮਨ ਬਣਾ ਲੈਣ ਕਿ ਯਾਰ ਨਹੀਂ ਅਸੀਂ ਇੱਧਰ ਨਹੀਂ ਜਾਣਾ, ਸਾਡਾ ਹੱਕ ਮਾਰਿਆ ਗਿਆ। ਕਿਉਂਕਿ ਦੇਖੋ ਵਰਕਰ ਦੇ ਲਿਹਾਜ਼ ਨਾਲ ਦੇਖੀਏ, ਜੇ ਤੁਸੀਂ ਵਰਕਰ ਦੇ ਲਿਹਾਜ਼ ਨਾਲ ਗੱਲ ਕਰਦੇ ਹੋ ਤਾਂ ਇੱਥੇ ਵੀ ਆਪਾਂ ਜਸਟੀਫਾਈ ਨਹੀਂ ਕਰ ਸਕਦੇ ਜਿਸ ਤਰ੍ਹਾਂ ਦਾ ਇਹ ਦੌਰ ਚੱਲ ਰਿਹਾ ਹੈ, ਇਹ ਜੋ ਆਪਣਾ ਪੋਲੀਟੀਕਲ ਢਾਂਚਾ ਹੈ ਪੰਜਾਬ ਦਾ, ਉਹਦੇ ਵਿੱਚ ਜੇ ਇਹ ਦੌਰ ਨੂੰ ਆਪਾਂ ਦੇਖਦੇ ਹਾਂ ਤਾਂ ਫਿਰ ਉਹ ਚੀਜ਼ਾਂ ਜਿਹੜੀਆਂ ਆ ਆਪਾਂ ਨੂੰ ਕਹਿ ਲਓ ਕਿ ਮੇਰੇ ਖਿਆਲ ਦੇ ਨਾਲ ਨਖੇੜ ਕੇ ਵੇਖਣੀਆਂ ਪੈਣਗੀਆਂ। ਮਿੰਟੂ ਜੀ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰਵਾਦ ਨੇ ਨੁਕਸਾਨ ਕੀਤਾ ਜੀ, ਜਿੱਥੇ ਮੰਨ ਲਓ ਕੋਈ ਹੋਰ ਕਈ ਗਲਤ ਫੈਸਲਿਆਂ ਨਾਲ ਨੁਕਸਾਨ ਹੋਇਆ, ਜੇ ਸਭ ਤੋਂ ਵੱਡਾ ਉਹਦੇ 'ਚੋਂ ਕੋਈ ਨੁਕਸਾਨ ਵਾਲਾ ਕਾਰਨ ਕੱਢਣਾ ਹੋਵੇ ਤਾਂ ਉਹ ਹਲਕਾ ਇੰਚਾਰਜਾਂ ਕਰਕੇ ਹੋਇਆ। ਜਦੋਂ ਮੰਨ ਲਓ ਡਿੰਪੀ ਜਦੋਂ ਤਾਕਤ 'ਚ ਸਨ, ਹੁਣ ਤੱਕ ਹੀ ਡਿੰਪੀ ਨੇ ਕੱਟ ਕੀਤਾ ਤੇ ਪਾਰਟੀ ਦੇ ਤਾਂ ਮਤਲਬ ਤੁਸੀਂ ਚੈਨਲਾਂ ਤੇ ਕੁਛ ਕਹਿ ਲਓ ਨਾ ਕਹਿ ਲਓ, ਬਾਦਲ ਤਾਂ ਗਿਆ 250 ਬੰਦਾ ਤੇ ਇੱਥੇ ਸੀਗਾ ਘੱਟ ਤੋਂ ਘੱਟ 1500 ਬੰਦਾ, ਉਹਦਾ ਕਾਰਨ ਕੀ ਹੈ ਕਿ ਉੱਤੋਂ ਲਾ ਕੇ ਜਿੰਨਾ ਢਾਂਚਾ ਬਣਾਇਆ ਹੁੰਦਾ ਉਹ ਹਲਕਾ ਇੰਚਾਰਜ ਨੇ ਬਣਾਇਆ ਹੁੰਦਾ ਹੈ। ਜਿਹੜਾ ਪਿੰਡ ਦੇ ਵਿੱਚ ਸੁਨੇਹਾ ਲੱਗਣਾ, ਜਿਹੜਾ ਪਿੰਡ ਦੇ ਵਿੱਚ ਸਮਝ ਲਓ ਜਾ ਕੇ ਤੇ ਕੋਈ ਕੰਮ ਕਰਨ ਲਈ ਇੱਕ ਹੋਕਾ ਵੱਜਣਾ, ਉਹ ਹਲਕਾ ਇੰਚਾਰਜ ਦੇ ਰਾਹੀਂ ਵੱਜਣਾ, ਪਾਰਟੀ ਦਾ ਤਾਂ ਰਹਿੰਦਾ ਹੀ ਕੁਛ ਨਹੀਂ। ਦੂਜੀਆਂ ਪਾਰਟੀਆਂ 'ਚ ਹਲੇ ਇਹ ਫਰਕ ਹੈ,
ਜੇ ਕਾਂਗਰਸ ਦੇ ਵੀ ਲੀਡਰ, ਮੈਂ ਨਹੀਂ ਆਉਂਦਾ ਵੀ ਜੇ ਟੁੱਟ ਜਾਂਦਾ ਤਾਂ ਕੋਈ ਵੋਟ ਨਹੀਂ ਟੁੱਟਦੀ, ਟੁੱਟ ਜਾਂਦੀ ਹੈ। ਜੇ ਕੋਈ ਭਾਰਤੀ ਜਨਤਾ ਪਾਰਟੀ ਦਾ ਟੁੱਟਦਾ, ਕੋਈ ਹੋ ਸਕਦਾ 1000-2000 ਦਾ ਨੁਕਸਾਨ ਕਰ ਜਾਂਦਾ ਹੋਵੇ, ਪਰ ਉਹਨਾਂ ਦਾ ਕਾਡਰ ਨਹੀਂ ਹਿਲਦਾ। ਸ਼੍ਰੋਮਣੀ ਅਕਾਲੀ ਦਲ ਨੇ ਖੁਦ ਆਪਦੇ ਪੈਰੀਂ ਕੁਹਾੜਾ ਮਾਰ ਲਿਆ ਕਿ ਹਲਕਾ ਇੰਚਾਰਜ ਜਿਹੜਾ ਉੱਥੋਂ ਦਾ ਥਾਣੇਦਾਰ ਹੈ, ਸਮਝ ਲਓ, ਅਤੇ ਥਾਣੇਦਾਰ ਤੁਸੀਂ ਇਹ ਦੱਸੋ ਕਿ SSP ਦਾ ਭਾਵੇਂ ਸਿੱਧਾ ਹੁਕਮ ਆ ਜਾਵੇ ਅਤੇ ਮੁਨਸ਼ੀ ਕਹੂਗਾ ਜੀ ਮਾੜਾ ਜਿਹਾ ਸਾਹਿਬ ਨੂੰ ਪੁੱਛ ਲਾਂ, ਹੈ ਨਾ। ਇਹ ਇਹ ਉਹ ਹਾਲ ਬਣ ਗਿਆ। ਇਸ ਕਰਕੇ ਵੱਡਾ ਨੁਕਸਾਨ ਇਹ ਹਲਕਾ ਇੰਚਾਰਜ ਸਿਸਟਮ ਨੇ ਕੀਤਾ। ਪਾਰਟੀ ਦਾ ਕਾਡਰ ਤਾਂ ਅਸੀਂ ਛੱਡਿਆ ਹੀ ਨਹੀਂ। ਲੈ ਮੈਂ ਤੁਹਾਨੂੰ ਅੱਜ ਇੱਥੇ ਪੁੱਛ ਦਿੰਦਾ, ਪਾਰਟੀ ਦੇ ਮੁੱਖ ਦਫ਼ਤਰ 'ਚੋਂ ਪੁੱਛ ਦੇਣ ਵੀ ਗਿੱਦੜਵੇ ਹਲਕੇ ਦੇ ਕਿੰਨੇ ਸਰਕਲ ਇੰਚ ਪ੍ਰਧਾਨ ਹੈ ਅਤੇ ਉਹਨਾਂ ਦੇ ਕੀ ਨਾਂ ਅਤੇ ਨੰਬਰ ਹੈ। ਹੁਣ ਹੀ ਨਹੀਂ, ਮਤਲਬ ਕਿ ਜਿਹੜੀ ਬਣਤਰ ਹੈ ਸਾਰੀ ਉਹ ਕੱਲੇ ਹਲਕਾ ਇੰਚਾਰਜ ਦੇ, ਜ਼ਿਲ੍ਹਾ ਪ੍ਰਧਾਨ ਨੂੰ ਪੁੱਛ ਲੈਣ। ਜ਼ਿਲ੍ਹਾ ਪ੍ਰਧਾਨ ਨੇ ਜੇ ਸਰਕਲ ਪ੍ਰਧਾਨਾਂ ਦੇ ਨਾਂ ਲੈਣੇ ਤਾਂ ਉਹ ਹਲਕਾ ਇੰਚਾਰਜ ਤੋਂ ਲੈਣੇ ਹੈ। ਇਹ ਨਹੀਂ ਵੀ ਯਾਰ ਆਹ ਬੰਦਾ ਕੰਮ ਕਰਨ ਵਾਲਾ ਇਹਨੂੰ ਨਾ ਲਾ ਦਈਏ ਆਪਾਂ, ਕੀ ਜ਼ਰੂਰਤ ਹੈ ਜ਼ਿਲ੍ਹਾ ਜਥੇਦਾਰ ਦੀ, ਉਹ ਕਹੂਗਾ ਤੂੰ ਆਪਦੇ ਘਰੇ। ਮਤਲਬ ਕਿ ਜਥੇਬੰਦਕ ਢਾਂਚੇ 'ਚ ਇਹ ਬਹੁਤ ਵੱਡਾ ਲੈਕ ਰਿਹਾ, ਲੈਕ ਨਹੀਂ ਅਸੀਂ ਮਤਲਬ ਸਮਝ ਲਓ ਜਿਹੜਾ ਪਾਰਟੀ ਦਾ ਸਿਸਟਮ ਸੀ ਉਹ ਤੈਸ਼ ਨੈਸ਼ ਕਰਤਾ। ਅੱਜ ਜ਼ਿਲ੍ਹਾ ਜਥੇਦਾਰੀ ਅਸੀਂ ਖਤਮ ਹੀ ਕਰਤੀ। ਹਲਕਾ ਇੰਚਾਰਜ ਤਾਂ ਹਰੇਕ ਨੂੰ ਯਾਦ ਹੁੰਦਾ, ਕੌਣ ਆ ਜ਼ਿਲ੍ਹਾ ਜਥੇਦਾਰ ਤਾਂ ਕਿਸੇ ਨੂੰ ਯਾਦ ਹੀ ਨਹੀਂ ਹੁੰਦਾ। ਫਿਰ ਸਰਕਲ ਪ੍ਰਧਾਨਾਂ ਦੀ ਕੋਈ ਕਦਰ ਹੀ ਨਹੀਂ ਰਹੀ। ਇੱਕ ਕੋਈ ਇੱਕ ਤਾਂ ਹੋਵੇ ਨਾ ਵੀ ਕਿਸੇ ਨੂੰ ਕਿਹਨੂੰ ਪੁੱਛ ਕੇ ਫੈਸਲਾ ਆਉਣਾ, ਇਕੱਲੇ ਹਲਕਾ ਇੰਚਾਰਜ ਨੂੰ। ਇਸ ਕਰਕੇ ਕਾਫੀ ਵੱਡਾ ਨੁਕਸਾਨ ਜਿਹੜਾ ਹੈਗਾ ਉਹ ਹੋਊਗਾ। ਮਤਲਬ ਕਿ ਪ੍ਰਸ਼ਾਸਕੀ ਤੌਰ ਤੇ, ਚਲੋ ਆਪਾਂ ਸੈਂਸਟਿਵ ਮੁੱਦਿਆਂ ਤੇ ਗੱਲ, ਤੁਸੀਂ ਉਹ ਬਹੁਤ ਵਾਰੀ ਗੱਲਾਂ ਕਰ ਲਈਆਂ, ਮੈਂ ਤਾਂ ਉਹ ਰਿਪੀਟ ਨਹੀਂ ਕਰਵਾਉਣਾ ਚਾਹੁੰਦਾ ਦਰਸ਼ਕਾਂ ਵਾਸਤੇ, ਕਿ ਜੋ ਪ੍ਰਸ਼ਾਸਕੀ ਤੌਰ ਤੇ ਹੋਇਆ ਅਕਾਲੀ ਦਲ 'ਚ, ਚਾਹੇ ਬੇਅਦਬੀਆਂ ਦਾ ਮਾਮਲਾ ਸੀ, ਚਾਹੇ ਆਪਾਂ ਬਾਈਬਲ ਜਾਂ ਇਹ ਸਾਰੇ ਇਤਿਹਾਸਕ ਦੇਖਦੇ ਹਾਂ ਕਿ ਉਹ ਤਾਂ ਹੈ, ਪਰ ਜਥੇਬੰਦਕ ਢਾਂਚਾ ਜਿਹੜਾ ਸੀਗਾ ਉਸਨੂੰ ਵੀ ਦਰੁਸਤ ਨਹੀਂ ਕੀਤਾ ਜਾ ਸਕਿਆ, ਕਿ ਉਸਨੂੰ ਵੀ ਇੱਕ ਐਸੇ ਨਿਜ਼ਾਮ 'ਚ ਬਦਲ ਦਿੱਤਾ ਜਾਵੇ ਕਿ ਜਿੱਥੇ ਇੱਕ ਜਿੱਦਾਂ ਕਹਿ ਲਓ ਕਿ ਮਾਲਾ ਪਰੋਈ ਜਾਂਦੀ ਹੈ, ਜਿੱਥੇ ਆਪਾਂ ਟੀਮ ਵਰਕ ਨੂੰ ਤਰਜੀਹ ਦਿੰਦੇ ਹਾਂ, ਕਿ ਇੱਥੇ ਵਿਅਕਤੀ ਵਿਸ਼ੇਸ਼ ਨੂੰ ਤਰਜੀਹ ਦੇ ਦਿੱਤੀ ਗਈ ਆਪਦੇ ਲਿਹਾਜ਼ ਨਾਲ, ਉਹਦਾ ਨੁਕਸਾਨ ਉਲਟਾ ਪਾਰਟੀ ਨੂੰ ਹੋਇਆ। ਇਹ ਮੈਂ 1995 ਦਾ ਪੰਜਾਬ ਦੀ ਸਰਗਰਮ ਰਾਜਨੀਤੀ 'ਚ ਜੀ, ਹਲਕੇ ਵਾਲੀ ਨਹੀਂ ਪੰਜਾਬ ਦੀ ਸਰਗਰਮ ਜੀ, 1995 ਦਾ ਮਿੰਟੂ ਜੀ ਇੱਕ ਵੀ ਪਾਰਟੀ ਦਾ ਕੈਂਪ ਨਹੀਂ ਲੱਗਿਆ, ਇੱਕ ਵੀ ਪਾਰਟੀ ਦਾ ਕਿਤੇ ਕੋਈ ਲੈਕਚਰ ਨਹੀਂ ਹੋਇਆ ਵੀ ਪਾਰਟੀ ਭਾਈ ਆਹ ਹੁੰਦੀ ਹੈ, ਪਾਰਟੀ ਕਰਕੇ ਆਹ ਹੁੰਦਾ ਹੈ, ਪਾਰਟੀ ਦੇ ਨਾਲ ਹੁੰਦਾ ਹੈ, ਪਾਰਟੀ ਦੇ ਨਾਲ ਜੁੜੋ। ਇੱਥੇ ਤਾਂ ਹਲਕਾ ਇੰਚਾਰਜ ਮੇਰੇ ਨਾਲ ਜਿਹੜਾ ਠੀਕ ਹੈ ਠੀਕ ਹੈ, ਦੂਜਾ ਭਾਵੇਂ ਪਿੱਛੇ 30 ਸਾਲ ਦਾ ਕੰਮ ਕਰਦਾ ਹੁੰਦਾ ਤਾਂ ਉਹਨੂੰ ਵੱਢ ਕੇ ਪਰੇ ਮਾਰਦੇ ਆ ਜੀ। ਅੱਜ ਜਿਹੜੇ ਕੱਲ੍ਹ ਵੀ ਬਾਦਲ ਗਏ ਨਾ, ਉਹ ਸਿਰਫ ਡਿੰਪੀ ਨੇ ਜਿਹੜੇ ਆਪ ਹੀ ਪਿੱਛੇ ਕੀਤੇ ਸੀ, ਉਹ ਸਮਝ ਲਓ ਥੋੜ੍ਹਾ ਜਿਹਾ ਗੈਪ ਪੈ ਗਿਆ, ਵਰਨਾ ਤਾਂ ਜਿਹੜੇ ਜਿਹੜੇ ਕੰਮ ਕਰਨ ਵਾਲੇ ਮੁੰਡੇ ਬਣਾਏ ਉਹ ਸਾਰੇ ਮੈਂ ਵੇਖ ਰਿਹਾ ਸੀ, ਕੱਲ੍ਹ ਹਾਲ ਭਰਿਆ ਪਿਆ ਸੀ। ਇਸ ਕਰਕੇ ਮੈਂ ਬੜੇ ਵਾਰੀ ਕਿਹਾ, ਮੈਂ ਝੂੰਦਾ ਕਮੇਟੀ ਦੇ ਵਿੱਚ ਝੂੰਦਾ ਸਾਹਿਬ ਚੇਅਰਮੈਨ ਸੀ ਝੂੰਦਾ ਸਾਹਿਬ, ਮੈਂ ਕਿਹਾ ਤੁਸੀਂ ਬਹੁਤ ਵੱਡਾ ਨੁਕਸਾਨ ਕਰਕੇ ਆ ਗਿਆ, ਮੈਂ ਕਿਹਾ ਮੈਨੂੰ ਨਹੀਂ ਪਤਾ ਰਿਪੋਰਟ 'ਚ ਕੀ ਲਿਖਿਆ, ਜਦੋਂ ਦੱਸਣ ਲੱਗ ਗਏ ਆਹ ਰਿਪੋਰਟ ਦਿੱਤੀ ਆਹ ਦਿੱਤੀ ਆਹ ਦਿੱਤੀ ਹੈ, ਅਤੇ ਮੈਂ ਕਿਹਾ ਯਾਰ ਜਿਹੜਾ ਅਸਲੀ ਦੇਣ ਵਾਲਾ ਸੀ ਉਹ ਤਾਂ ਤੁਸੀਂ ਦਿੱਤੀ ਨਹੀਂ, ਕਹਿੰਦੇ ਕੀ, ਮੈਂ ਕਿਹਾ ਸਭ ਤੋਂ ਜ਼ਰੂਰੀ ਸੀ ਹਲਕਾ ਇੰਚਾਰਜਸ਼ਿਪ ਹਟਾਉਣੇ, ਉਹ ਤੁਸੀਂ ਖੁਦ ਹਟਦੇ ਸੀ ਅਤੇ ਤੁਸੀਂ ਫੈਸਲਾ ਨਹੀਂ ਲਿਖਿਆ। ਅੱਛਾ, ਉਹ ਵੀ ਹਲਕਾ ਇੰਚਾਰਜ, ਉਹ ਕੁਦਰਤੀ ਹੈ ਨਾ, ਮੈਂ ਵੀ ਹਲਕਾ ਇੰਚਾਰਜ ਸੀ ਰਾਜਪੁਰੇ ਤੋਂ, ਹੁਣ ਚਲੋ ਹਟਾ ਹਟੂਤਾ ਅਗਲਿਆਂ ਨੇ ਸਾਰਾ ਕੁਛ ਤੈਸ਼ ਨੈਸ਼ ਕਰਤਾ, ਤਾਂ ਉਹ ਤੁਸੀਂ ਸਾਬਕਾ ਹਲਕਾ ਇੰਚਾਰਜ, ਮੈਂ ਪਤਾ ਹੀ ਨਹੀਂ ਕੀ ਰਹਿ ਗਏ ਸੀ ਹੁਣ ਅਸੀਂ, ਤਾਂ ਚਲੋ ਰੱਬ ਨੇ ਬਣਾਉਣਾ ਜੋ ਬਣਾਉਣਾ, ਉਹਨਾਂ ਨੇ ਤਾਂ ਸਾਬਕਾ ਕਰਤਾ ਜਾਂ ਕੱਢਤਾ ਜਾਂ ਕਰਤਾ ਜੇ, ਤਾਂ ਰੱਬ ਜਾਣਦਾ। ਨਹੀਂ ਮੈਂ ਵੈਸੇ ਤੁਹਾਨੂੰ ਇੱਕ ਇਮਾਨਦਾਰੀ ਦੀ ਗੱਲ ਦੱਸਦਾ, ਮੈਂ ਕਿਹਾ ਯਾਰ ਵੀ ਇਹ ਤੁਹਾਨੂੰ ਰਿਪੋਰਟ ਦੇਣੀ ਚਾਹੀਦੀ ਸੀ, ਕਿਉਂ ਨਹੀਂ ਦਿੱਤੀ ਤੁਸੀਂ, ਨੁਕਸਾਨ ਤਾਂ ਇਸ ਗੱਲ ਨਾਲ ਹੋਇਆ। ਉਹ ਕਹਿੰਦੇ ਯਾਰ ਫਿਰ ਹੋਰ ਦੋ ਦੋ ਖੜੇ ਹੋ ਜਾਣਗੇ, ਵੀ ਚੰਗਾ ਪੰਜ ਭੱਜਣ ਦਿਓ ਯਾਰ, 3 ਮਹੀਨੇ ਪਹਿਲਾਂ ਫੈਸਲਾ ਲੈ ਲਓ ਵੀ ਇਹਨੂੰ ਦੇਣੀ ਹੈ, ਜਿਹਨੇ ਦੂਜੇ ਭਾਈ ਤੁਸੀਂ ਰਹਿ ਪਓ। ਅੱਛਾ, ਫਿਰ ਇੱਕ ਦਿਨ ਮੈਂ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਗੱਡੀ 'ਚ, ਨਾਲ ਚੰਦੂ ਮਾਜਰਾ ਸਾਹਿਬ ਬੈਠੇ, ਮੈਂ ਬੈਠਿਆ ਸੀ, ਨਵਾਂ ਸ਼ਹਿਰ ਜਾਈ ਜਾਂਦੇ ਹਾਂ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਮੇਰੀ ਬੇਨਤੀ ਹੈ ਹਲਕਾ ਇੰਚਾਰਜਸ਼ਿਪ ਭੰਗ ਕਰ ਦਿਓ। ਕਹਿੰਦਾ ਯਾਰ ਉਹ ਧੜਾ ਖੜਾ ਹੋ ਜਾਂਦਾ, ਐਂ ਹੋ ਜਾਂਦਾ। ਮੈਂ ਕਿਹਾ ਫਿਰ ਹੁਣ ਤਾਂ ਕੁਛ ਹੋ ਹੀ ਨਹੀਂ ਰਿਹਾ, ਮੈਂ ਕਿਹਾ ਮੰਨ ਲਓ ਜੀ ਮੇਰੇ ਰਾਜਪੁਰੇ ਹਲਕੇ 'ਚ ਅੱਜ 8-10 ਭੋਗ ਹੋਣਗੇ ਮੌਤ ਦੇ,
ਤੇ ਮੈਂ ਉੱਥੋਂ ਦਾ ਠੇਕੇਦਾਰ ਹਾਂ, ਮੈਨੂੰ ਤੁਸੀਂ ਹਟਾਉਣਾ ਨਹੀਂ, ਤੁਸੀਂ ਠੇਕਾ ਦਿੱਤਾ ਹੋਇਆ ਤੇ ਮੈਂ ਭੋਗਾਂ ਤੇ ਜਾਵਾਂ ਤੇ ਭਾਵੇਂ ਨਾ ਜਾਵਾਂ, ਮੈਨੂੰ ਕੀ ਲੋੜ ਪਈ ਹੈ? ਮੈਂ ਤੁਹਾਡੇ ਨਾਲ ਅੱਜ ਨਵਾਂ ਸ਼ਹਿਰ ਜੀ ਲਵਾਉਣ ਲਈ ਚੱਲ ਪਿਆ ਤੇ ਮੈਂ ਕਿਹਾ ਵੀ ਜੇ ਮੰਨ ਲਓ ਮੈਨੂੰ ਐਂ ਹੋਵੇ ਵੀ ਚਾਰ ਮੇਰੇ ਮਗਰ ਚੜੇ ਹੁੰਦੇ ਤੇ ਮੈਂ ਆਪਦੇ ਕੰਮ ਦੀ ਗੱਲ ਕਵਾਂ ਤੇ ਕਹਾਂ ਜੀ ਮਾੜੀ ਜੀ ਬ੍ਰੇਕ ਮਾਰਿਓ ਮੈਨੂੰ ਤਾਰਿਓ ਮੈਂ ਭੋਗ ਤੇ ਜਾਣਾ, ਤੇ ਮੈਂ ਕਿਹਾ ਮੇਰੇ ਤੇ ਕੋਈ ਅਸਰ ਹੈਗਾ ਵੀ ਭੋਗ? ਅੰਦਰੂਨੀ ਮੁਕਾਬਲੇਬਾਜ਼ੀ ਵੀ, ਮਤਲਬ ਜਿੰਨਾ ਚਿਰ ਤੁਸੀਂ ਬੰਦਿਆਂ ਨੂੰ ਕੰਪੀਟੀਸ਼ਨ ਚ ਨਹੀਂ ਪਾਉਂਦੇ ਉਹਨਾਂ ਚਿਰ ਕੋਈ ਕੰਮ ਹੀ ਨਹੀਂ ਕਰਦਾ। ਇਸ ਕਰਕੇ ਇਹ ਹਲਕਾ ਇੰਚਾਰਜ ਸਿਸਟਮ ਕਰਕੇ ਇਹ ਲੱਗਦਾ ਆ ਕਿ ਨੁਕਸਾਨ ਨਹੀਂ ਹੋਣਾ, ਨੁਕਸਾਨ ਇੱਥੇ ਵੱਡਾ ਹੋਊਗਾ। ਔਰ ਜਿਹੜਾ ਉਹ ਕਹਿੰਦੇ ਹੁੰਦੇ ਨਾ ਖਰਬੂਜਾ ਡਿੱਗੇ ਤੇ ਭਾਵੇਂ ਛੁਰੀ ਡਿੱਗੇ, ਇੱਥੇ ਛਿੱਲੇ ਅਕਾਲੀ ਦਲ ਹੀ ਜਾਣਾ। ਔਰ ਤੀਜੀ ਗੱਲ ਜਿਹੜੀ ਲਾਸਟ ਮੈਂ ਇਸ ਗਿੱਦੜਵਾ ਦੇ ਬਾਰੇ 'ਚ ਕਹਿ ਦਿਆਂ, ਮਿੰਟੂ ਜੀ ਮੈਂ ਕੋਈ ਬਹੁਤ ਪੱਕਾ ਸਿੱਖ ਨਹੀਂ ਹੈ, ਕਿ ਉਹ ਪੱਕਾ ਸਿੱਖ ਉਹ ਹੁੰਦਾ ਜਿਹੜਾ ਨਿਤਨੇਮੀ ਹੋਵੇ, ਅੰਮ੍ਰਿਤ ਛਕਿਆ ਹੋਵੇ ਅਤੇ ਸਾਰਾ ਕੁਝ, ਪਰ ਮੈਂ ਅਤੁੱਟ ਵਿਸ਼ਵਾਸ ਹੈ ਮੈਨੂੰ ਅਕਾਲ ਤਖਤ ਸਾਹਿਬ 'ਚ, ਅਕਾਲ ਤਖਤ ਸਾਹਿਬ ਦੇ ਨਾਲ ਜਿਹਨੇ ਟੱਕਰ ਲਈ ਅੱਜ ਤੀਕਰ ਬਚਿਆ ਨਹੀਂ। ਸਾਹਿਬ ਮਨਪ੍ਰੀਤ ਸਿੰਘ ਬਾਦਲ ਨੇ ਵੀ 6 ਏਜੰਡੇ ਜਾਰੀ ਕੀਤੇ ਸੀ ਅਤੇ ਜਿਹਨਾਂ 'ਚੋਂ ਇੱਕ ਬਦਲਿਆ, ਅਤੇ ਮੈਂ ਉਸੇ ਦਿਨ ਹੀ ਕਹਿਤਾ ਸੀ, ਮੈਂ ਕਿਹਾ ਜੀ 1.25 ਲੱਖ ਬੰਦਾ ਮੱਥਾ ਟੇਕਦਾ ਹੈ, ਉੱਥੋਂ ਵਾਲਾ ਨਾਮ ਬਦਲੀਏ ਆਪਾਂ, ਅਤੇ ਉਹ ਨਹੀਂ ਬਦਲਿਆ ਅਤੇ ਅਸੀਂ ਕੀ ਏਜੰਡਾ ਸੀ ਉਸ ਵੇਲੇ? ਨਾ ਜੀ 6 ਏਜੰਡੇ ਅਸੀਂ ਜਾਰੀ ਕਰਕੇ ਚੱਲੇ ਸੀ ਅਕਾਲ ਤਖਤ ਸਾਹਿਬ ਤੇ ਜਾਰੀ ਕੀਤੇ ਜਦੋਂ ਮਨਪ੍ਰੀਤ ਬਾਦਲ ਇੱਕ ਖਟਕੜ ਕਲਾਂ ਦੀ ਰੈਲੀ ਤੋਂ ਕੱਟ ਤੋਂ ਅਗਲੇ ਦਿਨ ਬਦਲਤਾ। ਨਹੀਂ ਜਿਹੜਾ ਤੁਸੀਂ ਮਤਲਬ ਕਿ ਦੁਬਾਰਾ ਪੀਪੀਪੀ ਵਾਲੇ ਦੀ ਗੱਲ, ਹਾਂ ਜੀ ਮੈਂ ਅਕਾਲ ਤਖਤ ਸਾਹਿਬ ਦੀ ਗੱਲ ਉੱਥੋਂ ਤੇ ਇੱਥੇ ਆ ਕੇ, ਹਾਂ ਜੀ ਹਾਂ ਜੀ, ਤਾਂ ਮੈਂ ਹੱਥ ਬੰਨ ਕੇ ਕਿਹਾ, ਮੈਂ ਕਿਹਾ ਜੀ ਉਹਦੇ 'ਚ ਸੀਗਾ ਕੀ ਕਿ 10 ਸਾਲ ਤੋਂ ਵੱਧ ਕੋਈ ਮੁੱਖ ਮੰਤਰੀ ਨਹੀਂ ਰਹਿ ਸਕਦਾ ਅਤੇ 70 ਸਾਲ ਦੀ ਏਜ 'ਤੇ ਅਸੀਂ ਰਿਟਾਇਰ ਕਰਾਂਗੇ। ਰਿਟਾਇਰ ਮੀਨਿੰਗ ਕਿ MP MLA ਬਣ ਸਕਦਾ ਪਰ ਪ੍ਰੋਫਿਟੇਬਲ ਆਫਿਸ ਨਹੀਂ ਲੈ ਸਕਦਾ, ਮੰਤਰੀ ਅਤੇ ਮੁੱਖ ਮੰਤਰੀ ਨਹੀਂ ਬਣ ਸਕਦਾ ਜੀ। ਉਹ ਜਿਹੜੇ ਸਲਾਹਕਾਰ ਸੀ, ਚਲੋ ਮੈਂ ਵਾਰ ਵਾਰ ਪਰਿਵਾਰਕਾਂ ਨੂੰ ਕਹਾਂ, ਸਾਰੇ ਹੀ ਸਲਾਹਕਾਰ ਉਸ ਵੇਲੇ ਦੇ ਸੀ, ਉਹਨਾਂ ਨੂੰ ਲੱਗਿਆ ਲੈ 10 ਸਾਲ ਤੋਂ ਬਾਅਦ ਕੋਈ ਹੋਰ ਬਣੂਗਾ। ਉਹ ਮੈਂ ਕਿਹਾ ਜੀ 10 ਸਾਲ ਤਾਂ ਮੁੱਖ ਮੰਤਰੀ ਬਣ ਲਓ ਤੁਸੀਂ, ਉਸ ਤੋਂ ਬਾਅਦ ਸੰਵਿਧਾਨ ਚੇਂਜ ਕਰ ਲਾਂਗੇ, ਗੁਰੂ ਸਾਹਿਬ ਦਾ ਮੰਤਰਲਾ ਕਰਕੇ, ਉਦੋਂ ਤੱਕ ਤਾਂ ਪੁੱਗੋ। ਕਹਿੰਦੇ ਛੱਡੋ ਇਹਨਾਂ ਗੱਲਾਂ 'ਚ ਕੀ ਦਾਮਾ, ਮਤਲਬ ਉਹ ਬਦਲ। ਮੈਂ ਕਿਹਾ ਜੀ ਬੇਨਤੀ ਆ, ਅਕਾਲ ਤਖਤ ਸਾਹਿਬ 'ਤੇ ਜਾਰੀ ਕੀਤਾ, ਚਲੋ ਉਹ ਹੋ ਗਿਆ, ਅਸੀਂ ਖੇਰੂ ਖੇਰੂ ਹੋ ਗਏ। ਹੁਣ ਫਿਰ ਟੱਕਰ ਉੱਥੇ ਹੀ ਲਈ ਹੋਈ ਹੈ ਸਾਡੇ ਵੱਡੇ ਸਾਹਿਬ ਨੇ ਵੀ, ਉਹ ਜਿਹੜੀ ਟੱਕਰ ਜਿਹੜੀ ਉੱਥੋਂ ਦੀ ਲਈ ਹੋਈ ਹੈ। ਦੇਖੋ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ ਪ੍ਰੋਟੈਕਸ਼ਨ ਲਈ ਅਕਾਲ ਤਖਤ ਸਾਹਿਬ ਦੀ ਅਤੇ SDPC ਦੀ, ਯਾਰ ਸ਼੍ਰੋਮਣੀ ਅਕਾਲੀ ਦਲ ਦਾ ਜੇ ਪ੍ਰਧਾਨ ਹੀ ਹੁਕਮਨਾਮੇ ਦੇ ਖਿਲਾਫ ਜਾਊਗਾ ਫਿਰ ਉਸ ਤੋਂ ਬਾਅਦ ਬਚਣ ਨੂੰ ਕਿੱਥੇ ਥਾਂ ਹੈ। ਇਸ ਕਰਕੇ ਜੋ ਮਰਜ਼ੀ ਹੋ ਜੇ, ਅਕਾਲੀ ਦਲ ਜਿਹੜਾ ਹੈਗਾ ਬਹੁਤ ਬੁਰੇ ਹਾਲਾਤਾਂ 'ਚ ਹੈ। ਸਾਨੂੰ ਤਾਂ ਸਾਨੂੰ ਮੰਥਨ ਕਰਨਾ ਚਾਹੀਦਾ ਵੀ ਇਹਦੇ 'ਚ ਉੱਠਣਾ ਕਿਵੇਂ ਹੈ। ਜਿਹੜੇ ਜਿਹੜੇ ਭਰਾ ਚਾਰ ਲੱਗ ਜਾਂਦੇ ਹੈ, ਅੱਜ ਮੁੱਦਾ ਕੀ ਸੀਗਾ ਵੀ ਪ੍ਰੈਜ਼ੀਡੀਅਮ ਬਣਾ ਲਓ ਅਤੇ ਯਾਰ ਨਵੀਂ ਭਰਤੀ ਕਰਕੇ ਜਿਹੜਾ ਮਰਜ਼ੀ ਪ੍ਰਧਾਨ ਬਣ ਜਾਊ, ਅਤੇ ਅਸੀਂ ਜਿੱਦ ਫੜੀ ਹੋਈ ਹੈ ਅਤੇ ਜਿੱਦ ਫੜੀ ਹੈ ਅਤੇ ਜਿੱਦਾਂ ਦੇ ਨਾਲ ਤਾਂ ਮਸਲੇ ਉਹ ਗੁਰਦਾਸ ਮਾਨ ਨੇ ਵੀ ਕਿਹਾ ਸੀ ਵਿਗੜ ਹੀ ਜਾਂਦੇ, ਬਣਦੇ ਤਾਂ ਰਜਾਮੰਦੀ ਕਰ ਲਓ ਨਿਬੜ ਜਾਂਦੇ ਨੇ। ਰਜਾਮੰਦੀ ਤਾਂ ਹੁਣ ਤੁਹਾਡੀ ਮੁਸ਼ਕਲ ਹੈ, ਮੁਸ਼ਕਲ ਹੈ ਜੀ, ਉਹਨਾਂ ਨੂੰ ਬਰਦਾਸ਼ਤ ਹੀ ਨਹੀਂ ਹੁੰਦੇ, ਨਾਲੇ ਉਹਨਾਂ ਨੂੰ ਚਰਨਜੀਤ ਵਰਗਾ ਬੰਦਾ ਕੀ ਲੱਗਦਾ ਜੀ ਜਿਹਨੂੰ। ਮੈਂ ਇੱਕ ਤੁਹਾਨੂੰ ਸਵਾਲ ਹੋਰ ਕੀਤਾ ਸੀਗਾ ਕਿ ਜਿਹੜਾ ਤੁਹਾਡਾ ਧੜਾ ਉਹ ਹੁਣ ਠੰਡਾ ਮੱਠਾ ਜਿਹਾ ਪੈ ਗਿਆ, ਕੀ ਚੱਕਰ ਆ? ਮਤਲਬ ਕਿ ਗਿੱਦੜਵਾਹਾ ਦੀ ਚੋਣ ਦੀ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਕਿ ਇਹ ਸਥਿਤੀ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਹੈ, ਜੇ ਤੁਸੀਂ ਦੇਖਦੇ ਹੋ ਮੰਨ ਲਓ ਮੈਦਾਨ 'ਚ ਆ ਜਾਂਦੇ ਆ ਜਾਂ ਉਹਨਾਂ ਦਾ ਦਿੱਤਾ ਕੈਂਡੀਡੇਟ ਖਾਸਮ ਖਾਸ ਹਾਰ ਜਾਂਦਾ, ਉਸ ਸਥਿਤੀ 'ਚ ਅੱਗੇ ਕੀ ਹੋ ਸਕਦਾ ਜਾਂ ਤੁਹਾਡੇ ਵੱਲੋਂ ਕੀ ਪਲੈਨਿੰਗ ਹੋਏਗੀ? ਦੇਖੋ ਮੈਂ ਇਹ ਫੈਸਲਾ ਤਾਂ ਪ੍ਰੈਜ਼ੀਡੀਅਮ ਦੀ ਸਾਡੀ ਮੀਟਿੰਗ ਹੈਗੀ ਹੈ 1 ਤਰੀਕ ਦੀ, ਜੇ ਮੈਂ ਗਲਤ ਨਾ ਹੋਵਾਂ ਤਾਂ ਉਹਦੇ 'ਚ ਕਰਾਂ। ਤੁਸੀਂ ਜ਼ਿਮਨੀ ਚੋਣਾਂ ਤੋਂ ਬਾਹਰ ਰਹੋਗੇ? ਮੈਂ ਇਹ ਸਲਾਹ ਦੇਊਂਗਾ ਕਿ ਸਾਨੂੰ ਜ਼ਿਮਨੀ ਚੋਣਾਂ ਲੜਨੀਆਂ ਨਹੀਂ ਚਾਹੀਦੀਆਂ, ਸਾਨੂੰ ਆਪਦਾ ਸੰਗਠਨ ਜਿਹੜਾ ਹੋਇਆ ਜ਼ਿਲ੍ਹਿਆਂ ਤੀਕਰ ਹਲਕਿਆਂ ਤੀਕਰ ਉਹ ਲੈ ਕੇ ਜਾਣਾ ਚਾਹੀਦਾ, ਸਾਨੂੰ SGPC ਦੀ ਤਿਆਰੀ ਕਰਨੀ ਚਾਹੀਦੀ ਹੈ, ਸਾਨੂੰ ਹੋਰ ਜਿਹੜੇ ਸਮਾਜਿਕ ਮੁੱਦੇ ਹੈ, ਸਰਕਾਰ ਜਿਹੜਾ ਸਰਕਾਰ ਦਾ ਫੇਲੀਅਰ ਹੈ ਉਹ ਉਠਾਉਣੇ ਚਾਹੀਦੇ ਹੈ, ਜਿਹੜੇ ਬਾਕੀ ਦੇ ਫੇਲੀਅਰ ਹੈਗੇ ਹੈ ਕਾਂਗਰਸ ਦੇ ਆ ਜਾਂ ਦੂਜੀ ਕੇਂਦਰ ਨਾਲ ਕੋਈ ਮੁੱਦੇ ਪੈਂਡਿੰਗ ਹੈ, ਇਹਨਾਂ ਦੀ ਇੱਕ ਰੂਪਰੇਖਾ ਬਣਾ ਕੇ ਸਾਨੂੰ ਆਪਦੀ ਕੰਮ ਵਿੱਢਣਾ ਚਾਹੀਦਾ। ਔਰ ਮੈਂ ਇਹ ਫੈਸਲਾ ਪ੍ਰੈਜ਼ੀਡੀਅਮ ਦਾ ਹੋਊਗਾ, ਔਰ ਪਰ ਮੈਂ ਆਪਦੀ ਸਲਾਹ ਇਹ ਦੇਊਂਗਾ ਤੁਹਾਨੂੰ ਅੱਜ ਹੀ ਦੱਸ ਚੱਲਿਆ ਕਿ ਸਾਨੂੰ ਬਾਈ ਇਲੈਕਸ਼ਨਾਂ ਤੋਂ ਪਾਸੇ ਰਹਿਣਾ। ਅਕਾਲ ਤਖਤ ਸਾਹਿਬ 'ਤੇ 71ਤਾ ਹੈ 2 ਦਿਨ ਬਾਅਦ,
ਮਤਲਬ ਕਿ 30 ਤਰੀਕ ਨੂੰ ਜੇ ਮੰਨ ਲਓ ਅਕਾਲ ਤਖਤ ਸਾਹਿਬ ਤੋਂ ਇਹ ਫੈਸਲਾ ਆ ਜਾਂਦਾ, ਹਾਲਾਂਕਿ ਇੱਕ ਜੇ ਲਾ ਕੇ ਗੱਲ ਕਰਨੀ ਮੈਂ ਕਿ ਜੇ ਜਥੇਦਾਰ ਜੀ ਜਾਂ ਸਿੰਘ ਸਾਹਿਬਾਨ ਆ ਜਿਹੜੇ ਸਾਰੇ ਉਹ ਇੱਕ ਰਾਏ ਰੱਖ ਦਿੰਦੇ ਆ ਕਿ ਬਈ ਅਕਾਲੀ ਤਾਂ ਚਲੋ ਜਿਹਨਾਂ ਜਿਹਨਾਂ ਨੇ ਗੁਨਾਹ ਕੀਤੇ ਆ ਜਾਂ ਧਾਰਮਿਕ ਤੌਰ 'ਤੇ ਉਹ ਉੱਥੇ ਸਿੱਧ ਹੋ ਜਾਂਦੇ ਆ, ਜਿਵੇਂ ਤੁਸੀਂ ਤਾਂ ਮੰਨ ਹੀ ਚੁੱਕੇ ਹੋ ਕਿ ਹਾਂ ਬਈ ਅਸੀਂ ਵੀ ਇਹਦੇ 'ਚ ਸ਼ਾਮਿਲ ਸੀਗੇ, ਸ਼ਮੂਲੀਅਤ ਸੀ। ਫਰਜ਼ ਕਰੋ ਕੋਈ ਐਸਾ ਭਵਿੱਖਮੁਖੀ ਫੈਸਲਾ ਆ ਜਾਂਦਾ ਕਿ ਨਹੀਂ ਪੰਥ ਵਡੇਰੇ ਹਿੱਤਾਂ ਵਾਸਤੇ ਰਲ ਕੇ ਕੰਮ ਕਰੇ ਜਾਂ ਅਕਾਲੀ ਦਲ ਰਲ ਕੇ ਕੰਮ ਕਰੇ, ਉਸ ਸੂਰਤ 'ਚ ਕੀ ਇਸ ਤਰ੍ਹਾਂ ਦਾ ਕੋਈ ਗੁਰਮਤਾ ਹੁੰਦਾ? ਜੇ ਲਾ ਕੇ ਫਿਰ ਗੱਲ ਕਰ ਰਿਹਾ ਮੈਂ, ਕੋਈ ਉਹ ਆਪਣੀ ਕੋਈ ਇਸ ਤਰ੍ਹਾਂ ਦੀ ਮਨਸ਼ਾ ਨਹੀਂ ਹੈ ਕਿ ਅਸੀਂ ਕੋਈ ਫੈਸਲਾ ਪ੍ਰਭਾਵਿਤ ਕਰੀਏ, ਉਹ ਵੀ ਇੱਕ ਧਾਰਮਿਕ ਅਦਾਲਤ ਹੈ। ਮੇਰੇ ਕਹਿਣ ਦਾ ਮਤਲਬ ਕਿ ਜੇ ਇਸ ਤਰ੍ਹਾਂ ਦਾ ਗੁਰਮਤਾ ਆਉਂਦਾ ਤੁਸੀਂ ਪ੍ਰਵਾਨ ਕਰੋਗੇ? ਦੇਖੋ ਇੱਕ ਗੱਲ ਹੈ ਕਿ ਅਕਾਲ ਤਖਤ ਸਾਹਿਬ ਦੇ ਅੱਗੇ ਸਾਡਾ ਸਾਰਿਆਂ ਦਾ ਸਿਰ ਝੁਕਦਾ, ਉੱਥੋਂ ਫੈਸਲਾ ਕੋਈ ਵੀ ਆ ਜਾਏ, ਕੋਈ ਵੀ ਮਤਲਬ ਸਾਡਾ ਮਨਪਸੰਦ ਹੋਵੇ ਅਤੇ ਨਾ ਹੋਵੇ, ਅਸੀਂ ਸਿਰ ਝੁਕਾ ਕੇ ਮੰਨਣਾ ਹੀ ਮੰਨਣਾ, ਇੱਕ ਗੱਲ। ਪਰ ਸ਼੍ਰੀ ਅਕਾਲ ਤਖਤ ਸਾਹਿਬ ਇਹ ਤਾਂ ਸੋਚਣਗੇ ਨਾ, ਵੇਖਣਗੇ ਨਾ, ਪਹਿਲੀ ਗੱਲ ਤਾਂ ਜਿਹੜਾ ਅਸੀਂ ਸ਼ਮੂਲੀਅਤ ਸੀ ਵਾਲੀ ਸ਼ਬਦ ਨਹੀਂ ਨਾ ਅਸੀਂ ਲਿਖਿਆ ਕਿਤੇ ਅਤੇ ਨਾ ਅਸੀਂ ਜੀ ਇਹ ਹੈਗਾ, ਅਸੀਂ ਜਿਹੜੀਆਂ ਗੱਲਾਂ ਲਿਖੀਆਂ ਕਿ ਆਹ ਕੁਛ ਵਾਪਰਿਆ, ਅਸੀਂ ਉਸ ਵੇਲੇ ਬੋਲੇ ਨਹੀਂ, ਬੋਲੇ ਨਹੀਂ, ਚੁੱਪ ਰਹਿਣ ਦੀ ਜਿਹੜੀ ਸਾਨੂੰ ਸਜ਼ਾ ਬਣਦੀ ਉਹ ਦਿੱਤੀ ਜਾਵੇ। ਵਾਰ ਵਾਰ ਮੀਡੀਆ ਅਤੇ ਖੁਦ ਅਕਾਲ ਤਖਤ ਸਾਹਿਬ ਨੇ ਵੀ ਇਹ ਗੱਲ ਲੈ ਲਿਆ ਵੀ ਉਹਨਾਂ ਦੀ ਆਈ ਸ਼ਿਕਾਇਤ, ਜਿਹੜਾ ਕਿ ਗਲਤ ਹੈ, ਗਲਤ ਹੈ, ਮੈਂ ਤੁਹਾਨੂੰ ਦੱਸਦਿਆਂ ਇਹ, ਅਸੀਂ ਸ਼ਿਕਾਇਤ ਨਹੀਂ ਕੀਤੀ ਉਹਨਾਂ ਦੀ, ਅਸੀਂ ਕਿਹਾ ਵੀ ਆਹ ਮੁੱਦੇ ਵਾਪਰੇ ਅਤੇ ਅਸੀਂ ਇਹਦੇ 'ਤੇ ਚੁੱਪ ਰਹੇ, ਮੌਕੇ ਸਿਰ ਆਵਾਜ਼ ਨਹੀਂ ਉਠਾ ਸਕੇ, ਸਾਨੂੰ ਇਹਦੀ ਜਿਹੜੀ ਸਜ਼ਾ ਬਣਦੀ ਲਾਈ ਜਾਵੇ ਜੀ। ਔਰ ਜਿਹੜੇ ਤੁਸੀਂ ਇਕਬਾਲ ਕੀਤਾ ਕਿ ਹਾਂ ਜੀ ਆਹ ਠੀਕ ਹੈ ਵੀ ਆਹ ਹੁੰਦਾ ਰਿਹਾ ਤੇ ਅਸੀਂ ਚੁੱਪ ਰਹੇ ਜੀ, ਮਤਲਬ ਬੋਲ ਨਹੀਂ ਸਕੇ, ਸਾਨੂੰ ਇਹਦੀ ਸਜ਼ਾ ਜਿਹੜੀ ਬਣਦੀ ਹੈ ਲਾਈ ਜਾਵੇ ਜਾਂ ਸਾਨੂੰ ਜੋ ਵੀ ਕਰਨਾ ਕਰਨ। ਹੁਣ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹੂ ਬਹੂ ਮੰਨ ਲਏ, ਜਦੋਂ ਮੰਨ ਲਏ ਵੀ ਮੰਨ ਲਓ ਪੋਸ਼ਾਕ ਵਾਲਾ ਕੇਸ ਵਾਪਸ ਕਰਾਇਆ, ਇਕੱਲਾ ਵਾਪਸ ਨਹੀਂ ਕਰਾਇਆ, ਵਾਪਸ ਹੀ ਨਹੀਂ ਕਰਾਇਆ, ਜੱਜ ਦੇ ਘਰ ਵਾਲੀ ਨੂੰ ਇਨਫੋਰਮੇਸ਼ਨ ਕਮਿਸ਼ਨਰ ਲਾਤਾ, ਮਤਲਬ ਸੌਦੇਬਾਜ਼ੀ ਵੇਖੋ ਨਾ ਕਿਸ ਲੈਵਲ ਦੀ ਹੈ, ਹੁਕਮਨਾਮੇ ਦੇ ਖਿਲਾਫ ਇਹ ਸਾਰੇ ਡਾਕੂਮੈਂਟ ਹੈਗੇ, ਨਹੀਂ ਤਾਂ ਨੋਟਸ ਆ ਜਾਣਾ ਤੁਹਾਨੂੰ ਫੇਰ 100% ਹੈਗੇ। ਰਿਤੇਸ਼ ਲੱਖੀ ਨੇ ਸਾਰਾ ਕੁਛ ਸਾਹਮਣੇ ਦਿਖਾਇਆ ਜੀ, ਔਰ ਉਹਦੇ 'ਚ ਤੀਜੇ ਚੰਨੀ ਸਾਹਿਬ ਉਸ ਵੇਲੇ ਆਪੋਜੀਸ਼ਨ ਦੇ ਲੀਡਰ ਸੀ, ਉਹਦੇ ਦਸਤਖਤ ਨਹੀਂ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ, ਇਨਫੋਰਮੇਸ਼ਨ ਕਮਿਸ਼ਨਰ ਨਹੀਂ ਰਾਈਟ ਟੂ ਸਰਵਿਸ ਕਮਿਸ਼ਨ ਦਾ ਮੈਂਬਰ ਲਾਇਆ ਸੀ, ਹੈ ਨਾ ਜੀ, ਮਤਲਬ ਜੋ ਵੀ ਹੈ ਇਹ ਸਾਰਾ ਕੁਛ ਪਬਲਿਕ ਡੋਮੇਨ 'ਚੋਂ ਆਪਾਂ ਤਾਂ ਉਹਨਾਂ ਤੋਂ ਸੁਣਿਆ ਹੀ ਬੋਲ ਰਹੇ ਹਾਂ, ਅਤੇ ਮੇਰੇ ਖਿਆਲ ਡਾਕੂਮੈਂਟ ਦੀ ਫੋਟੋ ਕਾਪੀ ਤਾਂ ਸ਼ਾਇਦ ਹੋਵੇ ਮੇਰੇ ਕੋਲ ਜੀ। ਚਲੋ ਇਹ ਹੋ ਗਿਆ, ਫਿਰ ਜਦੋਂ 2015 ਵਾਲੀ ਮਾਫੀ ਕਰਾਈ, ਕੌਣ ਇੱਕ ਬੰਦੇ ਨੇ ਡਿਨਾਈ ਕੀਤਾ, ਸੁਖਬੀਰ ਸਿੰਘ ਬਾਦਲ ਡਿਨਾਈ ਕਰ ਦੇਣ ਵੀ ਬਾਦਲ ਸਾਹਿਬ ਦੀ ਕੋਠੀ ਜਥੇਦਾਰ ਸਾਹਿਬਾਨ ਨਹੀਂ ਬੁਲਾਏ ਸੀ, ਬੁਲਾਉਣਾ ਕੋਈ ਮਤਲਬ ਮਾੜੀ ਗੱਲ ਨਹੀਂ, ਜਥੇਦਾਰ ਸਾਹਿਬਾਨ ਕਈ ਘਰਾਂ 'ਚ ਜਾਂਦੇ ਆ, ਖੁਦ ਅਰਦਾਸ ਵੀ ਕਰਕੇ ਹੁੰਦੇ ਆ, ਸਮਾਜਿਕ ਫੰਕਸ਼ਨ ਵੀ ਅਟੈਂਡ ਕਰਦੇ, ਬਾਦਲ ਸਾਹਿਬ ਦੀ ਕੋਠੀ ਜਾਣਾ ਵੀ ਕੋਈ ਗੁਨਾਹ ਨਹੀਂ ਜਿਹੜੀ ਗੱਲ ਨੂੰ ਹੈ, ਪਰ ਜਿਸ ਮਸਲੇ ਲਈ ਬੁਲਾਏ ਗਏ ਸੀ ਉਹ ਵੱਡਾ ਮਸਲਾ ਬਣ ਗਿਆ, ਕੋਈ ਤਾਂ ਕਵੇ ਵੀ ਨਹੀਂ ਆਏ ਸੀ, ਬੁਲਾਏ ਸੀ ਮੈਂ ਸਾਹਮਣੇ, ਮੈਨੂੰ ਪਤਾ ਮੈਂ ਉੱਥੇ ਆਏ ਸੀ, ਉਹ ਮਾਫੀ ਧੱਕੇ ਨਾਲ ਦਵਾਈ, ਧੱਕੇ ਨਾਲ ਦਵਾਈ, ਲੋਕਾਂ ਨੇ ਪਾਸ ਨਹੀਂ ਕੀਤੀ, ਫਿਰ ਇਸ਼ਤਿਹਾਰ ਧੱਕੇ ਨਾਲ ਦਵਾਏ, ਉਹ ਵੀ ਇਹਦਾ ਮਤਲਬ ਉਹ ਸਾਰਾ ਕੁਛ ਮੰਨ ਲਿਆ ਨਾ ਉਸ ਟਾਈਮ ਦੇ, ਚੰਦੂ ਮਾਜਰਾ ਸਾਹਿਬ ਵੀ ਉਸ ਟਾਈਮ ਦੇ ਤਾਂ ਉਹਨਾਂ ਲੋਕਾਂ 'ਚ ਸੀਗੇ ਸ਼ਾਇਦ ਜਿਹੜੇ ਉਸ ਵੇਲੇ ਅਪੀਲ ਕਰ ਰਹੇ ਸੀ ਕਿ ਪ੍ਰਵਾਨ ਕਰਨਾ ਚਾਹੀਦਾ। ਦੇਖੋ ਦੋ ਗੱਲਾਂ ਇਹਦੇ 'ਤੇ ਮੈਂ ਬਾਅਦ 'ਚ ਆਉਣਾ, ਪਹਿਲਾਂ ਮੈਂ ਸਾਰੇ ਗੁਨਾਹ ਦੀ ਗੱਲ ਕਰਨਾ ਜੀ। ਫਿਰ ਅਸੀਂ ਉਹ ਦਵਾਈ ਮਾਫ਼ ਹੋ ਗਈ, ਰੌਲਾ ਪੈ ਗਿਆ, ਬੇਅਦਬੀ ਦਾ ਇਸ਼ੂ ਵਿੱਚ ਚੱਲੀ ਜਾਂਦਾ, ਫਿਰ ਅਸੀਂ ਉਸ ਤੋਂ ਬਾਅਦ ਉਹਨਾਂ ਨਾਲ ਵੋਟਾਂ ਦਾ ਸੌਦਾ ਫਿਰ ਮਾਰਦੇ ਹਾਂ ਬਹਿ ਕੇ, ਤੁਹਾਡੇ 55 ਹਲਕਾ ਇੰਚਾਰਜ ਉਸ ਦੀ ਸਜ਼ਾ ਭੁਗਤ ਕੇ ਆਉਂਦੇ ਆ, ਅਤੇ ਜਿਹਨੇ ਸੌਦਾ ਮਾਰਿਆ ਉਹ ਪਾਸੇ ਬੈਠੇ ਆ, ਖੁਦ ਸੌਦਾ ਤਾਂ ਫਿਰ ਸੁਖਬੀਰ ਸਿੰਘ ਬਾਦਲ ਨਹੀਂ ਮਾਰਿਆ ਨਾ, ਮਤਲਬ ਕਿ ਉਹ ਆਪਣੇ ਆਪ ਨਹੀਂ ਗਏ, ਉਹ ਭੇਜੇ ਗਏ ਸਰ। ਮੈਂ ਸਾਰੇ ਦਿਨਾਂ 'ਚ ਮੀਟਿੰਗਾਂ ਕਰਾਈਆਂ ਜੀ,
ਅੱਛਾ ਭੇਜੇ ਗਏ ਸੁਨੇਹੇ ਤਾਂ ਮੈਂ ਹੀ ਲਾਏ ਨਾ ਜੀ, ਸੁਖਬੀਰ ਸਿੰਘ ਬਾਦਲ ਨੇ ਕਿਹਾ ਤੇ ਸੁਨੇਹੇ ਲਾਤੇ ਤੇ ਉਹ ਮੀਟਿੰਗਾਂ ਹੋਈਆਂ, ਉਹਨਾਂ ਨੇ ਸਜ਼ਾ ਭੁਗਤਰੀ, ਅਸੀਂ ਦੋਨੋਂ ਜਣੇ ਬੈਠੇ ਹਾਂ ਹਲੇ। ਇਹ ਹੁਣ ਸੁਖਬੀਰ ਸਿੰਘ ਬਾਦਲ ਨੇ ਦੱਸਣਾ ਹੋਊਗਾ ਵੀ ਕਿਹਦੇ ਨਾਲ ਮੀਟਿੰਗ ਕੀਤੀ ਸੀ, ਕਿਹਦੇ ਨਾਲ ਵੋਟਾਂ ਦਾ ਸੌਦਾ ਮੁੱਕਿਆ ਸੀ। ਪਹਿਲਾਂ ਮਾਫ਼ੀ ਦਿਵਾਉਣ ਵਾਲਾ ਹੋ ਗਿਆ, ਚਲੋ ਮਾਫ਼ੀ ਵਾਲਾ ਹਲੇ ਕਿਸੇ ਹੱਦ ਤੱਕ ਵਿਧੀ ਵਿਧਾਨ ਮੁਤਾਬਕ ਹੁੰਦਾ ਤਾਂ ਸ਼ਾਇਦ ਚਲੋ ਚੰਗਾ, ਸਮਾਜਿਕ ਪਾੜੇ ਖਤਮ ਵੀ ਹੁੰਦੇ ਔਰ ਨਾਲੇ ਇਹ ਗੱਲ ਮੁੱਕ ਜਾਂਦੀ, ਪਰ ਉਹ ਪਬਲਿਕ ਨੇ ਪ੍ਰਵਾਨ ਨਹੀਂ ਕੀਤਾ। ਤਾਂ ਇਸ ਕਰਕੇ ਹਾਲਾਤ ਇਹ ਹੈ ਵੀ ਜਦੋਂ ਇਹ ਸਾਰਾ ਕੁਛ ਮੰਨ ਲਿਆ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਣਿਆ ਸੀ ਉਹ ਬਣਿਆ ਸੀ ਅਕਾਲ ਤਖ਼ਤ ਸਾਹਿਬ ਦੀ ਪ੍ਰੋਟੈਕਸ਼ਨ ਲਈ ਤੇ SDPC ਦੇ ਸਹਿਯੋਗ ਲਈ। ਯਾਰ ਜੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੇ ਖਿਲਾਫ਼ ਜਾਊ, ਫਿਰ ਉਹ ਤੋਂ ਬਾਅਦ ਕਿਹਨੂੰ ਕਹਾਂਗੇ ਅਸੀਂ ਵੀ ਤੁਸੀਂ ਹੁਕਮਨਾਮਾ ਮੰਨੋ? ਤੇ ਜੇ ਉਹਨਾਂ ਨੇ ਖੁਦ ਮੰਨ ਲਿਆ ਵੀ ਇਹ ਜਿਹੜੀਆਂ ਗੱਲਾਂ ਕਹਿੰਦੇ ਆ ਮੇਰੀ ਝੋਲੀ ਪਾ ਦਿਓ ਤੇ ਮੈਂ ਹੋ ਗਈਆਂ ਜਾਂ ਕਰ ਲਈਆਂ ਹਾਲੇ ਅੱਧੇ ਤੇ ਢੰਗ ਨਾਲ ਮੰਨੀਆਂ, ਤੇ ਫਿਰ ਉਹਨੂੰ ਜੇ ਮੰਨ ਲਓ ਸਾਨੂੰ ਤਾਂ ਕਹਿਣਗੇ ਇਕੱਠੇ ਹੋ ਜਾਓ, ਤੇ ਫਿਰ ਉਹਨੂੰ ਕੀ, ਉਹਨਾਂ ਨੂੰ ਕੀ ਕਹਿਣਗੇ? ਕੁਛ ਤਾਂ ਕਹਿਣਗੇ ਹੀ ਨਹੀਂ, ਉਹ ਤਾਂ ਫਿਰ ਧਾਰਮਿਕ ਤੌਰ ਤੇ ਜੋ ਸਜ਼ਾ ਦਾ ਵਿਧੀ ਵਿਧਾਨ ਹੈ ਉਹਦੇ ਮੁਤਾਬਕ। ਫਿਰ ਉਹੀ ਗੱਲ ਕਿ ਜਿਹੜੀ ਜਮਾਤ ਦੇ ਮੁਖੀ ਹੈ ਜਿਹੜੇ ਬਣੀ, ਕੱਲ ਨੂੰ ਮੰਨ ਲਓ ਦੂਸਰਾ ਸ੍ਰੀ ਅਕਾਲ ਤਖ਼ਤ ਸਾਹਿਬ ਕੋਈ ਸਿਆਸੀ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਜੁਡੀਸ਼ਲੀ ਕੋਈ ਸਜ਼ਾ ਦਾ ਤਾਂ ਫੈਸਲਾ ਦੇ ਨਹੀਂ ਸਕਦਾ। ਨਹੀਂ ਤੇ ਫਿਰ ਇਕੱਠੇ ਹੋਣ ਵਾਲਾ ਵੀ ਤਾਂ ਫਿਰ ਸਿਆਸੀ ਫੈਸਲਾ ਹੀ ਹੋ ਜਾਊਗਾ ਫਿਰ ਤਾਂ, ਜੇ ਉਹਨਾਂ ਨੂੰ ਨਹੀਂ ਦੇ ਸਕਦੇ ਕੁਛ ਤਾਂ ਫਿਰ ਸਾਨੂੰ ਵੀ ਤਾਂ ਫਿਰ ਸਿਆਸੀ ਫੈਸਲਾ ਹੀ ਹੈ ਨਾ। ਇਸ ਕਰਕੇ ਮੈਂ ਚਲੋ ਆਪਾਂ ਅਕਾਲ ਤਖ਼ਤ ਸਾਹਿਬ ਨੂੰ ਜ਼ਿਆਦਾ ਡਿਸਕਸ ਨਾ ਕਰੀਏ, ਸਾਡੇ ਲਈ ਉਹ ਸੁਪਰੀਮ ਹੈ, ਪਬਲਿਕ ਨੇ ਮੰਨਣਾ ਕਿ ਨਹੀਂ ਮੰਨਣਾ, ਅੱਗੇ ਉਹ ਪਬਲਿਕ ਖੜੀ ਹੋ ਜਾਊਗੀ ਜੇ ਕੋਈ ਗਲਤ ਲੱਗੂਗਾ ਤਾਂ। ਤੇ ਇਸ ਕਰਕੇ ਅਸੀਂ ਤਾਂ ਸਿਰ ਝੁਕਾ ਕੇ ਮੰਨਾਂਗੇ, ਜੋ ਉਹ ਕਹਿਣਗੇ ਮੰਨ ਲਾਂਗੇ, ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਗਾ। ਔਰ ਅਸੀਂ ਮਿੰਟੂ ਜੀ ਮੇਰੀ ਬੇਨਤੀ ਹੈ, ਅਸੀਂ ਅਕਾਲੀ ਦਲ ਨੂੰ ਕੋਈ ਮਾਰਨ ਲਈ ਨਹੀਂ ਖੜੇ ਹੋਏ, ਅਸੀਂ ਤਾਂ ਸੁਧਾਰ ਕਰਨ ਲਈ ਖੜੇ ਹੋਏ। ਅਸੀਂ ਅੱਜ ਵੀ ਮੰਗਦੇ ਹਾਂ ਕਿ ਦੋਨੋਂ ਧਿਰਾਂ ਬਿਠਾ ਕੇ ਇੱਕ ਪ੍ਰੈਜ਼ੀਡੀਅਮ ਬਣਾ ਲੈਣ ਤੇ ਭਰਤੀ ਹੋਣੀ ਡਿਊ ਹੈ, ਭਰਤੀ ਕਰਨ ਹੁਣ ਡਰਦੇ ਭਰਤੀ ਵੀ ਨਹੀਂ ਹੋ ਰਹੀ, ਭਰਤੀ ਕਰਨ 14 ਦਸੰਬਰ 2024 ਤੱਕ ਭਰਤੀ ਕਰਕੇ ਨਵਾਂ ਪ੍ਰਧਾਨ ਚੁਣਨ ਦੇ ਸਾਡੀ ਤਰੀਕ ਤੈਅ ਹੁੰਦੀ ਹੈ, ਤੇ ਭਰਤੀ ਕਰ ਲੈਣੀ ਯਾਰ ਜਿਹੜਾ ਪ੍ਰਧਾਨ ਬਣ ਕੇ ਆਜੂ, ਆਜੂ ਉਹਦੇ 'ਚ ਕੀ ਫਰਕ ਪੈਂਦਾ? ਇੱਕ ਚੀਜ਼ ਆ ਕਿ ਤੁਹਾਡੀ ਗੱਲ 'ਚੋਂ ਆਈ ਹੈ, ਚਲੋ ਆਪਾਂ, ਮੈਂ ਜਿਵੇਂ ਕਿਹਾ ਕਿ ਮੈਂ ਖੁਦ ਇਸ ਮਾਮਲੇ 'ਚ ਬੜਾ ਸੈਂਸਿਟਿਵ ਰਹਿੰਦਾ, ਧਾਰਮਿਕ ਮੁੱਦੇ ਆ ਨਾ ਹੀ, ਮੈਂ ਬਹੁਤਾ ਜਾਣਕਾਰ ਹਾਂ, ਮੈਂ ਇਮਾਨਦਾਰੀ ਨਾਲ ਕਹਾਂ। ਗਿਆਨੀ ਗੁਰਬਚਨ ਸਿੰਘ ਸਨ, ਆਪਣੇ ਜ਼ਿਲ੍ਹੇ ਤੋਂ ਹੀ ਸਨ। ਗਿਆਨੀ ਗੁਰਬਚਨ ਸਿੰਘ ਜਥੇਦਾਰ ਦੇ ਤੌਰ 'ਤੇ ਜਿਹੜਾ ਕਾਰਜਕਾਲ ਜਿਹਦੇ ਵਿੱਚ ਵਿਵਾਦ ਨਿਕਲਿਆ ਮਾਫੀਆ ਦਾ, ਜਦੋਂ ਤੁਸੀਂ ਹੁਣ ਮਤਲਬ ਕਿ ਬਹੁਤ ਕਹਿ ਲਾਂਗੇ ਫਰਾਕ ਦਿੱਲੀ ਨਾਲ ਕਹਿ ਰਹੇ ਹੋ ਕਿ ਅਸੀਂ ਦੋ ਪਾਸੇ ਰਹਿ ਗਏ, ਕਿ ਜਿਹੜੇ ਜਥੇਦਾਰ ਸਾਹਿਬਾਨ ਮੰਨ ਲਓ ਉਸ ਟਾਈਮ ਸੀਗੇ, ਉਹਦੇ ਵਿੱਚ ਸ਼ਾਇਦ ਗਿਆਨੀ ਇਕਬਾਲ ਸਿੰਘ ਵੀ ਸੀਗੇ, ਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸਵਾਲ ਨਹੀਂ ਹੋ ਸਕਦੇ ਹੁਣ, ਕਿਉਂਕਿ ਸਾਬਕਾ ਜਥੇਦਾਰ ਹੈ, ਕਿ ਠੀਕ ਆ ਕੋਈ ਪੋਲੀਟੀਸ਼ੀਅਨ ਕੋਈ ਦਬਾਅ ਪਾਉਣ ਦਾ ਯਤਨ ਕਰਦਾ ਬਤੌਰ ਚਲੋ ਤਾਕਤਵਰ ਨੇਤਾ, ਕਿ ਇੱਕ ਕੌਮ ਦਾ ਜਥੇਦਾਰ ਜਿਸਨੇ ਅਗਵਾਈ ਦੇਣੀ ਹੈ, ਜੇ ਉਸ ਨੂੰ ਉਹ ਮੰਨ ਲੈਂਦਾ ਤਾਂ ਅੱਜ ਦੀ ਤਰੀਕ ਦੇ ਵਿੱਚ ਉਹ ਤਾਂ ਫਿਰ ਯਾਨੀ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਉਹ ਵੀ ਬਾਹਰ ਰਹਿ ਗਏ। ਦੇਖੋ ਦੋ ਗੱਲਾਂ ਹੈ ਮਿੰਟੂ ਜੀ, ਮੁੱਦਾ ਸੈਂਸਿਟਿਵ ਹੈ ਪਰ ਸਾਡਾ ਧਰਮ ਹੈ, ਅਸੀਂ ਡਿਸਕਸ ਕਰੇ ਬਿਨਾਂ ਵੀ ਨਹੀਂ ਹਟ ਸਕਦੇ, ਠੀਕ ਹੈ? ਭਾਵੇਂ ਇਹ ਅਧਿਕਾਰ ਖੇਤਰ ਕਹਿਣ ਵੀ ਇਕੱਲੇ SDPC ਮੈਂਬਰਾਂ ਦਾ, ਉਹਨਾਂ ਦੇ ਨਹੀਂ ਹੈ, ਸਾਰੇ ਸਿੱਖ ਹੈ। ਇੱਕ ਮੈਂ ਇੱਕ ਗੱਲ ਕਹਾਂ ਕਿ ਉਹਨਾਂ ਨੂੰ ਬੁਲਾਇਆ ਜਾ ਸਕਦਾ ਕਿ ਨਹੀਂ ਜਾ ਸਕਦਾ, ਇਹ ਮੈਨੂੰ ਨਹੀਂ ਪਤਾ ਮਰਜ਼ਾਦਾ ਹੈਗੀ ਕਿ ਨਹੀਂ ਹੈਗੀ, ਇਹਦੇ ਬਾਰੇ ਮੈਨੂੰ ਗਿਆਨ ਨਹੀਂ।
ਜੀ, ਪਰ ਮੈਂ ਇੱਕ ਕਹਾਂ ਕਿ 2015 ਵੇਲੇ ਜਦੋਂ ਰੌਲਾ ਪੈ ਗਿਆ ਸੀ ਨਾ ਜੀ, ਉਸ ਵੇਲੇ ਤੋਂ ਲਾ ਕੇ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਲੱਗਣ ਦਾ ਵਿਧੀ ਵਿਧਾਨ ਤੇ ਹਟਾਉਣ ਦਾ ਵਿਧੀ ਵਿਧਾਨ ਬਣਨਾ ਚਾਹੀਦਾ ਜੀ। ਬਿਲਕੁਲ, ਪ੍ਰੈਸ਼ਰ 'ਚ ਕੋਈ ਕਿਉਂ ਆਊਗਾ? ਬਿਲਕੁਲ, ਪ੍ਰੈਸ਼ਰ 'ਚ ਉਦੋਂ ਆਉਂਦਾ ਜਦੋਂ ਇਹ ਲੱਗੇ ਵੀ ਯਾਰ ਮੈਂ ਤਾਂ ਆਹ ਕੁਰਸੀ ਖੁਸਜੂ ਜਾਂ ਨਾ ਮੰਨਿਆ ਜੀ, ਤਾਂ ਹੀ ਆਉਂਦਾ ਨਾ। ਬਿਲਕੁਲ, ਤੇ ਜੇ ਇਹ ਹੋਵੇ ਵੀ ਮੇਰੀ ਕੁਰਸੀ ਤਾਂ ਕਿਸੇ ਹੋਰ ਦੇ ਹੱਥ ਹੈ ਤੇ ਮੈਂ ਤਾਂ ਜੋ ਕਰਾਂ ਸਹੀ ਕਰਾਂ, ਫਿਰ ਇਜਾਜ਼ਤ ਮਿਲਦੀ ਹੈ ਸਹੀ ਕਰਨ ਦੀ। ਇਹ ਬੜਾ ਵੱਡਾ ਇੱਕ ਪੁਆਇੰਟ ਹੈ, ਮਤਲਬ ਕਿ ਇਹਦੇ ਵਿੱਚ ਵੀ ਰਿਫਾਰਮਸ ਹੋਣੇ ਚਾਹੀਦੇ ਆ। ਜੋ ਰਿਫਾਰਮਸ ਹੋਏ ਪਏ ਆ, ਮੈਂ ਤੁਹਾਨੂੰ ਅਗਲੀ ਗੱਲ ਕਹਾਂ, SGPC ਨੇ ਇੱਕ ਕਮੇਟੀ ਬਣਾਈ ਤੇ ਕਮੇਟੀ ਦੀ ਰਿਪੋਰਟ ਵੀ ਆਈ ਪਈ ਹੈ। ਮਤਲਬ ਕਿ ਜੋ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਹੈ, ਨਿਯੁਕਤੀ ਹੈ ਉਹਦਾ ਵਿਧੀ ਵਿਧਾਨ ਵੀ ਕਿਵੇਂ ਹੋਣਾ ਚਾਹੀਦਾ ਤੇ ਹਟਾਉਣ ਦਾ ਕੀ ਹੋਣਾ ਚਾਹੀਦਾ, ਉਹ ਜਿਹੜੀ ਹੈਗੀ ਹੈ ਉਹ ਕਮੇਟੀ ਦੀ ਰਿਪੋਰਟ ਆਈ ਨੂੰ ਮੇਰੇ ਖਿਆਲ ਸਾਲਾਂ ਬੱਧੀ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਨਿਯੁਕਤੀ ਕੌਣ ਕਰਦਾ? ਉਹ ਸਾਰੇ ਮੈਂਬਰਾਂ ਦੀ ਸਲਾਹ ਨਾਲ ਸੁਖਬੀਰ ਸਿੰਘ ਬਾਦਲ ਕਰਦਾ। ਫਿਰ ਮਤਲਬ ਇਹਦੇ ਚ ਹੁਣ ਏਦੋਂ ਬਾਅਦ ਜੇ ਕੁਛ ਕਵਾਂਗੇ ਤੇ ਫਿਰ ਕੁੱਟਖਾਣ ਵਾਲਾ ਨਾ ਕੰਮ ਹੋ ਜਾਏ। ਪਰ ਮੁਕਦੀ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਬਹਾਲ ਰੱਖਣ ਲਈ ਜਿਹੜੀ ਵੀ ਕਮੇਟੀ ਨੇ ਰਿਪੋਰਟ ਬਣਾਈ ਹੈ ਉਹਨੂੰ ਹੋਰ ਘੋਖ ਲਓ, ਹੋਰ ਵਾਚ ਲਓ, ਹੋਰ ਪੰਥ ਨੂੰ ਵਿੱਚ ਇਨਵੋਲਵ ਕਰਕੇ ਉਹ ਰਿਪੋਰਟ ਲਾਗੂ ਕਰਨੀ ਚਾਹੀਦੀ ਹੈ। ਜਦੋਂ ਰਿਪੋਰਟ ਲਾਗੂ ਹੋ ਗਈ ਤੇ ਭਾਵੇਂ ਕੋਈ ਫੈਸਲਾ ਮਾੜਾ ਮੋਟਾ ਕਿਸੇ ਦੀ ਇੱਛਾ ਮੁਤਾਬਕ ਜਾਂ ਸੋਚ ਦੇ ਮੁਤਾਬਕ ਨਾ ਵੀ ਹੋਵੇ ਤੇ ਫਿਰ ਅਗਲਾ ਕਹਿੰਦਾ ਯਾਰ ਆਜ਼ਾਦ ਹਸਤੀ। ਬਿਲਕੁਲ, ਅੱਜ ਜਿਹੜੀ ਹੈ ਨਾ ਇੱਕ ਉਹ ਬਹੁਤ ਵੱਡਾ ਇੱਕ ਕੁਐਸਚਨ ਮਾਰਕ ਇੱਥੇ ਰਾਏ ਵੰਡੀ ਜਾਂਦੀ ਹੈ। ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਮਤਲਬ ਪੰਥ ਦਰਦੀਆਂ ਨੂੰ ਵੀ ਹੈ, ਅਕਾਲ ਤਖਤ ਸਾਹਿਬ ਦੇ ਅਸੀਂ ਬੇਨਤੀ ਕਰ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਬਚਣਾ ਬਹੁਤ ਜ਼ਰੂਰੀ ਹੈ। ਇਹ ਗੱਲ ਤੁਸੀਂ ਮੰਨਦੇ ਹੋ 100%? ਮੈਂ ਨਹੀਂ ਮੰਨਦਾ, ਦੂਸਰੇ ਵੀ ਮੰਨਦੇ, ਵਿਰੋਧੀ ਵੀ ਮੰਨਦੇ। ਜਦੋਂ ਦਾ ਮੈਂ ਆਜ਼ਾਦ ਫਿਜ਼ਾ 'ਚ ਆਇਆ ਨਾ, ਆਜ਼ਾਦ ਮਤਲਬ ਕਿ ਸੁਖਬੀਰ ਸਿੰਘ ਬਾਦਲ ਨਾਲ ਲਹਿਦਾ ਆਇਆ, ਮੇਰੀ ਸਾਰੇ ਬੰਦਿਆਂ ਨਾਲ ਆਮ ਗੱਲਬਾਤ ਹੁੰਦੀ ਰਹਿੰਦੀ, ਆਮ ਮਨ ਦੀ ਸੈਂਸ, ਤੁਸੀਂ ਵਿਰੋਧੀ ਪਾਰਟੀ ਸਭ ਤੋਂ ਸਾਡੀ ਕਾਂਗਰਸ ਹੀ ਗਿਣਦੇ ਜੀ ਜੀ ਬਿਲਕੁਲ। ਤਾਂ ਮੈਨੂੰ ਇੱਕ ਸਰਦਾਰ ਜਿਹੜਾ ਕਿ ਮੈਂ ਸਮਝਦਾ ਕਿ ਪੰਥ ਦੇ ਸਭ ਤੋਂ ਵੱਡੇ ਗੁਨਾਹਗਾਰ ਨੇ ਜਿਹੜੇ ਅੱਜ ਦੁਨੀਆਂ 'ਤੇ ਹੈ ਨਹੀਂ, ਉਹਨਾਂ ਨੂੰ ਡਿਸਕਸ ਕਰਨਾ ਤਾਂ ਬਣਦਾ ਨਹੀਂ, ਪਰ ਉਹਨਾਂ ਦੀ ਇੱਕ ਗੱਲ ਜ਼ਰੂਰ ਕਰਨੀ ਪਊਗੀ ਮੈਨੂੰ ਜੀ। ਗਿਆਨੀ ਜੈਲ ਸਿੰਘ ਮੁੱਖ ਮੰਤਰੀ ਹੁੰਦੇ ਸੀ ਜੀ, ਤਾਂ ਉਹਨਾਂ ਦੇ ਅੱਗੇ ਕਾਂਗਰਸ ਇਕੱਠੇ ਹੋ ਕੇ ਰੌਲਾ ਪਾਉਣ ਲੱਗ ਗਏ ਕਿ ਅਕਾਲੀਆਂ ਦੇ ਕੰਮ ਹੋ ਰਹੇ ਆ। ਜਦੋਂ ਮੁੱਖ ਮੰਤਰੀ ਉਹਨਾਂ ਦੇ ਨਾਲ ਪ੍ਰੈਸ ਸਕੱਤਰ ਸੀ ਉਸ ਵੇਲੇ ਦਾ, ਉਹਨੇ ਮੈਨੂੰ ਇਹ ਗੱਲ ਦੱਸੀ, ਹਲੇ ਵੀ ਉਹ ਜਿੰਦਾ ਹੈਗੇ ਆ। ਤਾਂ ਉਹ ਜਦੋਂ ਉਹ ਰੌਲਾ ਪਾਉਣ ਲੱਗ ਗਏ, ਉਹ ਕਹਿੰਦੇ ਤੂੰ ਆ ਜਾ ਰੈਸਟ ਹਾਊਸ, ਪੰਡਿਤ ਜੀ ਰੈਸਟ ਹਾਊਸ ਆ ਜਾਓ, ਕੋਈ ਸ਼ਾਇਦ ਪੰਡਿਤ ਸੀਗਾ ਜਿਹੜਾ ਕੰਮ ਵਾਲਾ, ਅਤੇ ਵੀ ਤੁਹਾਨੂੰ ਚਾਹ ਪਿਆਉਣੇ ਆ ਅਤੇ ਨਾਲੇ ਮੈਂ DC ਨੂੰ ਬੁਲਾ ਲੈਣਾ ਜੀ। DC ਨੂੰ ਬੁਲਾ ਲਿਆ, DC ਨੂੰ ਬੁਲਾ ਕੇ ਕਹਿਤਾ ਵੀ ਪੰਡਿਤ ਜੀ ਦਾ ਕੋਈ ਮੈਨੂੰ ਲਾਂਭਾ ਨਹੀਂ ਆਉਣਾ ਚਾਹੀਦਾ ਜੀ। ਹੋ ਗਿਆ ਉਹ ਖੁਸ਼ ਹੋ ਗਿਆ, ਪਰ ਕਹਿੰਦਾ 60% ਕੰਮ ਅਕਾਲੀ ਕਾਂਗਰਸੀਆਂ ਦੇ ਕਰੀ ਚੱਲਿਓ, 40 ਕਾਂਗਰਸੀਆਂ ਅਕਾਲੀਆਂ ਦੇ ਵੀ ਕਰੀ ਚੱਲਿਓ। ਉਹ ਫਿਰ ਲੋਹਾ ਲਾਖਾ ਆ ਗਿਆ, ਉਹ ਕਹਿੰਦਾ ਪੰਡਿਤ ਜੀ ਇਹਨੂੰ ਦਿੱਲੀ ਪਸੰਦ ਨਹੀਂ ਕਰਦੀ, ਜੇ ਅਕਾਲੀ ਤਕੜੇ ਰਹਿਣਗੇ ਤੇ ਤਾਂ ਹੀ ਸਾਨੂੰ ਕੁਰਸੀ ਸਾਡੀ ਬੁਕਤ ਤਾਂ ਹੀ। ਮਤਲਬ ਜਿਹੜਾ ਦੂਜੀ ਪਾਰਟੀ 'ਚ ਬੈਠਾ ਬੰਦਾ ਹੈ ਉਹ ਵੀ ਸੋਚਦਾ ਕਿ ਅਕਾਲੀ ਤਕੜੇ ਰਹਿਣਗੇ ਤੇ ਤਾਂ ਹੀ ਸਾਡੀ ਇੱਜ਼ਤ ਹੋਣੀ ਹੈ, ਨਹੀਂ ਤਾਂ ਕਿਤੇ ਪੱਗ ਨੂੰ ਰੋਲ ਹੀ ਨਾ ਦੇਣ। ਇਸ ਕਰਕੇ ਕਿਸੇ ਪਾਰਟੀ 'ਚ ਬੈਠਾ ਮੈਂ ਨਾਂ ਨਹੀਂ ਲਊਂਗਾ ਅੱਜ, ਅਤੇ ਮੈਂ ਮਤਲਬ ਮੈਂ ਕਹਿ ਸਕਦਾ ਕਿ ਮੈਨੂੰ ਸਾਰੇ ਬੰਦੇ ਕਹਿੰਦੇ ਵੀ ਯਾਰ ਕਿਸੇ ਤਰੀਕੇ ਅਕਾਲੀ ਦਲ ਨੂੰ ਬਚਾ ਲਓ, ਵੀ ਤਾਂ ਹੀ ਕਦਰ ਪੈਣੀ ਹੈ। ਨੈਸ਼ਨਲ ਪਾਰਟੀਆਂ ਵਾਲੇ ਖੁਦ ਕਹਿੰਦੇ ਆ ਵੀ ਜੇ ਅਕਾਲੀ ਤਕੜੇ ਹੋਣਗੇ ਸਾਡੀ ਵੀ ਕਦਰ ਤਾਂ ਹੋਣੀ ਹੈ। ਮਤਲਬ ਇਸ ਕਰਕੇ ਅਕਾਲੀ ਦਲ ਦਾ ਬਚਣਾ ਬਹੁਤ ਜ਼ਰੂਰੀ ਹੈ, ਪਰ ਅਕਾਲੀ ਦਲ ਦਾ ਬਚਣਾ ਤਾਂ ਬਚੂਗਾ ਤਾਂ ਜੇ ਅਸੀਂ ਸਿਧਾਂਤਾਂ 'ਤੇ ਚੱਲਾਂਗੇ। ਅਕਾਲੀ ਦਲ ਦੇ ਸਿਧਾਂਤ ਕੀ ਸੀ ਕਿ ਮੈਂ ਪੰਥ ਵਸੇ ਮੈਂ ਉੱਜੜਾਂ,
ਤੇ ਜੇ ਆਖਾਂ ਵੀ ਇਕੱਲਾ ਮੈਂ ਹੀ ਵਸਾਂ ਤੇ ਪੰਥ ਉੱਜੜ ਜੇ ਤੇ ਫਿਰ ਪੰਥ ਤਾਂ ਉੱਜੜ ਹੀ ਗਿਆ, ਕੀ ਰਹਿ ਗਿਆ ਹੁਣ ਪੰਥ ਦੇ ਵਿੱਚ, ਦਿਖੀ ਜਾਂਦਾ ਸਾਹਮਣੇ ਸਾਰਾ ਕੁਝ। ਆਹ ਲਾਸਟ ਹੈ ਜਿੱਦਣ SGPC ਦੀਆਂ ਚੋਣਾਂ ਹੋ ਗਈਆਂ ਉਦਣ ਬਸ ਇਹ ਵੀ ਖੇਰੂ ਖੇਰੂ ਹੋ ਜੂ। ਤੇ ਫਿਰ ਜਿਹੜੇ ਅੱਜ ਕਹਿੰਦੇ ਆ ਵੀ ਨਹੀਂ ਜੀ ਫਲਾਨਾ ਫਲਾਨੇ ਨੂੰ ਕਹਿੰਦਾ, ਜੀ ਫਲਾਨਾ ਫਲਾਨੇ ਨੂੰ ਕਹਿੰਦਾ, ਜੇ ਤੁਸੀਂ ਨਾ ਰਿਪੋਰਟਾਂ ਲਾਗੂ ਕਰੋਗੇ ਤਾਂ ਫਿਰ ਕੋਈ ਹੋਰ ਆ ਕੇ ਕਰ ਲਊਗਾ। ਬਿਲਕੁਲ ਉੱਥੇ ਆਉਂਦੇ ਆਪਾਂ ਲਾਸਟ ਦੇ ਵਿੱਚ। ਅੰਮ੍ਰਿਤਪਾਲ ਸਿੰਘ ਪੰਥਕ ਰਾਜਨੀਤੀ ਦਾ ਕਹਿ ਲਓ ਕਿ ਇਸ ਵੇਲੇ ਬੜਾ ਵੱਡਾ ਛੇਤੀ ਕੱਦ ਕੱਢਵਾਂ ਚਿਹਰਾ ਕਹਿ ਲਓ, ਬਹੁਤ ਜਲਦੀ ਕੱਦ ਕੱਢ ਲਿਆ। ਹੁਣ ਉਹਨਾਂ ਨੇ SGPC ਇਲੈਕਸ਼ਨ ਦਾ ਕਹਿ ਲਓ ਕਿ ਸਾਰਾ ਖਾਕਾ ਉਲੀਕਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਲੜਨਾ। ਉਹ ਤੁਹਾਡੇ ਤੋਂ ਵੀ ਦੂਰੀ ਬਣਾ ਕੇ ਚੱਲ ਰਹੇ ਨੇ। ਅਕਾਲੀ ਦਲ ਬਾਦਲ ਦੇ ਤਾਂ ਕਹਿ ਲਓ ਕਿ ਖੁੱਲ੍ਹੇ ਰੂਪ 'ਚ ਵਿਰੋਧੀ ਨੇ। ਹੁਣ ਫਰਜ਼ ਕਰੋ SGPC ਦਾ ਇਲੈਕਸ਼ਨ ਹੁੰਦਾ ਹੈ ਬਰਾੜ ਸਾਹਿਬ, ਤਾਂ ਉਸ ਸੂਰਤ 'ਚ ਜੇ ਅੱਜ ਦੀ ਤੁਹਾਡੀ ਜਥੇਬੰਦੀ ਆਪਾਂ ਦੇਖੀਏ ਜਿਸ ਦੌਰ 'ਚ ਉਹ ਦਾਖਲ ਹੋ ਚੁੱਕੀ ਆ, ਤਾਂ ਇੱਦਾਂ ਲੱਗਦਾ ਕਿ ਜੇ ਅੱਜ ਦੀ ਤਰੀਕ 'ਚ ਜਾਂ 2-4 ਮਹੀਨਿਆਂ 'ਚ 6 ਮਹੀਨਿਆਂ 'ਚ ਇਲੈਕਸ਼ਨ ਹੋ ਜਾਂਦਾ ਤਾਂ SGPC ਜਿਵੇਂ ਤੁਸੀਂ ਤੌਖਲਾ ਪ੍ਰਗਟਾਇਆ, ਤਾਂ ਫਿਰ ਕੀ ਤੁਹਾਨੂੰ ਲੱਗਦਾ ਕਿ ਜੋ ਸਪੇਸ ਸੀ ਖੇਤਰੀ ਪਾਰਟੀ ਦਾ ਉਹ ਤੁਹਾਡੇ ਤੋਂ ਬਿਲਕੁਲ ਬਦਲ ਜਾਏਗਾ, ਉੱਧਰ ਚਲਾ ਜਾਏਗਾ, ਅਤੇ ਜਿਹਦੇ 'ਚ ਤੁਸੀਂ ਯਾਨੀ ਸੁਧਾਰਵਾਦੀ ਲਹਿਰ ਦੇ ਜਿਹੜੇ ਪੁਰਾਣੇ ਜਾਂ ਨਵੇਂ ਜਿੰਨੇ ਵੀ ਵਰਕਰ ਆ ਜਾਂ ਅਕਾਲੀ ਆ ਜਾਂ ਉੱਧਰੋਂ, ਉਹ ਸਾਰੇ ਹੀ ਕਿਤੇ ਨਾ ਕਿਤੇ ਹਾਸ਼ੀਆਗ੍ਰਸਤ ਹੋ ਜਾਣਗੇ। ਦੇਖੋ ਜਿਹੜਾ ਰਾਜਨੀਤੀ ਦੇ ਵਿੱਚ ਬਦਲਾਅ ਹੈ ਨਾ, ਇਹ ਤੈਅ ਹੈ। ਸਮਾਂ ਕਿਸੇ ਦਾ ਕਦੇ ਬਣ ਕੇ ਨਹੀਂ ਰਿਹਾ। ਕਦੇ ਮਾਝੀ ਦੀ ਤੂਤੀ ਬੋਲਦੀ ਹੁੰਦੀ ਸੀ, ਫਿਰ ਮਾਲਵੇ ਦੀ ਬੋਲਣ ਲੱਗ ਗਈ, ਅਤੇ ਹੁਣ ਮੈਨੂੰ ਲੱਗਦਾ ਕੁਦਰਤੀ ਹੈ ਤੁਹਾਡੇ ਸਾਹਮਣੇ ਆ ਵੀ ਮਾਲਵੇ ਦੇ ਵਿੱਚੋਂ ਖਿਸਕ ਕੇ ਗਾਂਹ ਗਈ, ਗਾਂਹ ਅੱਗੇ ਕਿੱਥੇ ਜਾਣੀ ਹੈ, ਇਹ ਪਰਮਾਤਮਾ ਦੇ ਹੱਥ ਵਸ ਹੈ। ਇੱਕ ਗੱਲ ਮੈਂ ਇਹ ਗੱਲ ਬੜੇ ਜ਼ੋਰ ਨਾਲ ਇਹ ਕਹਿਣਾ ਹੁੰਦਾ ਹੈ ਕਿ ਜਾਂ ਕਹੀ ਸੀ ਕਿ ਸੁਧਾਰ ਜੇ ਆਪਾਂ ਕਰ ਲਾਂਗੇ ਤਾਂ ਲੋਕ ਕਹਿਣਗੇ ਯਾਰ ਠੀਕ ਕਰਤਾ। ਜਦੋਂ ਅਸੀਂ ਕਰਨ ਵਾਲੇ ਪਾਸੇ ਨਹੀਂ ਤੁਰਦੇ ਤਾਂ ਕੋਈ ਕਰਨ ਵਾਲਾ ਹੋਰ ਆਜੂਗਾ। ਇਸ ਕਰਕੇ ਭਾਈ ਅੰਮ੍ਰਿਤਪਾਲ ਦਾ ਜਦੋਂ ਇਲੈਕਸ਼ਨ ਲੜਨਾ ਸੀ, ਮਿੰਟੂ ਜੀ ਇਹ ਗੱਲਾਂ ਅੱਜ ਕਰਨ ਦਾ ਕੋਈ ਮਹਿਨਾ ਹੈ ਨਹੀਂ, ਪਰ ਜਿਹੜੀਆਂ ਕਹੀਆਂ ਹੁੰਦੀਆਂ ਨਾ ਮਨ ਨੂੰ ਤਸੱਲੀ ਹੁੰਦੀ ਵੀ ਮੈਂ ਤਾਂ ਕਿਹਾ ਸੀ, ਮੈਂ ਹਾਦਾ ਨਾਰਾ ਜ਼ਰੂਰ ਮਾਰਿਆ ਸੀ, ਮੈਂ ਹਰ ਜਗ੍ਹਾ 'ਤੇ ਮਾਰਿਆ। ਜਿਸ ਦਿਨ ਦੀ ਡੇਰੇ ਵਾਲੀ ਗੱਲ ਚੱਲਦੀ ਸੀ ਹਰ ਥਾਂ 'ਤੇ ਹਾਦਾ ਨਾਰਾ ਮਾਰਿਆ ਵੀ ਨਹੀਂ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ, ਮਾਫ਼ੀ ਮੰਗ ਲਓ, ਲਿਖਤੀ ਮੰਗ ਲਓ, ਮੇਰੇ ਕੋਲ ਸਬੂਤ ਹੈ ਬਕਾਇਦਾ ਇਹਨਾਂ ਚੀਜ਼ਾਂ ਦੇ। ਤਾਂ ਉਹ ਜਦੋਂ ਇਹ ਭਾਈ ਅੰਮ੍ਰਿਤਪਾਲ ਦੀ ਗੱਲ ਆਈ ਨਾ ਵੀ ਅਨਾਊਂਸ ਕਰਤਾ ਵੀ ਇਲੈਕਸ਼ਨ ਲੜਨਾ ਹੈ, ਮੈਂ ਬੇਨਤੀ ਕੀਤੀ ਸੀ 2 ਦਿਨ ਦੀ ਕੋਰ ਕਮੇਟੀ ਬੁਲਾ ਲਓ, ਲਗਾਤਾਰ 2 ਦਿਨ ਦੀ, ਤੁਹਾਨੂੰ 48 ਘੰਟੇ 'ਚ ਸਾਰਾ ਕੁਛ ਹੀ ਸਾਹਮਣੇ ਆਜੂ, ਤੁਹਾਨੂੰ ਆਪ ਨੂੰ ਲੱਗਣ ਲੱਗ ਜੂ ਵੀ ਸਾਨੂੰ ਇਲੈਕਸ਼ਨ ਨਹੀਂ ਲੜਨਾ ਚਾਹੀਦਾ। ਇਹਨਾਂ ਨੇ ਉਹ ਕੋਰ ਕਮੇਟੀ ਨਹੀਂ ਬੁਲਾਈ, ਔਰ ਮੈਂ ਇੱਥੋਂ ਤੀਕਰ ਕਿਹਾ ਸੀਗਾ ਕਿ ਤੁਸੀਂ ਪੰਥਕ ਹੋ ਜਾਓਗੇ ਇਹ ਬੇਅੰਤ ਸਿੰਘ ਦੇ ਲੜਕੇ ਜਿਹੜੇ ਭਾਈ ਸਰਬਜੀਤ ਸਿੰਘ ਹੈ, ਵੀ ਇਹਨਾਂ ਦੇ ਖਿਲਾਫ਼ ਵੀ ਕੈਂਡੀਡੇਟ ਵਾਪਸ ਲੈ ਲਓ, ਈਵਨ ਸੰਗਰੂਰ ਦੀ ਲੜਾਈ ਮੁਕਾ ਦਿਓ ਯਾਰ, ਕਹਿ ਦਿਓ ਇੱਥੇ ਵੀ ਅਸੀਂ ਤਾਂ ਸਿਮਰਨਜੀਤ ਮਾਨ ਨੂੰ ਸ਼ਰਤ 'ਤੇ ਅਸੀਂ ਹਮਾਇਤ ਕਰ ਸਕਦੇ ਹਾਂ ਜੇ ਉਹ ਜਿਹੜੀਆਂ ਬਾਕੀ ਦੀਆਂ ਗੱਲਾਂ ਕਰਦਾ। ਉੱਥੇ ਤਾਂ ਝੂੰਦਾ ਕਮੇਟੀ ਵਾਲੇ ਚੇਅਰਮੈਨ ਸਾਹਿਬ ਵੀ ਮੈਦਾਨ 'ਚ ਆ ਗਿਆ ਸਰ, ਫਾਇਦਾ ਹੋ ਜਾਂਦਾ ਨਾ ਜੀ ਜੇ ਨਾਲੇ ਤਾਂ ਦੋਨਾਂ ਧਿਰਾਂ ਦੀ ਰਹਿ ਜਾਂਦੀ, ਨਾ ਤਾਂ ਢੀਂਡਸਾ ਸਾਹਿਬ ਨੂੰ ਲੜਨਾ ਪੈਂਦਾ ਅਤੇ ਨਾ ਝੂੰਦਾ ਸਾਹਿਬ ਨੂੰ ਲੜਨਾ ਪੈਂਦਾ ਵੀ ਚੱਲ ਭਾਈ ਆਪਾਂ ਪੰਥਕ ਚਿਹਰਾ ਯਾਰ, ਸਾਡੇ ਵਿਚਾਰ ਥੋੜ੍ਹੇ ਬਹੁਤੇ ਵੱਖਰੇ ਹੋ ਸਕਦੇ ਆ, ਵੀ ਉਹਨੂੰ ਹਮਾਇਤ ਦੇ ਦਿਓ। ਇਹ ਤਿੰਨੇ 'ਚ ਅਸੀਂ ਹਮਾਇਤ ਦਿੱਤੀ ਹੁੰਦੀ ਅਤੇ ਅੱਜ ਸਾਡੀ ਸਥਿਤੀ ਕੀ ਹੁੰਦੀ? ਅੱਜ ਘੱਟੋ ਘੱਟ ਪੰਥ ਇਕੱਠਾ ਜ਼ਰੂਰ ਹੁੰਦਾ, ਭਾਵੇਂ ਮਤਲਬ ਅਲੱਗ ਅਲੱਗ ਧੜਿਆਂ ਦੇ MP ਬਣਦੇ ਪਰ ਪੰਥ ਤਾਂ ਇਕੱਠਾ ਹੋ ਜਾਂਦਾ। ਜਿੱਥੇ ਅਸੀਂ ਇੱਕ ਜਿੱਥੇ ਹਾਂ, ਮੈਨੂੰ ਲੱਗਦਾ 2 ਕੁ ਹੋਰ ਜਿੱਤ ਸਕਦੇ ਸੀ ਅਤੇ 3 ਇਹ ਵੀ ਸ਼ਾਇਦ ਨੇੜੇ ਲੱਗ ਜਾਂਦੇ, ਨਹੀਂ ਤਾਂ 2 ਤਾਂ ਜਿੱਤ ਹੀ ਗਏ ਸੀ 3-2, 5 ਜੇ ਪੰਥ ਦੇ ਹੁੰਦੇ ਅਤੇ ਕਿੱਥੇ ਇਕੱਠੇ ਬਹਿ ਕੇ ਪੰਥ 'ਤੇ ਗੱਲ ਕਰਦੇ ਅਤੇ ਕੁਛ ਨਾ ਕੁਛ ਤਾਂ ਗੱਲ ਬਣਦੀ ਨਾ। ਉਹ ਨਹੀਂ ਮੰਨੀ, ਚੁੱਪ ਕਰਕੇ ਵੀ ਆਪਾਂ ਛੇਤੀ ਕਰੋ ਕੈਂਡੀਡੇਟ ਕਰੋ ਕੈਂਡੀਡੇਟ ਕਰੋ ਅਤੇ ਨਤੀਜਾ ਤਾਂ ਉਲਟਾ ਫਿਰੋਜ਼ਪੁਰ ਵੀ ਛੱਡਤਾ, ਉਹਨੂੰ ਛੱਡ ਦਿਓ ਤੁਸੀਂ, ਉਹ ਤੋਂ ਇਲਾਵਾ ਨਹੀਂ। ਫਿਰੋਜ਼ਪੁਰ ਤਾਂ ਛੱਡਣਾ ਪੈਣਾ ਸੀ, ਉਹ ਝੂੰਦਾ ਕਮੇਟੀ ਦੀ ਰਿਪੋਰਟ ਦੇ ਮੁਤਾਬਕ ਇੱਕ ਪਰਿਵਾਰ 'ਚੋਂ ਇੱਕ ਲੜੂਗਾ ਇੱਕ, ਹਾਲਾਂਕਿ ਅੱਛਾ ਇੱਕ ਛੋਟਾ ਜਿਹਾ ਸਵਾਲ, ਚੰਦੂ ਮਾਜਰਾ ਜਾਂ ਜਿਹੜੇ ਹੋਰ ਲੀਡਰ ਹੈ ਇਹ ਵੀ ਗਾਂਹ ਪਰਿਵਾਰਵਾਦ ਛੱਡ ਦੇਣਗੇ?
ਖਿਲਾਫ ਹੀ ਨਾ ਬੋਲੋ ਕੁਛ, ਉਹ ਫਿਰ ਅਸੀਂ ਤਾਂ ਖਿਲਾਫ਼ ਬੋਲਣੋਂ ਵੀ ਨਹੀਂ ਹਟੇਗੇ। ਭਾਈ ਅੰਮ੍ਰਿਤਪਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਜਾਂ ਬਾਦਲ ਪਰਿਵਾਰ ਦੇ ਖਿਲਾਫ ਨਹੀਂ ਸੀਗਾ, ਤੁਸੀਂ ਜੇ ਪਿਛਲਾ ਇਤਿਹਾਸ ਕੱਢ ਲਓ ਜਦੋਂ ਦਾ ਹੋਇਆ ਤੇ ਇਧਰੋਂ ਪਹਿਲਾਂ ਬਿਆਨਬਾਜ਼ੀ ਗਈ ਆ ਤੇ ਫਿਰ ਉਹਨੇ ਰਿਐਕਟ ਕੀਤਾ। ਇੱਕ ਗੱਲ ਮੈਂ ਕਹਿ ਦਿਆਂ, ਉਹਦੀ ਹੁਣ ਤਾਂ ਉਹ ਜਦੋਂ ਮੁੱਖ ਧਾਰਾ 'ਚ ਇਲੈਕਸ਼ਨ ਹੀ ਲੜ ਲਿਆ ਤੇ ਮੁੱਖ ਧਾਰਾ 'ਚ ਹੀ ਆ ਗਿਆ, ਹੁਣ ਤਾਂ ਉਹਦੇ 'ਤੇ ਕੋਈ ਲਾਭ ਨਹੀਂ ਸਕਦੇ। ਮੇਰੀ ਪੁਰਜ਼ੋਰ ਮੰਗ ਹੈ ਮੌਜੂਦਾ ਲੋਕਲ ਸਰਕਾਰ ਤੋਂ ਕਿ ਉਹਦਾ NSA ਖਤਮ ਹੋਣਾ ਚਾਹੀਦਾ। ਇਹ ਯਾਰ ਕਿਹੜੇ ਕਾਨੂੰਨ 'ਚ ਲਿਖਿਆ ਕਿ ਬੰਦਾ ਲੱਖਾਂ ਦੀ ਤਾਦਾਦ 'ਚ ਵੋਟਾਂ ਨਾਲ ਜਿੱਤ ਗਿਆ, ਤੁਸੀਂ NSA ਤੁਹਾਡੀ ਸੰਵਿਧਾਨ ਦੀ ਸਹੁੰ ਉਹਨੇ ਪਹਿਲਾਂ ਕਾਗਜ਼ ਭਰਨ ਵੇਲੇ ਚੱਕ ਲਈ ਅਤੇ ਹੁਣ ਲੋਕ ਸਭਾ 'ਚ ਜਾ ਕੇ ਚੱਕ ਲਈ ਅਤੇ ਫਿਰ ਵੀ ਤੁਸੀਂ ਮੰਨਦੇ ਹੋ ਵੀ NSA? ਕਾਹਦੀ NSA ਹੈ ਦੱਸੋ? ਕੋਈ ਉਹਦੇ ਕੋਲੋਂ ਬੰਬਾਂ ਵਾਲਾ ਸਮਾਨ ਫੜਿਆ ਗਿਆ? ਕੋਈ ਉਹਦੇ ਕੋਲੋਂ ਨਜਾਇਜ਼ ਹਥਿਆਰ ਫੜੇ ਗਏ? ਕੋਈ ਉਹਦੇ ਕੋਲ ਕੁਛ ਤਾਂ ਦੱਸ ਦਿੰਦਾ ਵੀ ਕੀ ਫੜਿਆ ਗਿਆ, ਅਤੇ ਕੋਈ ਹੈ ਹੀ ਨਹੀਂ ਅਤੇ ਫਿਰ ਵੀ NSA? ਇਹ ਹਿਊਮਨ ਰਾਈਟ ਦਾ ਸਭ ਤੋਂ ਵੱਡਾ ਕੇਸ ਹੈ ਅਤੇ ਅਸੀਂ ਉਹਦੇ ਖਿਲਾਫ਼ ਹੀ ਬੋਲੀ ਜਾਂਦੇ ਹਾਂ। ਮਤਲਬ ਅਕਾਲੀ ਦਲ ਦੇ ਸਿਧਾਂਤ ਕੀ ਸੀਗੇ ਕਿ ਜਿੱਥੇ ਧੱਕਾ ਹੁੰਦਾ ਉੱਥੇ ਅੜ ਜਾਓ, ਖੜ ਜਾਓ, ਬਸ ਇਹੀ ਇਤਿਹਾਸ ਸਾਡੇ ਤਾਂ ਗੁਰੂ ਸਾਹਿਬ ਨੇ ਵੀ ਸਿਖਾਇਆ ਅਤੇ ਅਕਾਲੀ ਦਲ ਦੇ ਵੀ ਇਹ ਸਿਧਾਂਤ ਸੀ। ਅੱਜ ਕੀ ਹੈ ਕਿ ਫਲਾਨਾ ਵੱਡਾ ਨਾ ਹੋ ਜੇ ਆਪਾਂ ਉਹਨੂੰ ਛੋਟਾ ਕਰਨ ਲਈ ਉਹਦੇ ਖਿਲਾਫ਼ ਬੋਲੋ? ਯਾਰ ਇਹ ਕੋਈ ਰਾਜਨੀਤੀ ਹੈ? ਰਾਜਨੀਤੀ ਸਿਧਾਂਤਾਂ ਦੀ ਹੁੰਦੀ ਹੈ ਅਤੇ ਪਾਰਟੀਆਂ ਸਿਧਾਂਤਾਂ 'ਤੇ ਚੱਲਦੀਆਂ ਸੀ। ਇਕੱਲੀ 10-20 ਦਿਨ ਦੀ ਰਾਜਨੀਤੀ ਜਾਂ 2 ਸਾਲ ਜਾਂ ਸਾਲ ਦੀ ਰਾਜਨੀਤੀ ਥੋੜ੍ਹੀ ਕਰ ਸਕਦੇ ਹਾਂ। 100-103 ਸਾਲ ਦੀ ਪਾਰਟੀ ਤਾਂ ਹੀ ਹੋਈ ਹੈ ਕਿ ਸਿਧਾਂਤਾਂ 'ਤੇ ਚੱਲੀ ਆਈ ਹੈ। ਤਾਂ ਉਹ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਕਿ ਕੁਦਰਤੀ ਹੈ ਕਿ ਅੱਜ ਵਹਾਅ ਜਿਹੜਾ ਹੈਗਾ ਉਹਨਾਂ ਵੱਲ ਦਾ, ਔਰ ਜੇ SCPC ਜਿਹੜੀ ਕਿ ਹੋਣੀ ਤੈਅ ਹੈ ਬਾਈ ਇਲੈਕਸ਼ਨ। ਸਰੋਂ ਸਾਹਿਬ ਦਾ ਬਿਆਨ ਆ ਗਿਆ ਕਿ ਜਨਵਰੀ ਬਾਈ ਇਲੈਕਸ਼ਨ, ਨਵੰਬਰ 'ਚ ਹੋ ਜੇ, ਦਸੰਬਰ 'ਚ ਹੋ ਜੇ ਅਤੇ ਜਨਵਰੀ 'ਚ ਹੋ ਜੇ, ਬਾਈ ਇਲੈਕਸ਼ਨ ਦੇ ਅੱਗੇ ਪਿੱਛੇ ਜਾਂ SCPC ਅਕਤੂਬਰ ਤੱਕ ਤੈਅ ਹੈ ਨਾ, ਇਹ ਤੈਅ ਚੋਣ ਤਾਂ ਹੋ ਜਾਣੀ। ਅਸੀਂ ਸਿੱਖ ਪੰਥ ਦਾ ਜਿਹੜਾ ਭਰੋਸਾ ਹੈ ਉਹ ਗੁਆ ਚੁੱਕੇ ਹਾਂ, ਇਹਦੇ 'ਚ ਕੋਈ ਦੌਰਾ ਨਹੀਂ। ਪਰ ਸਾਡੀ ਜਿਹੜੀ ਸੁਧਾਰ ਲਹਿਰ ਹੈ ਅਸੀਂ ਕੋਸ਼ਿਸ਼ ਕਰਾਂਗੇ ਪੈਚਅਪ ਕਰਕੇ ਕਿ ਕੋਈ ਜਿੱਥੇ ਵੀ ਚੰਗੇ ਬੰਦੇ ਖੜੇ ਹੋ ਸਕਣ, ਉਹ ਪੰਥ ਦੇ ਹੋਣ। ਸਿਆਸਤ 'ਤੇ ਥੋੜ੍ਹਾ ਜਿਹਾ ਪੰਥ ਦੀ ਸੇਵਾ ਕਰਨ ਵਾਲੇ ਬੰਦੇ ਪੰਥ ਦਾ ਇਲੈਕਸ਼ਨ ਲੜ ਲੈਣ, ਸਿਆਸੀ ਲੜ ਲੈਣ, ਹੋ ਸਕਦਾ ਕੋਈ ਐਡੀ ਗੱਲ ਨਹੀਂ। ਤੁਹਾਡਾ ਧੜਾ ਵੀ ਮੈਦਾਨ 'ਚ ਉਤਰੂਗਾ? 100% ਪਾਰਟੀਸਪੇਟ ਕਰਾਂਗੇ ਜੀ। ਜੇ ਹੁਣ ਜੇ ਅਸੀਂ SCPC ਦੇ ਵਿੱਚ ਵੀ ਬੰਦੇ ਨਹੀਂ ਖੜੇ ਕਰਾਂਗੇ, ਬਾਈ ਇਲੈਕਸ਼ਨ 'ਚ ਵੀ ਨਹੀਂ ਖੜਾ ਕਰਾਂਗੇ, ਤੇ ਫਿਰ ਅਸੀਂ ਕਿਹੜਾ ਮੇਲਾ ਵੇਖਣਾ? ਹੋਰ ਇਹੀ ਕੰਮ ਕਰਨਾ। ਸਹੀ ਹੈ, ਸਹੀ ਕਰਕੇ ਨਹੀਂ। ਇੱਕ ਚੀਜ਼ ਮੈਂ NSA ਵਾਲੀ ਗੱਲ ਚੱਲੀ ਹੈ ਕਿ ਜਿੱਤਣ ਤੋਂ ਬਾਅਦ ਜੇ ਵੋਟਾਂ 'ਚ ਕੋਈ ਖੜਿਆ ਤਾਂ ਜਿੱਤਣ ਤੋਂ ਬਾਅਦ ਕੋਈ ਰਿਹਾਅ ਨਹੀਂ ਹੁੰਦਾ, ਕੋਈ ਕਾਨੂੰਨ ਐਸਾ ਨਹੀਂ ਹੈ। ਸਿਮਰਨਜੀਤ ਸਿੰਘ ਮਾਨ ਜਦੋਂ ਰਿਹਾਅ ਹੋਏ ਸੀਗੇ ਤਾਂ ਉਹਨਾਂ ਦੇ ਚਾਰਜਸ ਵਾਪਸ ਲੈ ਲਏ ਗਏ ਸੀ। ਕੀ ਇਸ ਤਰ੍ਹਾਂ ਵੀ ਹੋ ਸਕਦਾ ਸੀ ਕਿ ਮੰਨ ਲਓ ਭਾਜਪਾ ਦੇ ਨਾਲ ਗੱਲਬਾਤ ਜਿਹੜੀ ਚੱਲ ਰਹੀ ਸੀਗੀ, ਇਹਨਾਂ ਦਾ ਸੀਟਾਂ ਦੀ ਵੰਡ ਨੂੰ ਲੈ ਕੇ ਫਾਰਮੂਲਾ ਸੈੱਟ ਬਹਿ ਜਾਂਦਾ ਅਤੇ ਉਸ ਦਰਮਿਆਨ ਕਹਿ ਲਓ ਕਿ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਚੁੱਕ ਲਿਆ ਜਾਂਦਾ ਜਾਂ ਰਜ਼ਾਮੰਦਗੀ ਦੇ ਨਾਲ ਕੁਛ ਨਾ ਕੁਛ ਨਿਬੇੜ ਦਿੱਤਾ ਜਾਂਦਾ, ਚਾਰਜਸ ਜਿਹੜੇ ਸੀ ਵਿਦਡਰਾਅ ਕਰ ਲਏ ਜਾਂਦੇ। ਬੇਸ਼ੱਕ ਹੋਰ ਕੇਸ ਸੀਗੇ, ਰਹਿਣਾ ਤੰਦਰ ਹੀ ਸੀਗਾ ਉਹਨਾਂ ਨੇ, ਤਾਂ ਉਹ ਕੇਸ ਚੱਲਦੇ ਰਹਿੰਦੇ NSA ਜਿਵੇਂ ਤੁਸੀਂ ਕਿਹਾ। ਤਾਂ ਉਸ ਚੀਜ਼ ਦਾ ਵੀ ਫਰਕ ਪੈ ਸਕਦਾ ਸੀ ਕਿ ਭਾਜਪਾ ਦੇ ਨਾਲ ਵੀ ਰਹਿ ਜਾਂਦਾ ਤਾਂ ਤੁਸੀਂ ਇੱਧਰੋਂ ਵੀ ਪੰਥਕ ਤੌਰ 'ਤੇ ਸੰਭਲ ਜਾਂਦੇ। ਦੇਖੋ ਭਾਜਪਾ ਨਾਲ ਗੱਲ ਤਾਂ ਮੁੱਕੀ ਹੋਈ ਸੀ ਲਗਭਗ, ਉਹ ਟੁੱਟੀ ਕਿੱਥੇ? ਜਿੱਥੇ ਈਗੋ ਆ ਗਈ। ਉਹ ਹੁਣ ਜਿਵੇਂ ਹੌਲੀ ਹੌਲੀ ਆਪੇ ਗੱਲਾਂ ਬਾਹਰ ਆ ਜਾਂਦੀਆਂ, ਜਿਵੇਂ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਯਾਰ ਮੈਂ ਇਕੱਲੇ ਨੂੰ ਨਹੀਂ ਮਿਲਣਾ, ਤੁਸੀਂ ਨਾਲ ਆ ਜਾਓ ਅਤੇ ਜਿਹੜੀਆਂ ਮਰਜ਼ੀ 5 ਸੀਟਾਂ ਜਿਹੜੀਆਂ ਹਾਰਦੀਆਂ ਮੈਨੂੰ ਉਹ ਦੇ ਦਿਓ। ਮਤਲਬ ਇਹ ਗੱਲ ਛੋਟੀ ਨਹੀਂ ਹੈ ਕਿ ਉਹ ਕਹਿੰਦੇ ਜੀ ਇਕੱਲੇ ਨੂੰ ਕਿਉਂ ਨਹੀਂ ਮਿਲਣਾ, ਰੱਖੜਾ ਸਾਹਿਬ ਦੇ ਜਿਹੜੇ ਭਰਾ ਤਾ, ਉਹ ਕਹਿੰਦੇ ਵੀ ਮੈਂ ਇਕੱਲੇ ਨੂੰ ਕਿਉਂ ਨਹੀਂ ਮਿਲਣਾ, ਵੀ ਯਾਰ ਉਹ ਚਾਹੁੰਦਾ ਮੈਂ ਇਕੱਲੇ ਨੂੰ ਮਿਲਣਾ, ਕਹਿੰਦੇ ਮੈਂ ਨਹੀਂ ਮਿਲਣਾ, ਉਹ ਬਾਹਰ ਜਾ ਕੇ ਝੂਠ ਬੋਲੂਗਾ। ਹੁਣ ਇਹ ਗੱਲ ਯਾਰ ਇੱਕ ਕਿੱਥੇ ਤਾਂ ਮਾਸਟਰ ਤਾਰਾ ਸਿੰਘ ਵੇਲੇ
ਜਾਂ ਜਦੋਂ ਮੰਨ ਲਓ ਅੰਗਰੇਜ਼ਾਂ ਦੀ ਨਾਲ ਗੋਲ ਮੇਜ਼ ਮੀਟਿੰਗ ਹੁੰਦੀ ਹੈ ਅਤੇ ਜਵਾਹਰ ਲਾਲ ਨਹਿਰੂ ਜਹਾਜ਼ ਬਾਅਦ 'ਚ ਚੜ੍ਹੇ ਪਹਿਲਾਂ ਅਕਾਲੀ ਦਲ ਦਾ ਨੁਮਾਇੰਦਾ ਚੜ੍ਹੇ ਅਤੇ ਕਿੱਥੇ ਯਾਰ ਅੱਜ ਦੇਸ਼ ਦਾ ਹਾਕਮ ਇਹ ਕਵੇ ਵੀ ਤੁਹਾਡਾ ਪ੍ਰਧਾਨ ਝੂਠ ਬੋਲਦਾ, ਕਿੱਥੇ ਖੜ ਗਏ ਅਸੀਂ ਆ ਕੇ ਯਾਰ, ਮਤਲਬ ਸਾਡਾ ਕਿਰਦਾਰ ਕਿੱਥੇ ਲਿਆ ਕੇ ਖੜਾ ਕਰਤਾ ਅਗਲਿਆਂ ਨੇ, ਜਾਂ ਫਿਰ ਸਾਡੇ 'ਚ ਨੁਕਸਾ ਹੈ ਤਾਂ ਹੀ ਖੜਾ ਕੀਤਾ ਨਾ, ਨਹੀਂ ਤਾਂ ਅੱਗੋਂ ਉਸੇ ਦਿਨ ਹੀ ਪੈ ਜਾਣਾ ਚਾਹੀਦਾ ਵੀ ਇਹ ਤੂੰ ਸਾਬਤ ਕਰ ਵੀ ਮੈਂ ਕਿਹੜੀ ਗੱਲ 'ਤੇ ਝੂਠ ਬੋਲਿਆ, ਜਿਹੜੇ ਤੁਹਾਡੇ ਅਕਾਲੀ ਸਾਥੀ ਆ ਉਹ ਅਕਸਰ ਸਾਡੇ ਨਾਲ ਕਰਦੇ ਵੀ ਰਹੇ ਇਲੈਕਸ਼ਨ ਦੇ ਦੌਰਾਨ ਕਿ ਇਸ ਤਰ੍ਹਾਂ ਨਿਬੜ ਗਿਆ ਸੀਗਾ, ਮਤਲਬ ਚਲੋ ਲਾਸਟ NSA ਦੀ ਜਿਹੜੀ ਤੁਸੀਂ ਗੱਲ ਤੁਸੀਂ ਵੀ ਸ਼ੁਰੂ ਕੀਤੀ ਸੀ ਤੇ ਰਹਿ ਗਈ ਹੈ, ਦੇਖੋ ਇਹ ਤਾਂ ਮੁੱਦਾ ਬਾਅਦ ਸੀ ਤਾਂ ਸੀਟਾਂ ਦਾ ਵੰਡਦਾ ਸੀ, ਇਹ ਤਾਂ ਬਾਅਦ ਚ ਪੈਦਾ ਹੋਣੇ ਸ਼ੁਰੂ ਹੋਏ ਵੀ ਫਲਾਨੀ ਜੀ ਤਿਉਂਕੀ ਜੀ, ਚਲੋ ਖੈਰ ਬੰਦੀ ਸਿੰਘਾਂ ਦਾ ਮੁੱਦਾ, ਕਿਉਂਕਿ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਪਹਿਲਾਂ SGPC ਨੇ ਆਪਣੀ ਵਕੀਲਾਂ ਦੀ ਟੀਮ ਜਿਹੜੀ ਮੈਦਾਨ 'ਚ ਉਤਾਰੀ, ਉਸ ਤੋਂ ਬਾਅਦ ਜਿਵੇਂ ਵਿਰੋਧ ਹੋਇਆ ਉਹ ਚੀਜ਼ ਵੀ ਕਿਤੇ ਨਾ ਕਿਤੇ ਲੋਕ ਸਮਝੇ ਨਾ ਯਾਰ ਕਿ ਕਰ ਕੀ ਰਹੇ, ਚੱਲ ਕੀ ਰਿਹਾ, ਕਿ ਰਾਜਨੀਤਿਕ ਦਬੰਧ ਕਿਸ ਤਰ੍ਹਾਂ ਦਾ, ਕਿ ਇੱਕ ਵਾਰੀ ਤੁਸੀਂ ਸਪੋਰਟ ਕਰਦੇ ਹੋ ਦੂਸਰੀ ਵਾਰ ਫਿਰ ਮਤਲਬ ਕਿ ਸ਼ਬਦੀ ਹਮਲੇ, ਮੈਂ ਕਿਉਂ ਕਹਿ ਰਿਹਾ ਕਿ ਸਿਧਾਂਤ ਹੁੰਦੇ ਆ, ਸਿਧਾਂਤ ਜਿਹੜੇ ਉਹ ਇੱਕੋ ਹੀ ਰਹਿੰਦੇ ਆ, ਜਦੋਂ ਤੁਸੀਂ ਵਕਤੀ ਰਾਜਨੀਤੀ ਕਰੋਗੇ ਤੇ ਉਹਦੇ 'ਚ ਉਲਝੋਗੇ, ਉਸ ਚੀਜ਼ ਨੇ ਬਹੁਤ ਨੁਕਸਾਨ ਕੀਤਾ ਇਹਦੇ 'ਚ ਦੋ। ਦੂਜੀ ਗੱਲ ਮੈਂ ਬੇਨਤੀ ਕਰਾਂ ਕਿ ਤੁਸੀਂ ਕਿਹਾ ਕਿ ਕੇਸ ਚੱਲਦੇ ਰਹਿੰਦੇ ਆ, MP ਜਿੱਤ ਗਿਆ ਤੇ ਬਾਹਰ ਨਹੀਂ ਆ ਸਕਦਾ, ਦੇਖੋ ਮੈਂ ਕਿਉਂ ਕਿਹਾ ਕਿ ਸੂਬੇ ਦੀ ਸਰਕਾਰ ਨੂੰ ਇਹ ਰਿਕਮੈਂਡ ਕਰਨਾ ਚਾਹੀਦਾ ਹੈ, ਤੇ ਸੂਬੇ ਦੀ ਸਰਕਾਰ ਨੂੰ ਸਮਝਣਾ ਚਾਹੀਦਾ ਇਸ ਗੱਲ ਤੋਂ ਕਿ ਪੰਜਾਬ ਦੇ ਨੌਜਵਾਨਾਂ ਦੀ ਤਰਜਮਾਨੀ ਕਰਨ ਵਾਲੀ ਜੀ ਕੌਮ ਹੈਗੀ ਹੈ ਤੇ ਉਹਨਾਂ ਨੂੰ ਅੱਗੇ ਲਿਆ ਨੇ ਅੱਗੇ ਲਾਇਆ ਤੇ ਉਹਨਾਂ ਨੂੰ ਵਿਡਰਾ ਕਰ ਲੈਣੇ ਕੋਈ ਮੇਨਸਟ੍ਰੀਮ ਚ ਆ ਕੇ। ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰੂੰਗਾ ਕਿ ਤੁਸੀਂ ਵੱਡਾ ਦਿਲ ਕਰੋ, ਦਿੱਲੀ ਵਾਲਿਆਂ ਨੂੰ ਆਪਾਂ ਸਾਰੇ ਰਲ ਕੇ ਆਪੇ ਝਕਾ ਲਾਂਗੇ, ਜੇ ਤੁਸੀਂ ਸਹਿਮਤ ਹੋ ਤੁਸੀਂ ਤੇ ਵਾਪਸ ਲਓ ਨਾ ਉਹਦੇ 'ਚ, ਜੇ ਤੁਸੀਂ ਸਹਿਮਤ ਹੋਗੇ ਤਾਂ ਫਿਰ ਹੀ ਸੈਂਟਰ ਫੈਸਲਾ ਲਊਗੀ, ਇਸ ਕਰਕੇ ਇਹ ਵਾਪਸ ਲੈਣਾ ਚਾਹੀਦਾ। ਔਰ SGPC ਦੇ ਵਿੱਚ ਕੁਦਰਤੀ ਆ, ਉਹਨਾਂ ਨੇ ਤਿਆਰੀ ਸ਼ੁਰੂ ਕਰਤੀ ਹੈ ਜੀ, ਔਰ ਜਿਸ ਕਿਸਮ ਦੇ ਹਾਲਾਤ ਹੈ ਉਹ ਜਥੇ ਬਣਾ ਰਹੇ ਨੇ ਉਹ ਪਿੰਡਾਂ 'ਚ, ਬਿਲਕੁਲ ਸਰਵੇ ਵਗੈਰਾ ਚੱਲ ਰਿਹਾ। ਅੱਛਾ ਐਂਡ 'ਚ ਬਰਾੜ ਸਾਹਿਬ ਕਿ ਇੱਕ ਸਵਾਲ ਜਿਹੜਾ ਹੈ ਨਾ ਉਹ ਅਕਸਰ ਚਲ ਮੇਰੇ ਵੀ ਜ਼ਹਿਨ 'ਚ ਆਉਂਦਾ, ਮੈਂ ਮੇਰਾ ਪਰਸਨਲੀ ਲੈ ਲਓ ਜਾਂ ਕਹਿ ਲਓ ਕਿ ਕੁਛ ਆਵਾਜ਼ ਵੀ ਆ, ਕਿ ਉਹ ਸਾਰੇ ਕਹਿੰਦੇ ਆ ਕਿ ਅਕਾਲੀ ਦਲ ਦਾ ਜਿਹੜਾ ਸੁਧਾਰਵਾਦੀ ਧੜਾ ਹੈ ਉਹ ਕਹਿ ਤਾਂ ਦਿੰਦਾ ਕਿ ਯਾਰ ਸੁਖਬੀਰ ਗਤੀ ਛੱਡ ਦੇਵੇ, ਕੁਰਸੀ ਛੱਡ ਦੇਵੇ, ਪਾਸੇ ਹੋ ਜਾਵੇ, ਸੁਖਬੀਰ ਨਹੀਂ ਤਾਂ ਹੋਰ ਕੌਣ, ਮਤਲਬ ਕਿ ਜੀ ਉਹਦੇ ਕੋਲ ਇੱਕ ਬਹੁਤ ਵੱਡਾ ਨੈੱਟਵਰਕ ਹੈ, ਉਹਦੇ ਕੋਲ ਨੈੱਟਵਰਥ ਵੀ ਹੈ, ਸਭ ਕੁਛ ਹੈ, ਤਾਂ ਐਸਾ ਬੰਦਾ ਕਿਹੜਾ ਜਿਹੜਾ ਪਾਰਟੀ ਨੂੰ ਰਿਵਾਈਵਲ ਦੇ ਸਕੇ, ਸਾਰੇ ਅਸਾਸੇ ਪੂਰੇ ਕਰ ਸਕੇ, ਉਹ ਕਹਿੰਦੇ ਜੀ ਕਿ ਦੱਸੋ, ਇਹ ਸਵਾਲ ਮੇਰਾ ਵੀ ਹੈ ਵਿੱਚ। ਮੈਂ ਇੱਕ ਬੇਨਤੀ ਕਰਦੇ ਹਾਂ, ਪਹਿਲੀ ਗੱਲ ਤਾਂ ਇਹ ਹੈ ਵੀ ਇਹਦਾ ਮਤਲਬ ਪੰਜਾਬ 'ਚ ਇੱਕੋ ਹੀ ਬੰਦਾ ਹੈ ਸਿਆਣਾ, ਹੋਰ ਕੋਈ ਬਿਆਨ ਸਿਆਣਾ ਬੰਦਾ ਹੀ ਨਹੀਂ, ਸਿਆਣਾ ਨਹੀਂ ਮਤਲਬ ਕਿ ਜਿਹਦੇ ਕੋਲ ਅਸਾਸਿਆਂ ਤੇ ਬਾਅਦ ਅਸਾਸਿਆਂ ਤੇ ਬਾਅਦ ਚੋਣਾ, ਪਹਿਲੀ ਗੱਲ ਤਾਂ ਇਹ ਗਲਤ ਧਾਰਨਾ ਹੈ, ਇੱਕ ਸਧਾਰਨ ਜ਼ਿਲ੍ਹੇ ਦੇ ਜਥੇਦਾਰ ਨੂੰ ਵੀ ਫੜਾ ਦਿਓ, ਮੈਨੂੰ ਲੱਗਦੀ ਇੱਦੋਂ ਵਧੀਆ ਪਾਰਟੀ ਉਹ ਚਲਾ ਦੂਗਾ, ਇਹ ਗਲਤ ਧਾਰਨਾ ਹੈ। ਦੂਜੀ ਗੱਲ, ਦੂਜੀ ਮੈਂ ਬੇਨਤੀ ਇਹ ਕਰਦੇ ਹਾਂ ਕਿ ਜਿਹੜਾ ਇਹ ਭਰਮ ਪਾਲਿਆ ਜਾਂਦਾ ਨਾ ਵੀ ਸੁਖਬੀਰ ਸਿੰਘ ਬਾਦਲ ਪੈਸੇ ਖਰਚਦਾ, ਇਹ ਕੋਰਾ ਝੂਠ ਹੈ। ਅੱਛਾ ਪੈਸਾ ਕੋਰਾ ਝੂਠ, ਨੰਗਾ ਚਿੱਟਾ ਝੂਠ ਹੈ। ਮੈਂ ਕਹਿਣਾ ਮੈਂ ਅੱਜ ਤੁਹਾਡੇ ਚੈਨਲ ਤੇ ਕਹਿਣਾ ਵੀ ਚਾਰ ਬੰਦਿਆਂ ਦੀ ਤਿੰਨ ਬੰਦਿਆਂ ਦੀ ਕਮੇਟੀ ਬਣਾ ਦੇ ਤੇ ਮੈਂ ਸਾਬਤ ਕਰ ਦੂੰ ਵੀ ਪੈਸੇ ਕਿਵੇਂ ਆਉਂਦੇ ਤੇ ਕਿੱਥੋਂ ਆਉਂਦੇ ਆ, ਜੋ ਫਾਈਨਾਂਸ ਹੁੰਦਾ ਪਾਰਟੀ ਚਲਾਉਣ। ਮੈਂ ਤੁਹਾਡੇ ਸਾਹਮਣੇ ਕੀ ਆਇਆ ਕਿ ਪੈਸੇ ਕਿਹੜੇ ਕਿਹੜੇ ਦੋ MPਾਂ ਨੂੰ ਗਏ ਜੀ, ਦੂਜੇ MP ਨਹੀਂ ਸੀ ਲੜਦੇ, ਆਨ ਦਾ ਰਿਕਾਰਡ ਆਇਆ ਇਹ ਕੋਈ ਤਰੀਕਾ ਹੈ। ਮੈਂ ਤੁਹਾਡੇ ਸਾਹਮਣੇ ਬੈਠਾ ਜਿਹਨੇ ਨਾ ਕੋਈ ਤਨਖਾਹ ਲਈ
ਭਾਵੇਂ ਸਰਕਾਰੀ ਓਐਸਡੀ ਰਹਿ ਲਿਆ ਤੇ ਭਾਵੇਂ ਪ੍ਰਾਈਵੇਟ ਮੈਂ ਜਦੋਂ ਦਾ ਕੰਮ ਕਰੀ ਜਾਂਦਾ, ਨਾ ਮੈਂ ਗੱਡੀ ਲਈ ਨਾ ਮੈਂ ਤੇਲ ਲਿਆ। ਪਰ ਤੁਹਾਡੇ ਤੁਹਾਡੇ ਵਿਰੋਧੀ ਆਪਦੇ ਸਾਥੀ ਕਹਿੰਦੇ ਕਿ ਇਹਨਾਂ ਦੇ ਕੋਲ ਟੈਂਪੂ ਹੁੰਦਾ ਸੀ ਤੇ ਅੱਜ ਇੰਨੀ ਜਾਇਦਾਦ ਤੱਕ ਕਿੱਥੋਂ ਪਹੁੰਚ ਗਏ। ਵੀਰੇ ਮੇਰੀ ਇੱਕ ਬੇਨਤੀ ਹੈ, ਮੈਨੂੰ ਉਹ ਮੈਨੂੰ ਮਜ਼ਦੂਰ ਵੈਸੇ ਉਹ ਕਿਰਤ ਹੈ, ਕਿਰਤ ਮੈਂ ਉਹਨੂੰ ਗੱਲ ਨਹੀਂ ਨਹੀਂ ਪਹਿਲੀ ਗੱਲ ਤਾਂ ਮੈਂ ਜ਼ਿੰਦਗੀ 'ਚ ਨਹੀਂ ਕਦੇ ਇਹ ਕੰਮ ਕੀਤਾ। ਜੋ ਵੀ ਹੈ ਕਿਰਤ ਹੈ, ਆਪਾਂ ਉਹ ਜਿਹੜਾ ਕਰਦਾ ਉਹਨੂੰ ਆਪਾਂ ਧੰਨਵਾਦ ਦਿਖਾ ਸਕਦੇ। ਤੁਹਾਡੇ ਪਿੰਡ ਤੋਂ ਮੇਰਾ ਪਿੰਡ 12 ਕਿਲੋਮੀਟਰ ਹੈ। ਤੁਸੀਂ ਮੇਰੇ ਪਿੰਡ ਜਾ ਕੇ ਪੁੱਛਿਓ, ਮੇਰੇ ਬਾਪ ਹੋਰੀ 5 ਭਰਾ ਸੀ ਤੇ 4 ਮੇਰੀਆਂ ਭੂਆ ਸੀ। 9 ਪਰਿਵਾਰ ਦੇ ਜੀ ਹੋਣ ਦੇ ਬਾਵਜੂਦ ਸਾਡੀ ਜ਼ਮੀਨ ਸਰਪਲਸ 'ਚ ਨਿਕਲੀ ਜੀ। ਹੁਣ ਤੁਸੀਂ ਇਹ ਲਾਓ ਵੀ ਐਡੇ ਵੱਡੇ ਟੱਬਰ ਦੇ ਹੋਣ ਦੇ ਬਾਵਜੂਦ ਜਿਹਦੀ ਸਰਪਲਸ 'ਚ ਜ਼ਮੀਨ ਨਿਕਲਦੀ ਹੈ, ਇਹਦਾ ਮਤਲਬ ਢੇਰੀ ਵੱਡੀ ਹੋਊ ਤਾਂ ਹੀ ਨਿਕਲਦੀ ਹੈ ਨਾ। ਅੱਛਾ, ਇਹ ਤੁਹਾਡੇ ਨਾਲ ਅੱਜ ਵੀ ਪੜਤਾਲ ਲਓ ਤੁਸੀਂ ਜਾ ਕੇ, ਮੈਂ ਕਹਿਣਾ ਵੀ ਰਾਜਸਥਾਨ ਤੇ ਹਰਿਆਣੇ ਦੇ ਵਿੱਚ ਜਿਹੜੀ ਸਾਡੀ ਜ਼ਮੀਨ ਸੀ ਉਹ ਸਰਪਲਸ 'ਚ ਨਿਕਲੀ। ਸਾਡਾ ਤਾਇਆ ਅੱਜ ਵੀ ਜਿਹੜੀ ਬਾਕੀ ਬਚਦੀ ਢੇਰੀ ਜਾਂ ਉੱਥੇ ਖਰੀਦ ਲਈ, ਉਹ ਅੱਜ ਵੀ ਹਰਿਆਣੇ ਦੇ ਵਿੱਚ ਇੱਕ ਉੱਥੇ ਬੈਠਾ। ਮੈਂ ਨਹੀਂ ਕਹਿੰਦਾ ਵੀ ਅਸੀਂ ਬਹੁਤ ਜ਼ਿਆਦਾ ਅਮੀਰ ਸੀ, ਮੈਂ ਨਹੀਂ ਕਹਿੰਦਾ ਵੀ ਅਸੀਂ ਜੰਮੀ ਜੱਦੀ ਪੁਸ਼ਤੀ ਰਾਜੇ ਸੀ, ਪਰ ਚੰਗੇ ਸਰਦੇ ਜ਼ਿਮੀਂਦਾਰ ਸੀਗੇ ਅਸੀਂ। ਮਤਲਬ ਇਹ ਗੱਲ ਕਹਿੰਦੇ ਮਤਲਬ ਕਿ ਸੋਹਣੀ ਰੋਟੀ ਖਾ ਲਓ ਇਹ ਗੱਲ। ਚਲੋ ਇਸ ਤੇ ਆ ਜਾਓ, ਜੇ ਮੈਂ ਯਾਰ ਐਡਾ ਲਾਲਚੀ ਹੁੰਦਾ ਜਿਹੜਾ ਕਿ ਜਿਹੜਾ ਕਹਿੰਦੇ ਆ ਵੀ ਇਹਨਾਂ ਕੋਲ ਪਹਿਲਾਂ ਕੁਛ ਨਹੀਂ ਸੀ ਤੇ ਹੁਣ ਕੁਛ ਬਚਾ ਲਿਆ, ਯਾਰ ਤਹਿਸੀਲਦਾਰ ਤਾਂ ਨੋਟ ਕਮਾਉਣ ਵਾਲੀ ਮਸ਼ੀਨ ਹੁੰਦੀ ਹੈ, ਫਿਰ ਉਹ ਮੈਂ ਇਹਨਾਂ ਨਾਲ ਹੀ ਝੋਲਾ ਚੱਕ ਕੇ ਕਿਉਂ ਤੁਰਿਆ ਫਿਰਿਆ? ਮੈਂ ਫੀਲਡ ਜਾ ਕੇ ਤਹਿਸੀਲਦਾਰੀ ਕਰਦਾ। ਮੈਂ ਤਾਂ ਜੇ ਸਰਕਾਰੀ ਤਨਖਾਹ ਭਾਵੇਂ 11 ਸਾਲ ਲੈ ਲਈ, ਕੰਮ ਤਾਂ ਮੈਂ ਬਾਦਲ ਵਾਲਿਆਂ ਦਾ ਹੀ ਕਰਦਾ ਰਿਹਾ, ਸਰਕਾਰੀ ਤੌਰ ਤੇ ਕਰਦਾ ਰਿਹਾ ਜਾਂ ਪ੍ਰਾਈਵੇਟ ਤੌਰ ਤੇ ਕਰਦਾ ਰਿਹਾ। ਇੱਕ ਗੱਲ, ਜਦੋਂ ਮੈਂ ਨੌਕਰੀ ਛੱਡ ਵੀ ਦਿੱਤੀ ਤੇ ਜੇ ਨੌਕਰੀ ਛੱਡਣ ਤੋਂ ਬਾਅਦ ਵੀ ਅੱਜ ਸੁਖਬੀਰ ਸਿੰਘ ਬਾਦਲ ਇੱਕ ਬੰਦੇ ਦਾ ਨਾਂ ਲੈ ਕੇ ਦੱਸਣ ਜਿਹੜੇ ਮੇਰੇ ਤੇ ਇਲਜ਼ਾਮ ਲਾਉਂਦੇ ਆ, ਸਣੇ ਉਹਨਾਂ ਦੇ ਵੀ ਉਹ ਪੈਸੇ ਲੈਂਦੇ ਆ ਕਿ ਨਹੀਂ ਲੈਂਦੇ ਸੁਖਬੀਰ ਸਿੰਘ ਬਾਦਲ ਤੋਂ, ਮੈਂ ਦੱਸੂ ਫਿਰ ਵੀ ਕਿੰਨੇ ਆਉਂਦੇ ਆ ਤੇ ਕਿੱਥੋਂ ਆਉਂਦੇ ਆ, ਤੇ ਮੇਰੇ ਅਕਾਊਂਟ 'ਚ ਇੱਕ ਰੁਪਈਆ ਸਾਬਤ ਕਰੇ ਸੁਖਬੀਰ ਸਿੰਘ ਬਾਦਲ। ਸੁਖਬੀਰ ਸਿੰਘ ਬਾਦਲ ਨੇ ਤਾਂ ਯਾਰ ਮੇਰੇ ਨਾਲ ਉਹ ਕੀਤੀ, ਇਹ 5-5 ਲੱਖ ਰੁਪਈਆ ਨਾ ਰੇਤੇ ਦਾ ਇਕੱਠਾ ਕਰਕੇ, ਮੈਂ ਵੱਡੀ ਗੱਲ ਦੱਸਣ ਲੱਗਿਆ, ਇਹ ਕਈ MLA ਨੂੰ ਵੀ ਦਿੰਦੇ ਸੀ, ਕਈ ਬੰਦਿਆਂ ਨੂੰ ਵੀ ਨਾਲਦਿਆਂ ਨੂੰ ਦਿੰਦੇ। ਜਦੋਂ ਮੈਂ ਇਹਦੇ ਨਾਲ ਜੁਆਇਨ ਕਰ ਗਿਆ ਤੇ ਮੇਰਾ ਵੀ ਉਸ ਲਿਸਟ 'ਚ ਨਾਂ ਚੜ੍ਹ ਗਿਆ, ਪਹਿਲੀ 5 ਲੱਖ ਦੀ ਕਿਸ਼ਤ ਮੇਰੇ ਵੀ ਘਰੇ ਆ ਗਈ, ਮੈਂ ਗਾਲਾਂ ਦੇ ਕੇ ਤਾਂ ਉਹ ਬੰਦਾ ਭੇਜਿਆ ਵਾਪਸ। ਤਨਖਾਹ ਆਉਂਦੀ ਸੀ ਕਿ ਜਾਂ ਉਦਾਂ ਹੀ ਮਤਲਬ ਕਿ ਨਜ਼ਰਾਨਾ ਕਹਿ ਲਈਏ? ਇਹ ਵੀ ਬੜਾ ਕਰਨ ਦਾ ਇੱਕ ਬੜਾ ਖੂਬ ਸ਼ਬਦ ਤੁਸੀਂ ਇਸਤੇਮਾਲ ਕੀਤਾ, ਖੁਸ਼ੀ ਉਹਨੂੰ ਨਾ ਕੋਈ ਦੇ ਲਓ ਵੀ ਚੱਲ ਇਸ ਬਹਾਨੇ ਵੀ ਅਗਲੇ ਦਾ ਖਰਚਾ ਵੀ ਚੱਲਦਾ ਰਹੇ, ਚੁੱਪ ਵੀ ਰਹੇ। ਤਾਂ ਉਹ ਮੈਂ ਉਹ ਪਹਿਲੀ ਗੱਲ ਤਾਂ ਉਹ ਮੇਰਾ ਗਿੱਦੜਵੇ ਤੋਂ ਹੀ ਬੰਦਾ ਦੇਣ ਆਇਆ, ਅੱਜ ਵੀ ਖੜਾ ਕਰ ਦੂੰ ਜੇ ਕਿਤੇ ਲੋੜ ਹੋਈ ਤਾਂ। ਮੈਂ ਉਹਨੂੰ ਵਾਪਸ ਭੇਜਤਾ ਪਿਆਰ ਨਾਲ, ਮੈਂ ਤੂੰ ਜਾ ਵਾਪਸ ਯਾਰ ਮੈਂ ਆਪੇ ਲੈ ਲੂੰ। ਉਸੇ ਸ਼ਾਮ ਜਾ ਕੇ ਸੁਖਬੀਰ ਸਿੰਘ ਬਾਦਲ ਨਾਲ ਰਾਤ ਨੂੰ 9:30 ਲੜਿਆ ਵੀ ਯਾਰ ਤੂੰ ਮੈਨੂੰ ਤਨਖਾਹ 'ਤੇ ਕੰਮ ਕਰਾਏਗਾ ਮੇਰੇ ਤੋਂ? ਹੁਣ 5 ਲੱਖ ਰੁਪਈਆ ਇੱਕ ਸਧਾਰਨ ਜੱਟ ਦੇ ਮੁੰਡੇ ਵਾਸਤੇ, ਸਧਾਰਨ ਜੱਟ ਵੀ ਮਤਲਬ ਜਿਹਦੇ ਕੋਲ ਕੋਈ ਹੋਰ ਬਹੁਤ ਵੱਡੀ ਕਮਾਈ ਬਾਹਰੋਂ ਨਹੀਂ ਸੀ ਡਿੱਗਦੀ, ਮੈਂ ਤਾਂ ਕਹਿੰਦਾ ਤੇ ਵੀ 5 ਲੱਖ ਰੁਪਏ ਮਹੀਨਾ ਬਹੁਤ ਹੁੰਦਾ ਯਾਰ, ਛੋੜਾ ਨਹੀਂ ਹੁੰਦਾ, ਮੈਂ ਤਾਂ ਮਤਲਬ ਮੈਂ ਤਾਂ ਬਹੁਤ ਵੱਡੀ ਕਿਸ਼ਤ ਸਮਝਦਾ। ਉਹ ਮੈਂ ਜਵਾਬ ਦਿੱਤਾ, ਔਰ 2011 ਦਾ ਮੈਂ ਸਾਹ ਸੁਖਬੀਰ ਸਿੰਘ ਬਾਦਲ ਨਾਲ ਸੀਗਾ ਤੇ ਅੱਜ ਤੋਂ 3-2.5 ਮਹੀਨੇ ਪਹਿਲਾਂ ਹੀ ਮੈਂ ਛੱਡਿਆ, ਤੇ ਇੰਨੇ ਮਹੀਨੇ ਮੈਂ ਤਾਂ 1 ਰੁਪਈਏ ਦਾ ਤੇਲ ਹੀ ਸਾਬਤ ਕਰਦੇ ਯਾਰ, ਕੋਈ 1 ਰੁਪਈਏ ਦਾ, 1 ਰੁਪਏ ਦਾ ਕਦੇ ਕੋਈ ਮੁਫ਼ਤ 'ਚ ਰਿਹਾ ਸੀ? ਸਾਡੇ ਬਾਰੇ ਕਿਹਾ ਜਾਂਦਾ ਕਿ ਇਹਨਾਂ ਨੂੰ ਇੱਕ ਲਗਜ਼ਰੀ ਉੱਥੇ ਦਫ਼ਤਰ ਦਿੱਤਾ ਗਿਆ, ਸਾਰੀ ਟੀਮ ਦਿੱਤੀ ਗਈ ਸੀ, ਸੁੱਖ ਸਹੂਲਤ ਟਿਕਟਾਂ ਪਾਲਦੇ ਸੀ। ਆ ਜਾਂਦਾ ਮੈਂ ਉੱਥੇ ਵੀ ਆ ਜਾਂਦਾ, ਥੋੜ੍ਹਾ ਜਿਹਾ ਖੁੱਲ੍ਹਾ ਟਾਈਮ ਰੱਖ ਲਓ, ਚਲੋ ਕੋਈ ਨਹੀਂ, ਉਹ ਥੋੜ੍ਹਾ ਜਿਹਾ ਕੁਛ ਨਹੀਂ ਹੁੰਦਾ, ਕੋਈ ਨਹੀਂ, ਪਾਰਟ ਭਾਵੇਂ ਵੱਖਰਾ ਕਰ ਲਓ, ਮੈਂ ਬੇਨਤੀ ਕਰਾਂ। ਕੋਈ ਗੱਲ, ਮੈਂ ਨਾ 4 ਸਾਲ ਜਲਾਲਾਬਾਦ ਕੰਮ ਕਰਦਾ ਰਿਹਾ, ਜਲਾਲਾਬਾਦ ਦੇ 2 ਦਫ਼ਤਰ ਬਣੇ ਸੀ, ਇੱਕ ਅਰਨੀ ਵਾਲਾ ਤੇ ਇੱਕ ਜਲਾਲਾਬਾਦ। 4 ਸਾਲ ਮੈਂ ਆਪਦੀ ਜੇਬ 'ਚੋਂ ਪੈਸੇ ਦੇ ਕੇ ਦਫ਼ਤਰ ਚਲਾਇਆ, ਮੈਂ ਕੋਈ ਧਨਾੜ ਐਡਾ ਥੋੜ੍ਹੀ ਸੀਗਾ ਯਾਰ। ਉਹ ਭਾਵੇਂ 65,000 ਅਕਾਲੀ ਦਲ ਦਾ ਦਫ਼ਤਰ ਸੀ, ਸੁਖਬੀਰ ਸਿੰਘ ਬਾਦਲ ਦਾ, ਨਾਟ ਅਕਾਲੀ ਦਲ ਦਾ। ਅਕਾਲੀ ਦਲ ਦਾ ਤਾਂ ਹੁੰਦਾ ਜੇ ਕਿਤੇ ਸਾਂਝਾ ਪਾਰਟੀ ਦਾ ਹੋਵੇ। ਸੁਖਬੀਰ ਸਿੰਘ ਬਾਦਲ ਦਾ ਦਫ਼ਤਰ ਚਲਾਇਆ, 65,000-70,000 85,000 ਮਹੀਨੇ ਦਾ ਖਰਚ ਆਉਂਦਾ ਸੀ, ਜਿਹਦੇ 'ਚ ਇੱਕ ਕਲਰਕ ਹੁੰਦਾ ਸੀ, ਜਿਹਦੇ 'ਚ ਇੱਕ ਸੇਵਾਦਾਰ ਹੁੰਦਾ ਸੀ, ਉੱਥੇ ਦੁੱਧ ਵੀ ਮੁੱਲ ਆਉਂਦਾ ਸੀ, ਉੱਥੇ ਬਿਜਲੀ ਦਾ ਬਿੱਲ ਵੀ ਆਉਂਦਾ ਸੀ, ਉੱਥੇ ਦਫ਼ਤਰ ਦਾ ਕਿਰਾਇਆ ਵਿਚਾਰਿਆਂ ਨੇ ਨਹੀਂ ਲਿਆ।
ਮਤਲਬ ਉਹ ਜਿਹੜਾ ਮੈਂ ਉੱਥੇ ਕੰਮ ਕਰਾਇਆ ਮੁਕਦੀ ਗੱਲ ਕਿ 4 ਸਾਲ ਮੈਂ ਕੋਲੋਂ ਖਰਚਾ ਕਰਕੇ, ਹਾਲਾਂਕਿ ਮੈਂ ਕਿਹਾ ਸੀ ਜਿਸ ਦਿਨ 5 ਲੱਖ ਦਾ ਜਵਾਬ ਦਿੱਤਾ, ਮੈਂ ਕਿਹਾ ਸੀ ਉੱਥੇ ਅਕਾਊਂਟੈਂਟ ਭੇਜ ਦਿਆ ਕਰੋ ਅਤੇ ਹਿਸਾਬ ਕਰਕੇ ਪੈਸੇ ਦੇ ਆਇਆ ਕਰੇ। ਪੈਸੇ ਤਾਂ ਉਹ ਨਹੀਂ ਦੇਣ ਭੇਜਿਆ ਯਾਰ, ਮੈਨੂੰ ਇਹਨਾਂ ਨੇ ਤਨਖਾਹ ਕੀ ਦੇਣੀ ਸੀਗੀ। ਇੱਕ ਗੱਲ ਕੋਈ ਇਹ ਲਾਂਭਾ ਵੀ ਨਹੀਂ, ਚਲੋ ਖੈਰ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਬਹੁਤਾ ਕਦੇ ਕਿਤੇ, ਨਾ ਹੀ ਉਹ ਦਿੱਤੀ। ਤਾਂ ਮੈਂ ਤਾਂ ਉਹ ਕੋਲੋਂ ਖਰਚਾ ਕਰਕੇ ਚਲਾਉਂਦਾ ਰਿਹਾ। ਜਿਸ ਦਿਨ ਮੰਟੇ ਨੇ ਫੋਨ ਕਰਾਇਆ ਵੀ ਇੱਥੋਂ ਦਾ ਕੰਮ ਇਹ ਕਰ ਲਿਆ ਕਰੂ ਅਤੇ ਤੂੰ ਚੰਡੀਗੜ੍ਹ ਦਾ ਕਰ ਲਿਆ, ਅਤੇ ਮੈਂ ਰੱਬ ਅੱਗੇ ਅਰਦਾਸ ਕੀਤੀ ਕਿ ਮਾਲਕਾ ਬਚਾ ਤਾ ਵੀ ਆਹ ਤਾਂ 60-70 ਹਜ਼ਾਰ ਮਹੀਨੇ ਦਾ ਬਚਣ ਲੱਗਿਆ ਜਿਹੜਾ ਜੇਬ 'ਚੋਂ ਖਰਚ ਹੁੰਦਾ ਸੀ। ਇਸ ਕਰਕੇ ਬੜੇ ਐਸੇ ਮੌਕੇ ਸੀਗੇ ਵੀ ਇਹ ਸਮਝ ਲਓ 5 ਲੱਖ ਵੀ ਬਚਾਇਆ, ਕੋਲੋਂ ਖਰਚ ਵੀ ਕੀਤਾ। ਅਤੇ ਸੁਖਬੀਰ ਸਿੰਘ ਬਾਦਲ ਨੇ ਤਾਂ ਯਾਰ ਮੈਨੂੰ ਮੇਰੇ ਇਲੈਕਸ਼ਨ 'ਚ ਨਹੀਂ ਕੋਈ 4 ਰੁਪਈਏ ਮਦਦ ਕੀਤੀ। ਅੱਛਾ, ਬਿਲਕੁਲ ਨਹੀਂ, ਮਤਲਬ ਕਹਿਣ ਤਾਂ ਸਹੀ ਨਾ ਵੀ ਝੰਡੇ ਭੇਜਤੇ, ਹੁਣ ਕੋਈ ਸਾਲੀ ਪਰਚੀ ਭੇਜਤੀ। ਮਤਲਬ ਕਿ ਜਿਹੜਾ ਪਾਰਟੀ ਚਲਾਉਣ ਵਾਸਤੇ ਚਾਹੀਦਾ, ਪੈਸਾ ਤਾਂ ਚਾਹੀਦਾ। ਹਾਂ, ਇਹ ਤਾਂ ਹੁਣ ਆ ਗਿਆ ਕਿ ਅਸਾਸਿਆਂ ਦੀ ਗੱਲ, ਮੈਂ ਬੇਨਤੀ ਕਰਦੇ ਹਾਂ। 52 ਲੱਖ ਮੰਨ ਲਓ ਸਾਡੀ ਭਰਤੀ ਹੋਈ ਤੇ 5.25 ਕਰੋੜ ਰੁਪਇਆ ਇਕੱਠਾ ਹੋ ਗਿਆ। ਸਾਡਾ ਖਰਚ ਸੀ ਜਦੋਂ ਅਸਲੀ ਸਹੀ ਪਾਰਟੀ ਚਲਾਉਂਦੇ ਸੀ 10 ਲੱਖ ਤੋਂ ਥੱਲੇ ਥੱਲੇ ਮਹੀਨੇ ਦਾ ਪਾਰਟੀ ਦਾ, ਤੇ ਇਹ ਤਾਂ ਯਾਰ 5 ਸਾਲਾਂ ਦਾ ਇਕੱਠਾ ਹੋ ਗਿਆ ਹੋ ਜਾਂਦਾ ਇਕੱਲੀ ਭਰਤੀ 'ਚ। ਫਿਰ ਅਸੀਂ ਜਦੋਂ ਇਲੈਕਸ਼ਨਾਂ ਦੇ ਅਤੇ ਰੈਲੀਆਂ ਲਈ ਖਰਚਾ ਦੇ ਲਈ ਇਕੱਠੇ ਕਰਦੇ ਹਾਂ, 5 ਸਾਲਾਂ 'ਚ 2 ਵਾਰੀ 10-10 ਲੱਖ ਰੁਪਇਆ ਲਾ ਕੇ MLA ਹਲਕਾ ਇੰਚਾਰਜਾਂ ਤੋਂ ਫਿਰ ਪੱਠਾ ਇਕੱਠਾ ਕਰਾਉਂਦੇ ਹਾਂ। ਉਹਦੇ 'ਚੋਂ ਸਾਰੇ ਦਿੰਦੇ ਨਹੀਂ, ਕਈ 20 ਰੁਪਏ ਜਾਂਦੇ ਆ, ਪਰ ਜੇ ਮੰਨ ਲਓ 60% ਵੀ ਦੇ ਜਾਣ ਤੇ ਤਾਂ ਵੀ ਉਹ ਵੀ ਬਹੁਤ ਪੈਸਾ ਬਣ ਗਿਆ। ਮੈਂ ਦਾਅਵੇ ਨਾਲ ਕਹਿ ਸਕਦਾ ਕਿ ਸੁਖਬੀਰ ਸਿੰਘ ਬਾਦਲ ਨੇ ਕਿੰਨੂੰ ਵੇਚ ਕੇ ਕਦੇ ਨਹੀਂ ਰੁਪਇਆ ਪਾਰਟੀ 'ਚ ਪਾਇਆ। ਜੇ ਪਾਰਟੀ ਦੇ ਪ੍ਰਧਾਨ ਹੋਣ ਨਾਲ ਤੇ ਫੰਡ ਬਾਹਰੋਂ ਆ ਜਾਂਦੇ ਆ ਤੇ ਉਹ ਕੁਦਰਤੀ ਗੱਲ ਆ ਵੀ ਉਹ ਵੀ ਫਿਰ ਜਦੋਂ ਲੋੜ ਹੈ ਉਹ ਪਾਰਟੀ ਕੋਲ ਕਦੇ ਉਹ ਖਰਚ ਵੀ ਦਿੰਦੇ ਹੀ ਆ। ਇਸ ਕਰਕੇ ਇਹ ਗਲਤ ਧਾਰਨਾ ਬਣਾਈ ਹੈ, 100% ਗਲਤ ਧਾਰਨਾ ਬਣਾਈ ਹੈ। ਮੇਰੇ ਨਾਲ ਚੈਨਲ 'ਤੇ ਆ ਕੇ ਭਾਵੇਂ ਸੁਖਬੀਰ ਸਿੰਘ ਬਾਦਲ ਬਹਿਸ ਕਰ ਲਏ ਕਿ ਘਰੋਂ ਕੱਢ ਕੇ ਪੈਸੇ ਪਾਰਟੀ ਲਈ ਕੋਈ ਵੀ ਨਹੀਂ ਲਾਉਂਦਾ, ਜੇ ਮੈਂ ਪਾਰਟੀ ਦਾ ਪੈਸਾ ਹੀ ਪਾਰਟੀ 'ਚ ਘੁੰਮਦਾ। ਯਾਰ ਲੋਕ ਆਪਦੇ 10-10 ਰੁਪਏ ਪਾ ਕੇ ਜਦੋਂ ਭਰਤੀ ਹੁੰਦੀ ਹੈ, ਉਹ ਤੋਂ ਬਾਅਦ ਕੋਈ ਕੰਮ ਹੋਵੇ ਫੰਡ ਪੈਂਦਾ ਹਰ ਪਿੰਡ 'ਚੋਂ, ਨਹੀਂ ਆਪਾਂ ਵਾਸ਼ ਪਾ ਕੇ ਪੈਸੇ ਦਿੰਦੇ। ਮੰਨ ਲਓ ਪਿੰਡ 'ਚੋਂ ਤੁਹਾਡੇ 'ਚੋਂ ਬੱਸ ਭਰ ਗਈ, ਇਹ ਬੱਸਾਂ 20 ਮੁੱਲ ਦੀਆਂ ਹਲਕਾ ਇੰਚਾਰਜਾਂ 'ਤੇ ਬੋਝ ਕਦੋਂ ਦਾ ਪੈਣ ਲੱਗਿਆ ਜਦੋਂ ਇਹ ਹੋ ਗਿਆ ਵੀ ਯਾਰ ਇਹ ਸਾਰੀ ਰੇਤਾ ਬਜਰੀ ਵੇਚਦੇ ਆ, ਇਹਨਾਂ ਕੋਲ ਬੱਸ ਆ, ਇਹਦੇ ਕੋਲ ਫਲਾਂ, ਇਹ ਵੀ ਕਲਚਰ ਠੀਕ ਨਹੀਂ ਹੈ। ਸੁਖਬੀਰ ਸਿੰਘ ਬਾਦਲ ਨਹੀਂ ਲਿਆਂਦਾ ਨਾ, ਬਾਦਲ ਸਾਹਿਬ ਵੇਲੇ ਕਲਚਰ ਸੀਗਾ 97 ਵਾਲੀ 'ਚ ਕਿ ਫਲਾਨਾ ਜਥੇਦਾਰ ਬਹੁਤ ਟੁੱਟਿਆ ਯਾਰ, ਉਹਨੂੰ ਬੁਲਾ ਕੇ ਕਹਿ ਦੇਣਾ ਲੈ ਕਾਕਾ ਤੂੰ ਪਰਮਿਟ ਲੈ ਲਾ। ਉਹਨੇ ਕਹਿਣਾ ਜੀ ਮੈਂ ਇਹਦਾ ਕੀ ਕਰੂੰ, ਮੇਥੋਂ ਤਾਂ ਬੱਸ ਹੀ ਨਹੀਂ ਪੈਂਦੀ। ਤੇ ਬੱਸ ਵਾਲਾ ਵੀ ਨਾਲ ਹੀ ਬਿਠਾਇਆ ਹੁੰਦਾ ਸੀ ਵੀ ਆਹ ਇਹਦੀ ਟਰਾਂਸਪੋਰਟ ਹੈਗੀ ਹੈ, ਤੂੰ ਇਹਦੇ ਨਾਲ ਗੱਲਬਾਤ ਕਰ ਲਾ ਤੇ ਵੀ ਨਾਲੇ ਤਾਂ ਤੇਰਾ ਕੰਮ ਸੈੱਟ ਹੋ ਜੂ ਤੇ ਨਾਲੇ ਉਹ ਹੋ ਜੂ। ਜੇ ਤਾਂ ਉਹ ਬਾਹਰ ਜਾ ਕੇ ਕਹਿ ਦਿੰਦਾ ਵੀ ਚੰਗਾ ਬੱਸ ਤੂੰ ਪਾ ਲਾ ਤੇ ਪਰਮਿਟ ਮੇਰਾ ਹੋ ਗਿਆ ਅੱਧੋ ਅੱਧੀ ਕਰ ਲਾਂਗੇ ਤਾਂ ਠੀਕ ਹੈ, ਨਹੀਂ ਉਹ ਕਹਿੰਦਾ 10-12 ਲੱਖ ਦਾ ਪਰਮਿਟ ਆ ਯਾਰ ਮੈਂ ਤੈਨੂੰ ਪੈਸੇ ਦੇ ਦਿੰਦਾ ਤੇ ਮੈਂ ਗੱਡੀ ਚਲਾ ਲੂੰਗਾ, ਉਹਦਾ ਉਹਨੇ ਨਾਲ ਕੰਮ ਚੱਲ ਜਾਂਦਾ ਸੀ। ਤੇ ਇਹ ਤਾਂ ਹੁਣ ਕੰਮ ਹੀ ਮੁੱਕ ਗਿਆ। ਜਿਹੜਾ ਪਿੰਡ ਦਾ ਜਥੇਦਾਰ ਹੈ, ਜਿਹੜਾ MLA ਹਲਕਾ ਇੰਚਾਰਜ, ਮੇਰੇ ਨੌਨ ਨੂੰ ਵੀ ਇਸ ਤਰ੍ਹਾਂ ਪਰਮਿਟ ਦਿੱਤਾ ਗਿਆ ਸੀ, ਬੇਰੋਜ਼ਗਾਰ ਸੀ ਪਰ ਉਹ ਵਰਕਰ ਸੀ। ਬਾਦਲ ਸਾਹਿਬ ਨੂੰ ਪਤਾ ਹੁੰਦਾ ਸੀ ਉਹਦੇ ਚੁੱਲ੍ਹੇ ਦੇ ਨੇੜੇ ਬਹਿ ਕੇ ਜਦੋਂ ਘਰੇ ਗਏ ਵਰਕਰ ਦੇ ਤੇ ਚਾਹ ਪੀ ਕੇ ਆਉਂਦੇ ਸੀ, ਉਹਨੂੰ ਇੱਕ ਮਿੰਟ ਚੱਕ ਉਹਨਾਂ ਦੀ ਛਾਣ ਲੈਂਦੇ ਸੀ ਵੀ ਇਹ ਪਰਿਵਾਰ ਦਾ ਹਾਲ ਕੀ ਹੈ ਜ਼ਰੂਰ ਤੇ ਮੈਂ ਇਹਦੀ ਮਦਦ ਕਿਵੇਂ ਕਰਨੀ ਹੈ। ਤੇ ਅੱਜ ਯਾਰ ਅੱਜ MLA ਹਲਕਾ ਇੰਚਾਰਜਾਂ 'ਤੇ ਵੀ ਲਾ ਲਓ ਤੁਸੀਂ, ਲਾ ਤਾ ਵੀ 10-12 ਲੱਖ ਰੁਪਇਆ ਰੈਲੀ 'ਤੇ ਲੱਗਣਾ, ਉਹ ਕਿੱਥੋਂ ਲਿਆਵੇ ਜੀ? ਕਿੱਥੋਂ ਲਿਆਵੇ? ਕਿਉਂਕਿ ਤੁਸੀਂ ਲੋਕਾਂ ਦੇ ਮਨਾਂ 'ਚ ਤਾਂ ਇਹ ਪਾਤੀ ਵੀ ਪੈਸੇ ਇਹਨਾਂ ਕੋਲ ਰੇਤੇ ਬਜਰੀ ਵਾਲੀ ਬਹੁਤ ਹੈ, ਪੈਸੇ ਸੁਖਬੀਰ ਸਿੰਘ ਬਾਦਲ ਕੋਲ 1000 ਕਰੋੜ ਹੈਗਾ। ਹਾਂਜੀ, ਇਹ ਪਰਸੈਪਸ਼ਨ ਮਤਲਬ, ਤੇ ਫਿਰ ਤੁਸੀਂ ਡੰਡਾ ਦਿੰਦੇ ਆ ਹਲਕਾ ਇੰਚਾਰਜਾਂ ਨੂੰ ਵੀ ਭਾਈ ਤੂੰ ਕਰਨਾ ਇਹ, ਤੇ ਉਹ ਕਿੱਥੋਂ ਕਰੂਗਾ? ਫਿਰ ਉਹ ਕਰੂਗਾ ਤੇ ਫਿਰ ਇਸ ਕਰਕੇ ਅਸੀਂ ਰਾਜਨੀਤੀ ਆਪ ਹੀ ਵਿਗਾੜ ਲਈ। ਜਦੋਂ ਵਿਗਾੜ ਲਈ ਤੇ ਉਹਦਾ ਹੁਣ ਭੁਗਤ ਭੋਗੀ ਜਾਂਦੇ ਆ। ਮੈਂ ਦਾਅਵੇ ਨਾਲ ਕਹਿ ਸਕਦਾ ਕਿ ਪਾਰਟੀ ਦੇ ਵਰਕਰਾਂ ਦੇ ਪੈਸੇ ਨਾਲ ਚੱਲਦੀ ਆ। ਆ ਹੁਣ ਸਾਲ 2 ਸਾਲ 3 ਸਾਲ ਦਾ
ਜਦੋਂ 5-5 ਲੱਖ ਤੇ ਬੰਦੇ ਰੱਖਣੇ ਯਾਰ, 5 ਲੱਖ ਵਾਲਾ ਕਿਹੜਾ ਸਲਾਹਕਾਰ ਹੋ ਸਕਦਾ ਬਿੰਟੂ ਜੀ? ਤੁਹਾਡੇ ਮੇਰੇ ਨਾਲੋਂ ਜਿਹਦਾ ਮੇਰੇ ਮਤਲਬ ਦਾੜੀ ਨਹੀਂ ਆਈ ਸੀ ਮੈਂ ਉਦੋਂ ਦਾ ਤੁਰਿਆ, ਤੇ ਮੇਰਾ ਤਜਰਬਾ ਤੇ ਕੋਈ ਜਿਹੜਾ ਅੱਜ ਕੋਈ ਬਾਹਰੋਂ ਬੰਦਾ ਰੱਖ ਲਿਆ ਉਹਦਾ ਤਜਰਬਾ ਕਿਵੇਂ ਰਲ ਜਾਊਗਾ ਜੀ? ਗਿੱਦੜਵੇ ਬਾਰੇ ਕੋਈ ਏਜੰਸੀ ਰਾਇ ਲੈ ਕੇ ਦੇਵੇ, ਉਹ ਇੱਕ ਸਹਾਇਕਤਾ ਬਣ ਸਕਦੀ ਹੈ, ਪਰ ਜਿਹੜਾ ਮੈਂ ਅੱਖਾਂ 'ਚ ਪਾਣੀ ਵੇਖ ਕੇ ਆਇਆ ਵਰਕਰਾਂ ਦੇ, ਉਹ ਕਿਵੇਂ ਮਹਿਸੂਸ ਕਰ ਲਊਗਾ ਆਂਧਰਾ ਤੋਂ ਜਾਂ ਕੋਈ ਹੋਰ ਕੋਈ ਬੰਦਾ ਰੱਖਿਆ? ਇਸ ਕਰਕੇ ਪਾਰਟੀ ਦਾ ਕਲਚਰ ਹੀ ਚੇਂਜ ਕਰ ਲਿਆ ਯਾਰ ਅਸੀਂ। 2-2-3-3 ਲੱਖ ਰੁਪਈਆ ਇੱਕ ਇੱਕ ਬੰਦੇ 'ਤੇ ਯਾਰ ਖਰਚੀ ਜਾਂਦੇ, ਅਸੀਂ ਕਾਹਦਾ ਖਰਚੀ ਜਾਂਦੇ ਹਾਂ? ਅਗਲਿਆਂ ਦੀ ਸੈਟਿਸਫੈਕਸ਼ਨ ਹੈ ਮਹਿੰਗਾ ਬੰਦਾ ਰੱਖਣ 'ਚ, ਤਾਂ ਮੈਨੂੰ ਕੀ ਇਤਰਾਜ਼ ਹੈ? ਅਗਲਿਆਂ ਦੇ ਪੈਸੇ ਹੈ, ਮੇਰਾ ਤਾਂ ਕੁਝ ਨਹੀਂ ਆਉਂਦਾ। ਪਰ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਪਾਰਟੀ ਦਾ ਖਰਚ 15-18 ਲੱਖ ਤੋਂ ਵੱਧ ਮਹੀਨੇ ਦਾ ਨਹੀਂ ਹੋ ਸਕਦਾ, ਤੇ ਇਹ ਲੋਕਾਂ ਦਾ ਇਕੱਠਾ ਕੀਤਾ ਜਾਂਦਾ। ਮੈਨੂੰ ਇੱਕ ਗੱਲ ਦੱਸੋ, ਕਿੰਨਾ ਕੁ ਔਖਾ ਕੰਮ ਹੈ ਜੇ ਸਾਰੇ ਪੰਜਾਬ 'ਚੋਂ ਪਤਾ ਹੋਵੇ ਵੀ ਸਾਡਾ ਪੈਸਾ ਸਹੀ ਥਾਂ 'ਤੇ ਲੱਗਣਾ? ਫਿਰ ਤੁਸੀਂ ਇੱਕ ਕੰਮ ਹੈ, ਸਾਰੇ ਸੋਰਸਿਸ ਤੁਸੀਂ ਲਾ ਦਿੰਦੇ ਹੋ ਬਠਿੰਡਾ ਲੜਨ 'ਤੇ। ਅੱਜ ਗਿੱਦੜਵੇ 'ਤੇ ਜ਼ੋਰ ਲੱਗੀ ਜਾਂਦਾ, ਕਿਉਂ ਵੀ ਇਹ ਬਾਦਲਾਂ ਦੀ ਸੀਟ ਹੈ ਯਾਰ। ਚੱਬੇਵਾਲ ਕੀ ਹੋਇਆ? ਉਹ ਗਰੀਬ ਦੀ ਸੀਟ ਹੈ ਤਾਂ ਉੱਥੇ ਕਿਸੇ ਉੱਥੇ ਪ੍ਰਧਾਨ ਦਾ ਜਾਣਾ ਫਰਜ਼ ਨਹੀਂ ਹੈ? ਅੱਜ ਡੇਰਾ ਬਾਬਾ ਨਾਨਕ ਤੁਹਾਡਾ ਜਾਣਾ ਫਰਜ਼ ਨਹੀਂ ਹੈ? ਇੱਥੇ ਤਾਂ ਤੁਸੀਂ ਇੱਕ ਪਿੰਡ 'ਚ 10-10 ਘਰਾਂ 'ਚ ਜਾਂਦੇ ਹੋ, ਉਹ ਇਹਦਾ ਮਤਲਬ ਤੁਸੀਂ ਪਾਰਟੀ ਗਿੱਦੜਵੇ ਬਠਿੰਡੇ ਦੀ ਬਣਾਉਣੀ ਹੈ ਕਿ ਸਾਰੇ ਪੰਜਾਬ ਦੀ ਰੱਖਣੀ ਹੈ? ਇਹ ਤਾਂ ਚਲੋ ਠੀਕ ਹੈ, ਤਵੱਜੋ ਤੁਸੀਂ ਵੱਧ ਦਿਓ ਬਿਲਕੁਲ, ਪਰ ਜੇ ਤੁਸੀਂ ਇੱਥੇ ਲਗਾਤਾਰ ਤੁਰੇ ਫਿਰਦੇ ਹੋ ਤਾਂ ਇੱਕ ਇੱਕ ਦਿਨ ਹਫ਼ਤੇ 'ਚ ਉੱਥੇ ਵੀ ਲਾ ਕੇ ਆਓ। ਇਹ ਤਾਂ ਹੁਣ ਇਹ ਪਾਰਟੀ ਦੇ ਸੋਰਸਿਸ ਵੀ ਸਾਰੇ ਪੰਜਾਬ 'ਚੋਂ ਇਕੱਠੇ ਕਰਕੇ ਲਿਆ ਕੇ ਤੁਸੀਂ ਇੱਥੇ ਵਰਤ ਰਹੇ, ਉਹਦਾ ਕੀ ਫਰਕ ਹੈ? ਇਹ ਜਵਾਬ ਦੇ ਸਕਦੇ, ਮੈਂ ਤੇ ਇਹਦਾ ਜਵਾਬ ਨਹੀਂ ਦੇ ਸਕਦਾ, ਪਰ ਇੱਕ ਚੀਜ਼ ਹੈ ਅਬਰਾਰ ਸਾਹਿਬ, ਨਹੀਂ ਸਵਾਲ ਉਠਾ ਰਿਹਾ ਮੈਂ, ਬਿਲਕੁਲ ਬਿਲਕੁਲ। ਅੱਛਾ ਅਬਰਾਰ ਸਾਹਿਬ, ਚਲੋ ਹੁਣ ਮਤਲਬ ਕਿ ਆਪਾਂ ਤੁਹਾਡਾ ਟਾਈਮ ਬਹੁਤ ਲੈ ਲਿਆ, ਕਿ ਜਾਂਦੀ ਵਾਰ ਕਿ ਉਹੀ ਕਿ ਸੁਖਬੀਰ ਸਿੰਘ ਬਾਦਲ ਦਾ ਬਦਲ ਕੋਈ ਵੀ ਹੋ ਸਕਦਾ ਤੁਹਾਡੀ ਨਜ਼ਰ ਦੇ ਵਿੱਚ, ਕਿ ਜੇ ਅਸੀਂ ਇਕੱਠੇ ਬੈਠਦੇ ਹਾਂ ਟੇਬਲ 'ਤੇ ਤਾਂ ਉੱਥੇ ਬਦਲ ਸਾਡੇ ਕੋਲ ਬਹੁਤ ਹੋ ਸਕਦਾ? ਤੁਹਾਡੇ ਕਹਿਣ ਦਾ ਮਤਲਬ 100% ਹੈਗੇ, ਕਿਉਂ ਨਹੀਂ ਹੋ ਸਕਦਾ? ਮੈਂ ਇੱਕ ਦੱਸਾਂ, ਇਕੱਲਾ ਬੰਦਾ ਕੋਈ ਵੀ ਸਮਰੱਥ ਨਹੀਂ ਹੈ। ਪਾਰਟੀ ਇੱਕ ਐਸਾ ਸਿਸਟਮ ਹੈ ਕਿ ਤੁਸੀਂ ਮਤਲਬ ਮਹੀਨਾ ਪ੍ਰਧਾਨ ਚੁੱਪ ਵੀ ਕਰ ਜੇ, ਸੌਂ ਵੀ ਜਾਵੇ, ਕਿਤੇ ਬਾਹਰ ਵੀ ਚੱਲ ਜਾਵੇ, ਤੇ ਪਾਰਟੀ ਤਾਂ ਵੀ ਚੱਲੀ ਜਾਂਦੀ ਹੈ। ਇੱਕ ਇਹ ਦਰਿਆ ਦੇ ਪਾਣੀ ਵਰਗਾ ਵਹਿਣ ਹੈ ਪਾਰਟੀ ਜਿਹੜੀ ਹੈ, ਚੱਲਣ ਚੱਲਦੀ ਰਹਿਣੀ ਹੈ। ਪਰ ਜੇ ਕੋਈ ਆਖੇ ਵੀ ਮੇਰੇ ਬਿਨਾਂ ਨਹੀਂ ਚੱਲ ਸਕਦੀ, ਫਿਰ ਯਾਰ ਵੱਡੇ ਬਾਦਲ ਸਾਹਿਬ ਬਿਨਾਂ ਤਾਂ ਜਮਾਂ ਹੀ ਨਹੀਂ ਚੱਲਣੀ ਸੀ, ਜਿੰਨਾ ਉਹਨਾਂ ਨੇ ਸਮਾਂ ਦਿੱਤਾ ਪਾਰਟੀ ਨੂੰ ਉਹਨਾਂ ਬਿਨਾਂ ਤਾਂ ਜਮੀ ਨਹੀਂ ਚੱਲਣੀ ਸੀ। ਤੇ ਫਿਰ ਜੇ ਕੋਈ ਅੱਜ ਆਖੇ ਵੀ ਤੁਸੀਂ ਐਂ ਕਿਉਂ ਕਰਦੇ ਆ, 2 ਵਾਰੀ ਖੁਦ ਬਾਦਲ ਸਾਹਿਬ ਨੇ ਐਂ ਕੀਤਾ, 2 ਵਾਰੀ ਪਾਰਟੀ ਤੋਂ ਲਹਿਦਾ ਹੋਏ, ਤੇ ਉਹਨਾਂ ਨੇ ਵੀ ਤੇ ਸੁਧਾਰਵਾਦੀ ਦੇ ਨਾਂ ਤੇ ਹੋਏ ਤੇ ਅਖੀਰ ਸੁਧਾਰ ਹੋ ਵੀ ਗਿਆ, ਬਿਲਕੁਲ ਹੋ ਵੀ ਗਿਆ, ਔਰ ਇੱਥੋਂ ਤੱਕ ਕਿ ਲਹਿਦਾ ਚੋਣ ਨਿਸ਼ਾਨ ਤੇ ਵੀ ਇਲੈਕਸ਼ਨ ਲੜ ਲਏ। ਇਸ ਕਰਕੇ ਇਹ ਸਮਾਂ ਹੁੰਦਾ ਹੈ, ਜੇ ਤੁਸੀਂ ਹੱਠ ਧਰ ਕੇ ਕੋਈ ਬਹਿ ਜੇ ਪ੍ਰਧਾਨ, ਔਰ ਅਕਾਲੀ ਦਲ 'ਚ ਪਤਾ ਨਹੀਂ ਕੀ ਜਦੋਂ ਬਣਿਆ, ਇੱਕ ਚੰਗੇ ਵੀਹੀਆਂ ਗੱਲਾਂ ਬਹੁਤ ਜੁੜੀਆਂ ਕਿ ਮਾੜੀ ਜੁੜੀ ਹੈ ਪ੍ਰਧਾਨ ਲੈਂਦਾ ਹੀ ਹੈ ਇਸੇ ਤਰ੍ਹਾਂ, ਵੀ ਜਦੋਂ ਹੁਣ ਦੂਜਾ ਧੜਾ ਵੱਡਾ ਹੋ ਜਾਊਗਾ ਆਪੇ ਫਿਰ ਪ੍ਰਧਾਨ ਪਿੱਛੇ ਹਟ ਜਾਂਦਾ। ਬਰਨਾਲਾ ਸਾਹਿਬ ਵੇਲੇ ਕੀ ਹੋਇਆ ਸੀ? ਇਹੀ ਕੁਛ ਹੋਇਆ ਸੀ। ਇਸ ਕਰਕੇ ਪ੍ਰਧਾਨ ਸਾਹਿਬ ਨੂੰ ਤਾਂ ਮੇਰੀ ਬੇਨਤੀ ਹੈ ਵੀ ਯਾਰ, ਇੱਕ ਪ੍ਰਧਾਨ, ਤੁਸੀਂ ਕਿਸੇ ਪਾਰਟੀ 'ਚ ਦਸਤੂਰ ਹੈ ਕਿ ਇੱਕੋ ਹੀ ਪ੍ਰਧਾਨ ਚੱਲੀ ਜਾਵੇ? ਕਿਤੇ ਤਾਂ ਕਿਸੇ ਸਾਰੇ ਹਿੰਦੁਸਤਾਨ 'ਚ ਇੱਕ ਪਾਰਟੀ ਦਾ ਦਸਤੂਰ ਲੱਭ ਦਿਓ, ਕੋਈ ਕਿਸੇ ਦਾ ਵੀ ਹੈ ਨਹੀਂਗਾ। ਚਲੋ ਇੱਕ ਚੀਜ਼ ਜਾਂਦੇ ਜਾਂਦੇ, ਕਿ ਮੋਗਾ ਕਾਨਫਰੰਸ ਤੋਂ ਬਾਅਦ ਜਿਸ ਤਰ੍ਹਾਂ ਮਤਲਬ ਕਿ ਇੱਕ ਆਮ ਧਾਰਨਾ, ਤੁਸੀਂ ਕਰੈਕਟ ਕਰ ਦੇਣਾ ਜੇ ਮੈਂ ਗਲਤ ਹਾਂ, ਕਿ ਪੰਥਕ ਜਿਹੜੇ ਸਿਆਸੀ ਹਿੱਤ ਸੀਗੇ ਉਹਨਾਂ ਨੂੰ ਪਿੱਛੇ ਕਰਕੇ, ਮਤਲਬ ਕਿ ਜੋ ਵੋਟ ਮੁਖੀ ਕਹਿ ਲਈਏ ਆਪਾਂ ਪੰਜਾਬੀ 'ਚ, ਕਿ ਵੋਟ ਮੁਖੀ ਰਾਜਨੀਤੀ ਜਿਹੜੀ ਹੈ ਉਹ ਇੱਕ ਆਧਾਰ ਬਣਦੀ ਹੈ, ਬੇਸ ਬਣਦੀ ਹੈ, ਕੀ ਜ਼ਰੂਰਤ ਹੈ ਕਿ ਹੁਣ ਸਿਰਫ ਪੰਥਕ ਏਜੰਡੇ 'ਤੇ ਹੀ ਅਕਾਲੀ ਦਲ, ਚਲੋ ਜੋ ਵੀ ਹੈ, ਜੇ ਆਪਾਂ ਮੰਨ ਕੇ ਚੱਲਦੇ ਹਾਂ ਕਿ ਤੁਹਾਡਾ ਕੱਲ੍ਹ ਨੂੰ ਕੋਈ ਮਸਲਾ ਹੱਲ ਹੁੰਦਾ, ਕਿ ਤਰਜੀਹੀ ਏਜੰਡਾ ਕੀ ਹੋਣਾ ਚਾਹੀਦਾ, ਵੋਟ ਮੁਖੀ ਜਾਂ ਪੰਥ ਮੁਖੀ, ਕਿ ਸੱਤਾ ਰਹਿੰਦੀ ਹੈ ਜਾਂ ਨਹੀਂ,
ਜੇ ਘੱਟ ਗਿਣਤੀ ਕਿਸੇ 'ਤੇ ਵੀ ਹੁੰਦਾ ਯਾਰ ਸਾਡਾ ਬੋਲਣਾ ਬਣਦਾ, 370 'ਤੇ ਸਾਡਾ ਸਟੈਂਡ ਬਣਦਾ, ਜਾਂ ਕਿਤੇ ਵੀ ਕੁਛ ਇਸ ਤਰ੍ਹਾਂ ਹੁੰਦਾ ਤਾਂ ਅਸੀਂ ਆਪਣੇ ਸਿਆਸੀ ਹਿੱਤ ਛੱਡ ਕੇ ਜੋ ਸਾਡੀ ਪੰਥਕ ਜ਼ਿੰਮੇਵਾਰੀ ਉਹ ਨਿਭਾਵਾਂਗੇ। ਦੇਖੋ ਇੱਕ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ 'ਤੇ ਬਣਿਆ ਜੀ, ਪੰਥ 'ਤੇ ਪਹਿਰਾ ਦੇਣਾ ਇਹਦਾ ਪਹਿਲਾ ਫਰਜ਼ ਹੈ, ਅਤੇ ਦੂਜੀਆਂ ਜੇ ਕੋਈ ਘੱਟ ਗਿਣਤੀਆਂ ਜਾਂ ਪੰਜਾਬ ਦੇ ਵਿੱਚ ਘੱਟ ਗਿਣਤੀਆਂ ਮੰਨ ਲਓ ਹਿੰਦੂ ਦੂਜਾ ਜਿਹੜੇ ਸਾਰੇ ਗਿਣੇ ਜਾ ਸਕਦੇ ਆ ਉਹਨਾਂ ਦੀ ਪ੍ਰੋਟੈਕਸ਼ਨ ਕਰਨਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਅਧਿਕਾਰ ਖੇਤਰ। ਇਸ ਕਰਕੇ ਜਦੋਂ ਅਸੀਂ ਇਕੱਲੀ ਵੋਟ ਦੀ ਰਾਜਨੀਤੀ ਕਰਾਂਗੇ ਤੇ ਫਿਰ ਮਾਰ ਖਾ ਜਾਵਾਂਗੇ, ਤੇ ਜੇ ਅਸੀਂ ਪੰਥ ਤੇ ਪਹਿਰਾ ਦੇਵਾਂਗੇ ਤੇ ਨਾਲ ਭਾਵੇਂ ਰਾਜਨੀਤੀ ਵੀ ਕਰਦੇ ਰਹੀਏ ਫਿਰ ਕੰਮ ਚੱਲ ਸਕਦਾ। ਦੂਸਰਾ ਦੇਸ਼ ਵੀ ਨਾ ਜਿਹੜਾ ਦੇਸ਼ ਵੀ ਪੰਜਾਬ ਵੱਲ ਦੇਖਦਾ, ਤੇ ਜਦੋਂ ਪੰਜਾਬ ਵੱਲ ਦੇਖਦਾ ਤਾਂ ਪੋਲੀਟੀਕਲੀ ਜਿਹੜੇ ਘਟਨਾਕ੍ਰਮ ਵਾਪਰਦੇ ਤਾਂ ਅਕਾਲੀ ਦਲ ਵੱਲ ਦੇਖਦਾ ਕਿ ਅਕਾਲੀ ਦਲ ਦਾ ਯਾਰ ਕੀ ਸਟੈਂਡ ਹੋਏਗਾ। ਫਿਰ ਮੈਂ ਉਹੀ ਕਹਿ ਰਿਹਾ ਨਾ ਜੀ ਕਿ ਅਸੀਂ ਆਪਦੇ ਮੌਕੇ ਦੇ ਹਿਸਾਬ ਨਾਲ ਜਦੋਂ ਸਟੈਂਡ ਬਦਲਾਂਗੇ ਤੇ ਫਿਰ ਕਿਤੇ ਤਰਜ਼ੀਆਂ ਬਦਲ, ਸਿਧਾਂਤ ਰੱਖੋ ਤੁਸੀਂ ਸਿਧਾਂਤ। ਮੰਨ ਲਓ ਤੁਸੀਂ 96 ਚ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਪੰਜਾਬੀ ਪਾਰਟੀ ਬਣਾ ਲਈ, ਮੰਨ ਲਿਆ, ਪਰ ਜੇ ਪੰਥ ਨੂੰ ਤੁਸੀਂ ਖੁੱਲ੍ਹਾ ਤਕੜਾ ਰਹਿੰਦੇ ਹੋ, ਅਕਾਲ ਤਖਤ ਸਾਹਿਬ ਨੂੰ ਆਜ਼ਾਦਾਨਾ ਤੌਰ 'ਤੇ ਰਹਿੰਦੇ ਹੋ, ਐਸੀ PC ਪ੍ਰਧਾਨ ਦੀ ਹਸਤੀ ਨੂੰ ਆਜ਼ਾਦ ਰਹਿਣ ਦਿਓ, ਸਗੋਂ ਉਹ ਤੁਹਾਨੂੰ ਕੁਛ ਕਹਿ ਸਕਣ, ਪੋਲੀਟੀਕਲ ਵਿੰਗ ਆਪਦਾ ਕੰਮ ਕਰੀ, ਪੋਲੀਟਿਕਸ ਆਪਦਾ ਕੰਮ ਕਰੀ ਚੱਲੇ, ਸਗੋਂ ਦੀ ਇਹ ਲੋੜ ਪਵੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਜੇ ਲੋੜ ਹੋਵੇ ਅਕਾਲੀ ਦਲ ਦੇ ਪ੍ਰਧਾਨ ਨੂੰ ਸੱਦਣ ਦੀ, ਤੇ ਸੱਦੇ ਵੀ ਭਾਈ ਆਓ ਆਪਾਂ ਬੈਠ ਕੇ ਵਿਚਾਰ ਕਰਨੀ, ਮਤਲਬ ਕਿ ਆਹ ਕੰਮ ਤੁਸੀਂ ਕਰੋ, ਤਿੰਨੇ ਖੁਦ ਮੁਖਤਿਆਰ ਸੰਸਥਾਵਾਂ ਹੀ ਮੁਖਤਿਆਰ ਸੰਸਥਾਵਾਂ ਹੋਣੀਆਂ ਚਾਹੀਦੀਆਂ, ਉਹਨਾਂ 'ਚ ਇਹ ਗੱਲ ਬਣਨੀ ਨਹੀਂ। ਔਰ ਤਿੰਨਾਂ ਤੋਂ ਵੀ ਉੱਤੇ ਜਿਹੜੀ ਅਕਾਲ ਤਖਤ ਸਾਹਿਬ ਦੀ ਪਦਵੀ ਹੈ ਉਹ ਤੇ ਬਹੁਤ ਉੱਚੀ ਹੋਣੀ ਚਾਹੀਦੀ ਹੈ, ਉਹਦੇ ਤੇ ਕਿੰਤੂ ਪਰੰਤੂ ਹੋਣਾ ਹੀ ਨਹੀਂ ਚਾਹੀਦਾ, ਹੋਣਾ ਨਹੀਂ ਚਾਹੀਦਾ, ਹੋਣਾ ਹੀ ਨਹੀਂ ਚਾਹੀਦਾ ਗਾ ਇਹਦੇ 'ਚ। ਇਹ ਕੋਈ ਇਹ ਹੋਣ ਦੇ ਲਈ ਰਾਹ ਕਿਉਂ ਪੱਧਰੇ ਕੀਤੇ, ਜਦੋਂ ਹੇਠਾਂ ਉੱਤਾ ਹੋਣ ਲੱਗ ਗਿਆ, ਜਦੋਂ ਪਤਾ ਲੱਗਣ ਲੱਗ ਗਿਆ ਵੀ ਫਲਾਣੇ ਨੂੰ ਕਹਿ ਦਿੰਦੇ ਹਾਂ ਫਲਾਣਾ ਸੁਣ ਲਊਗਾ, ਮਤਲਬ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਸਾਡੇ ਮਤਲਬ ਸਿਸਟਮ ਦੇ ਵਿੱਚ। ਇਹ ਬਹੁਤ ਉੱਚੀ ਪਦਵੀ ਹੈ, ਇਹਨੂੰ ਇਹਦਾ ਮਾਣ ਸਤਿਕਾਰ ਬਹਾਲ ਕਰਨਾ ਚਾਹੀਦਾ, ਔਰ ਉਸ ਥਾਂ 'ਤੇ ਜਦੋਂ ਆਜ਼ਾਦਾਨਾ ਤੌਰ 'ਤੇ ਜਿਹੜੀ ਹਸਤੀ ਬੈਠੂਗੀ ਉਹਦਾ ਮਨ ਵੀ ਇਹ ਕਰੂਗਾ ਕਿ ਮੈਂ ਤਾਂ ਇਨਸਾਫ ਕਰਨਾ, ਗੁਰੂ ਸਾਹਿਬ ਦੇ ਆਸਰੇ 'ਚ ਰਹਿ ਕੇ ਕਰਨਾ, ਅਤੇ ਫਿਰ ਸਹੀ ਹੋਣਾ ਉਹਦੇ 'ਚ ਕੀ ਹੋਣਾ ਜੀ। ਇਹ ਠੀਕ ਹੈ ਬਰਾੜ ਸਾਹਿਬ, ਤੁਹਾਡੇ ਨਾਲ ਲੰਮੀ ਗੱਲਬਾਤ ਕੀਤੀ, ਬਹੁਤ ਧੰਨਵਾਦ ਜੀ। ਬੜੇ ਦੇਰ ਦੀ ਹਸਰਤ ਸੀ ਕਿ ਤੁਸੀਂ ਤੁਹਾਡੇ ਨਾਲ ਬੈਠੀਏ, ਅਤੇ ਜਿਹੜੇ ਸਾਡੇ ਸਰੋਤੇ ਆ ਸ਼ਾਇਦ ਉਹਨਾਂ ਨੂੰ ਮੇਰੀਆਂ ਸਾਡੀਆਂ ਗੱਲਾਂ ਪਸੰਦ ਆਈਆਂ ਹੋਣੀਆਂ, ਮੈਂ ਪਰਮਾਤਮਾ ਨੂੰ ਜਾਣ ਦੇਣੀ ਹੈ, ਮੈਂ ਕੋਈ ਵੀ ਗੱਲ ਨਾ ਬਨਾਵਟੀ ਕੀਤੀ ਹੈ ਅਤੇ ਨਾ ਕੋਈ ਝੂਠੀ ਕੀਤੀ ਹੈ ਅਤੇ ਨਾ ਹੀ ਕੋਈ ਫਾਇਦਾ ਲੈਣ ਲਈ ਕੀਤੀ ਹੈ। ਪਰਮਾਤਮਾ ਹੈ, ਸੁਖਬੀਰ ਸਿੰਘ ਬਾਦਲ ਦੇ ਲਿਖਣ ਵੇਲੇ ਵੱਡੀ ਲਕੀਰ ਖਿੱਚੀ ਹੈ, ਸਾਡੇ ਥੋੜ੍ਹੀ ਜਿਹੀ ਸ਼ਾਹੀ ਘੱਟ ਲਾ ਤੀ ਬਾਦਲ, ਰੱਬ ਨੇ ਫਰਕ ਨਹੀਂ ਹੈ, ਰੱਬ ਦੇ ਬਣਾਏ ਇਨਸਾਨ ਹੈ ਸਾਰੇ ਆਪਾਂ, ਇਸ ਕਰਕੇ ਮੈਂ ਕੋਸ਼ਿਸ਼ ਕਰਦਾ ਮਿੰਟੂ ਜੀ ਕਿ ਕੋਈ ਝੂਠ ਨਾ ਬੋਲਿਆ ਜਾਵੇ, ਮਤਲਬ ਇਹ ਮੇਰੀ ਅਕਸਰ ਜਿਹੜੀ ਹੈਗੀ ਹੈ ਕੋਸ਼ਿਸ਼ ਹੁੰਦੀ ਹੈ, ਹੋ ਸਕਦਾ ਉਹਦੇ ਪਿੱਛੇ ਕਈ ਵਾਰੀ ਨੁਕਸਾਨ ਵੀ ਖਾਣਾ ਪੈਂਦਾ, ਤੇ ਜੇ ਫਾਇਦਾ ਕਰਨਾ ਤਾਂ ਪਰਮਾਤਮਾ ਨੇ ਕਰਨਾ, ਜੇ ਨੁਕਸਾਨ ਕਰਨਾ ਪਰਮਾਤਮਾ ਨੇ, ਤੇ ਡਰ ਕਾਹਦਾ ਫਿਰ ਜੀ। ਉਮੀਦ ਕਰਦੇ ਹਾਂ ਕਿ ਇਹ ਲੰਮੀ ਚੌੜੀ ਗੁਫ਼ਤਗੂ ਤੁਹਾਨੂੰ ਵੀ ਛੋਹੇਗੀ, ਤੁਹਾਡੇ ਦਿਲ 'ਤੇ ਦਸਤਕ ਦੇਵੇਗੀ, ਉਹ ਤੁਹਾਡੇ 'ਤੇ ਨਿਰਭਰ ਕਰਦਾ ਕਿ ਤੁਸੀਂ ਉਸਨੂੰ ਕਿਸ ਤਰ੍ਹਾਂ ਲੈਂਦੇ ਹੋ। ਤਾਂ ਮੇਰਾ ਵੀ ਯਤਨ ਸੀ ਕਿ ਖੁੱਲ੍ਹ ਕੇ ਗੱਲਬਾਤ ਕੀਤੀ ਜਾਵੇ, ਹਾਲਾਂਕਿ ਥੋੜ੍ਹਾ ਜਿਹਾ ਰੈਪੀਟੇਸ਼ਨ ਜ਼ਰੂਰ ਹੋਇਆ, ਬਾਕੀ ਮੈਂ ਮਤਲਬ ਕਿ ਜੋ ਤਾਜ਼ਾ ਘਟਨਾਕ੍ਰਮ ਸੀਗੇ ਜਾਂ ਕੁਛ ਐਸੇ ਮੁੱਦੇ ਅਣਛੋਹੇ ਕਿ ਉਹਨਾਂ ਦੀ ਅੰਦਰੂਨੀ ਪਰਤ ਜਿਹੜੀ ਹੈ ਉਹ ਥੋੜ੍ਹੀ ਜਿਹੀ ਖੁਲਾ ਕੇ ਦੇਖੀਏ, ਜਿੱਦਾਂ ਮਨਪ੍ਰੀਤ ਬਾਦਲ ਵਾਲਾ ਸਾਰਾ ਪ੍ਰਕਰਨ ਸੀ, ਤਾਂ ਉਹ ਥੋੜ੍ਹਾ ਜਿਹਾ ਆਪਾਂ ਨੂੰ ਚਾਨਣ ਵੀ ਹੋ ਗਿਆ ਕਿ ਅਸਲ ਦੇ ਵਿੱਚ ਇਹ ਗੱਲਾਂ ਕਦੋਂ ਤੋਂ ਸ਼ੁਰੂ ਹੋਈਆਂ ਸੀ। ਖੈਰ, ਗੱਲਬਾਤ ਪਸੰਦ ਆਵੇ ਤਾਂ ਸ਼ੇਅਰ ਜ਼ਰੂਰ ਕਰ ਦੇਣਾ, ਅਗਲੀ ਵਾਰ ਫਿਰ ਮਿਲਦੇ ਹਾਂ, ਤਦ ਤੱਕ ਦਿਓ ਇਜਾਜ਼ਤਾਂ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ।